ਚਰਚਾ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਕਰ ਦੱਸੋ, ਸ਼੍ਰੋਮਣੀ ਅਕਾਲੀ ਦਲ ਇੱਕ ਵੱਡੇ ਸੰਕਟ ਦੇ ਵਿੱਚ ਘਿਰਿਆ ਹੋਇਆ। 104 ਸਾਲ ਪੁਰਾਣੀ ਪਾਰਟੀ ਅੱਜ ਜਿਸ ਹਾਲਾਤ ਦੇ ਵਿੱਚ ਪਹੁੰਚੀ ਹੈ, ਸੱਚਮੁੱਚ ਉਹਦੇ ਬਾਰੇ ਜਿਹੜਾ ਹੈ ਇੰਟਰੋਸਪੈਕਸ਼ਨ ਕਰਨੀ, ਪੜਚੋਲ ਕਰਨੀ ਤਾਂ ਜ਼ਰੂਰੀ ਹੈ। ਪੜਚੋਲ ਜਾਂ ਮੰਥਨ ਕਈ ਵਾਰੀ ਹੋਇਆ, ਲੇਕਿਨ ਮੰਥਨ ਦੇ ਵਿੱਚ ਜੋ ਕੁਝ ਨਿਕਲ ਕੇ ਬਾਹਰ ਆਇਆ, ਉਹ ਤੇ ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਉਹ ਕੋਈ ਜਿਹੜਾ ਹੈ ਕੰਮ ਕਰਨ ਨੂੰ ਤਿਆਰ ਨਹੀਂ। ਝੂੰਦਾ ਕਮੇਟੀ ਇਸੇ ਕਰਕੇ ਬਣੀ ਸੀ ਵੀ ਸਾਡੀ ਹਾਰ ਦੇ ਕਾਰਨ ਕੀ ਨੇ, ਤੇ ਜਿਸ ਤਰੀਕੇ ਨਾਲ ਉਹਨਾਂ ਨੇ ਮੰਥਨ ਕੀਤਾ, ਇਕੱਲੇ ਇਕੱਲੇ ਮੈਂਬਰ ਕੋਲ ਜਾ ਕੇ ਉਹਨਾਂ ਨੇ ਡਾਟਾ ਕਲੈਕਟ ਕੀਤਾ, ਕਾਰਨ ਲੱਭੇ, ਲੇਕਿਨ ਪਤਾ ਤਾਂ ਇਹ ਲੱਗਿਆ ਕਿ ਉਹ ਜਨਤਕ ਤਾਂ ਰਿਪੋਰਟ ਕੀਤੀ ਨਹੀਂ ਗਈ। ਸੁਣਿਆ ਕਿ ਕੋਰ ਕਮੇਟੀ ਚ ਇੱਕ ਵਾਰ ਕੁਛ ਹਿੱਸੇ ਉਹਦੇ ਪੜ੍ਹ ਕੇ ਸੁਣਾਏ ਗਏ, ਉਸ ਤੋਂ ਬਾਅਦ ਪ੍ਰਧਾਨ ਸਾਹਿਬ ਕੋਲ ਹੋ ਚੁੰਦਾ ਕਮੇਟੀ ਦੀ ਰਿਪੋਰਟ ਚਲੀ ਗਈ, ਜਿਹਦੇ ਚ ਸਮੁੱਚੀ ਲੀਡਰਸ਼ਿਪ ਨੂੰ ਬਦਲਣ ਦੀ ਗੱਲ ਆਖੀ ਗਈ ਸੀ। ਪ੍ਰਧਾਨ ਸਾਹਿਬ ਨੇ ਕਿਹਾ ਕਿ ਮੈਂ ਸਾਰੀ ਲੀਡਰਸ਼ਿਪ ਬਦਲ ਦਿੰਦਾ ਪ੍ਰਧਾਨ ਤੋਂ ਬਿਨਾਂ। ਇਸ ਤਰ੍ਹਾਂ ਦੀ ਗੱਲ ਹੋਈ ਤੇ ਉਦੋਂ ਬਾਅਦ ਕੋਈ ਇੰਪਲੀਮੈਂਟੇਸ਼ਨ ਨਹੀਂ ਹੋਈ। ਅਕਾਲੀ ਦਲ ਦੇ ਵਿੱਚ ਸੰਕਟ ਵਧਣ ਦੇ ਕਾਰਨ ਕਈ ਨੇ, ਉਹਨਾਂ ਚੋਂ ਇੱਕ ਤਾਂ ਇਹ ਹੈ ਕਿ ਲਗਾਤਾਰ ਹਾਰਾਂ ਹੋ ਰਹੀਆਂ ਨੇ, ਔਰ ਹਾਰਾਂ ਤੋਂ ਬਾਅਦ ਵੀ ਜਿਹੜੇ ਸੁਖਬੀਰ ਸਿੰਘ ਬਾਦਲ, ਉਹ ਕਿਸੇ ਕਿਸਮ ਦੀ ਜ਼ਿੰਮੇਵਾਰੀ ਲੈ ਕੇ ਤਿਆਗ ਪੱਤਰ ਦੇਣ ਤੋਂ ਕੰਨੀ ਕਤਰਾ ਰਹੇ ਨੇ। ਅੰਦਰੋਂ ਅੰਦਰੀ ਮੰਗ ਤਾਂ ਹੋ ਰਹੀ ਸੀ, ਤੇ ਲੀਡਰਸ਼ਿਪ ਦੀ ਤਬਦੀਲੀ ਦੀ ਮੰਗ ਨੂੰ ਅੱਖੋਂ ਪਰੋਖੇ ਕੀਤਾ ਗਿਆ। ਤੇ ਜਿਸ ਤਰੀਕੇ ਨਾਲ ਕੱਲ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਭਰੋਸਾ ਪ੍ਰਗਟ ਕੀਤਾ ਗਿਆ। ਹੁਣ ਲੋਕ ਕਹਿੰਦੇ ਨੇ ਕਿ ਵਰਕਿੰਗ ਕਮੇਟੀ ਦੇ ਵਿੱਚ ਜਾਂ ਜਥੇਦਾਰਾਂ ਚ, ਜਿਹਦੇ ਬਾਰੇ ਬੀਬਾ ਹਰਸਿਮਰਤ ਕੌਰ ਕਹਿੰਦੀ ਹੈ ਕਿ 117 ਚੋਂ 112 ਸਾਡੇ ਨਾਲ ਨੇ, ਉਹ ਕਿਹਨੇ ਅਪੁਆਇੰਟ ਕੀਤੇ ਨੇ? ਉਹ ਅਪੁਆਇੰਟ ਤਾਂ ਜ਼ਿਲ੍ਹਾ ਜਥੇਦਾਰ, ਹਲਕਾ ਇੰਚਾਰਜ ਸਾਰੇ ਆਪ ਹੀ ਤਾਂ ਬਣਾਏ ਨੇ ਸੁਖਬੀਰ ਸਿੰਘ ਬਾਦਲ ਨੇ। ਆਪਦੇ ਬੰਦਿਆਂ ਤੋਂ ਭਰੋਸਾ ਪ੍ਰਗਟ ਕਰਾਉਣਾ, ਉਹ ਤਾਂ ਆਮ ਗੱਲ ਗੱਲ ਤਾਂ ਲੋਕਾਂ ਦੇ ਭਰੋਸੇ ਦੀ ਹੈ। ਜੇ ਲੋਕਾਂ ਦਾ ਭਰੋਸਾ ਹੁੰਦਾ ਤਾਂ ਹਾਲ ਇਹ ਨਾ ਹੁੰਦਾ, ਪਾਰਟੀ ਦੀ ਜਮਾਨਤ ਜ਼ਬਤ ਨਾ ਹੁੰਦੀ। ਇਹ ਕਹਿ ਰਹੇ ਨੇ ਵਿਰੋਧੀ ਧੜੇ ਦੇ, ਜਿਹਨਾਂ ਨੂੰ ਬਾਗੀ ਕਹਿ ਲਓ, ਨਾਰਾਜ਼ ਲੀਡਰ ਕਹਿ ਲਓ, ਜੋ ਨਾਂ ਦੇਣਾ ਦਿੱਤਾ ਜਾ ਸਕਦਾ ਹੈ, ਜਾਂ ਇੱਕ ਹੋਰ ਧੜਾ ਜਾਂ ਨਾਰਾਜ਼ ਧੜਾ, ਜਿਹਦੇ ਵਿੱਚ ਵੱਡੀ ਗਿਣਤੀ ਚ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਇਹ ਉਹ ਲੀਡਰ ਨੇ। ਪੂਰੀ ਲੰਬੀ ਲਿਸਟ ਹੈ ਇਹਨਾਂ ਦੀ, ਗੁਰਪ੍ਰਤਾਪ ਸਿੰਘ ਬਡਾਲਾ, ਇਹ ਉਹ ਲੀਡਰ ਨੇ ਜਿਹਨਾਂ ਦਾ ਕੋਰ ਕਮੇਟੀ ਚ ਜਾਂ ਉਹਨਾਂ ਦਾ ਹੁਣ ਤੱਕ ਅਕਾਲੀ ਦਲ ਦੇ ਵਿੱਚ ਚੰਗਾ ਨਾਮ ਸੀ, ਚੰਗਾ ਸਥਾਨ ਸੀ, ਲੇਕਿਨ ਹੁਣ ਜਦੋਂ ਉਹ ਬਾਹਰ ਹੋਏ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਏਜੰਟ ਨੇ, ਉਹ ਕਰਵਾ ਰਹੀ ਹੈ। ਜਿਵੇਂ ਬੀਬਾ ਹਰਸਿਮਰਤ ਨੇ ਕਿਹਾ ਕਿ 5 ਕੁ ਬੰਦੇ ਨੇ ਭਾਰਤੀ ਜਨਤਾ ਪਾਰਟੀ ਦੇ ਖਿਡੌਣੇ ਨੇ, ਜਿਹੜੇ ਪਪਟ ਨੇ, ਇਸ ਤਰ੍ਹਾਂ ਦੀ ਗੱਲ। ਹੁਣ ਇਹ ਸਾਰੀਆਂ ਇੱਕ ਦੂਜੇ ਤੇ ਲਾਂਛਨ ਲੱਗ ਰਹੇ ਨੇ। ਕੋਈ ਕਹਿ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਬੇਅਦਬੀ ਤੋਂ ਬਾਅਦ, ਮਾਫ਼ੀ ਤੋਂ ਬਾਅਦ, ਬਹਿਬਰ ਕਲਾਂ ਕੋਟਕਪੁਰੇ ਗੋਲੀਕਾਂਡ ਤੋਂ ਬਾਅਦ ਮਾਫ਼ੀ ਮੰਗਣੀ ਚਾਹੀਦੀ ਸੀ ਮਰਿਆਦਾ ਅਨੁਸਾਰ, ਜਿਹੜੀ ਉਹਨਾਂ ਨੇ 1 ਤਰੀਕ ਨੂੰ, 1 ਜੁਲਾਈ ਨੂੰ ਜਾ ਕੇ
ਮੰਗਣੀ ਹੈ, ਲਿਖਤੀ ਮੰਗਣੀ ਹੈ, ਬਹੁਤ ਕੁਝ ਹੋਣ ਜਾ ਰਿਹਾ ਹੈ ਅਕਾਲੀ ਸਿਆਸਤ ਚ। ਕੀ ਹੋ ਸਕਦਾ ਹੈ, ਕਿਸ ਕਿਸਮ ਦੀਆਂ ਗੱਲਾਂ ਵਾਪਰ ਸਕਦੀਆਂ ਨੇ? ਤੇ ਇੱਕ ਹੋਰ ਵੀ ਗੱਲ ਜਿਹੜੀ ਸਾਹਮਣੇ ਆਈ ਹੈ, ਮੈਂ ਕੱਲ ਹੋਰ ਜਿਹੜੀ ਬਾਗੀ ਧੜੇ ਦੇ ਇੱਕ ਮੈਂਬਰ ਨੂੰ ਮੈਂ ਪੁੱਛਿਆ ਜਿਹੜਾ ਮੀਟਿੰਗ ਚ ਸ਼ਾਮਿਲ ਸੀ, ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਦੋ ਤਿੰਨ ਧਾਰਮਿਕ ਸ਼ਖਸੀਅਤਾਂ ਬਾਰੇ ਸੋਚ ਰਹੇ ਹਾਂ। ਉਹਨਾਂ ਚ ਇੱਕ ਪੜ੍ਹੀ ਲਿਖੀ ਸ਼ਖਸੀਅਤ ਹੈ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਵਰਗੀ ਸ਼ਖਸੀਅਤ ਨੂੰ ਪ੍ਰਧਾਨ ਬਣਾ ਲਿਆ ਜਾਵੇ। ਔਰ ਇਹ ਵੀ ਫੈਸਲਾ ਹੋਇਆ ਕਿ ਜਿਹੜਾ ਪ੍ਰਧਾਨ ਤੇ ਮੁੱਖ ਮੰਤਰੀ ਅਲੱਗ ਹੋਏਗਾ, ਹੁਣ ਇੱਕੋ ਬੰਦਾ ਇੱਕੋ ਅਹੁਦਾ ਰੱਖੇਗਾ। ਇਸ ਕਿਸਮ ਦੀ ਜਿਹੜੀ ਸੁਧਾਰ ਦੀ ਗੁੰਜਾਇਸ਼ ਲੈ ਕੇ ਨਾਰਾਜ਼ ਧੜਾ ਗੱਲਬਾਤ ਕਰ ਰਿਹਾ ਹੈ, ਔਰ ਸੋਸ਼ਲ ਮੀਡੀਆ ਤੇ ਇੱਕ ਕਿਸਮ ਦਾ ਸਿਆਸੀ ਭੂਚਾਲ ਹੈ ਸਿੱਖ ਸਿਆਸਤ ਨੂੰ ਲੈ ਕੇ। ਇਹ ਤੇ ਚਰਚਾ ਕਰਨੀ ਹੈ ਤੇ ਚਰਚਾ ਕਰਨ ਲਈ ਸਾਡੇ ਨਾਲ ਜਿਹੜਾ ਜਿਹੜੇ ਮਹਿਮਾਨ ਨੇ ਤੁਹਾਡਾ ਨਾਲ ਪਾਰ ਭਰਾਵਾਂ, ਸਾਡੇ ਨਾਲ ਸਰਦਾਰ ਉਪਜੀਤ ਸਿੰਘ ਬਰਾੜ ਸਾਹਿਬ ਨੇ, ਸਿੱਖ ਚਿੰਤਕ ਨੇ, ਔਰ ਨਾਲ ਸਾਡੇ ਸਤਪਾਲ ਸਿੰਘ ਸਿੱਧੂ ਸਾਹਿਬ ਨੇ, ਔਰ ਮਹੇਸ਼ ਸ਼ਰਮਾ ਟ੍ਰਿਬਿਊਨ ਗਰੁੱਪ ਜਿਹੜਾ ਨਿਊਜ਼ ਪੇਪਰ ਹੈ ਉਹ ਸੀਨੀਅਰ ਪੱਤਰਕਾਰ ਸਾਡੇ ਨਾਲ ਨੇ, ਗੁਰਦੀਪ ਸਿੰਘ ਟੋਡਰ ਪੁਰ ਸ਼੍ਰੋਮਣੀ ਅਕਾਲੀ ਦਲ ਤੋਂ, ਤੇ ਨਾਲ ਸਾਡੇ ਪਰਮ ਸਿੰਘ ਸੋਹਲੀ ਸਾਹਿਬ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਇਸ ਪ੍ਰੋਗਰਾਮ ਚ ਸ਼ਾਮਿਲ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਬਰਾੜ ਸਾਹਿਬ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ? ਉਪਜੀਤ ਸਿੰਘ ਬਰਾੜ ਸਾਹਿਬ, ਜਦੋਂ ਕੋਈ ਪਾਰਟੀ ਸਿਧਾਂਤਾਂ ਤੋਂ ਪਰਾਂ ਹੋ ਜਾਵੇ ਤਾਂ ਉਹਦਾ ਹਾਲ ਇਹ ਹੁੰਦਾ ਹੈ। ਇਹ ਅਕਾਲੀ ਦਲ 1920 ਦੇ ਵਿੱਚ ਗੁਰਦੁਆਰਿਆਂ ਦੀ ਦੇਖਭਾਲ ਲਈ ਤੇ ਸਿੱਖ ਸਿਧਾਂਤਾਂ ਅਨੁਸਾਰ ਜਬਰਤਾ ਜ਼ੁਲਮ ਦਾ ਮੁਕਾਬਲਾ ਕਰਨ ਦੇ ਲਈ ਇਹਦੀ ਸਥਾਪਨਾ ਕੀਤੀ ਗਈ ਸੀਗੀ, ਤੇ ਇਹਦਾ ਇੱਕ ਲੰਮਾ ਇਤਿਹਾਸ ਆ ਕੁਰਬਾਨੀਆਂ ਦਾ। ਤੇ ਇਹਨੇ ਇਸ ਤਰ੍ਹਾਂ ਦੇ ਵੱਡੇ ਵੱਡੇ ਇਹਨਾਂ ਨੇ ਅੰਦੋਲਨ ਕਰਕੇ ਵੱਡੀਆਂ ਵੱਡੀਆਂ ਸਰਕਾਰਾਂ ਦੇ ਮੂੰਹ ਵੀ ਮੋੜੇ ਨੇ, ਪਰ ਜਿਉਂ ਜਿਉਂ ਸਮਾਂ ਲੰਘਦਾ ਗਿਆ ਅਕਾਲੀ ਦਲ ਦੇ ਵਿੱਚ ਜਿਹੜੀ ਸਿਧਾਂਤਕ ਗਿਰਾਵਟ ਆਈ ਆ, ਖਾਸ ਤੌਰ ਤੇ ਜਿਹੜੇ ਮੌਜੂਦਾ ਟੈਨਿਓਰ ਦੇ ਵਿੱਚ 1984 ਤੋਂ ਬਾਅਦ ਵਾਲੀ ਗੱਲ ਲਾ ਲਓ, ਉਸ ਤੋਂ ਬਾਅਦ ਇਹ ਲਗਾਤਾਰ ਤੇ ਉਸ ਤੋਂ ਪਹਿਲਾਂ ਵੀ ਲਾ ਲਓ, ਜਿਉਂ ਜਿਉਂ ਅਸੀਂ ਅਕਾਲੀ ਦਲ ਦੇ ਜਿਹੜੇ ਪ੍ਰਮੁੱਖ ਸਿਧਾਂਤਾਂ ਤੋਂ ਸਿੱਖ ਸਿਧਾਂਤਾਂ ਤੋਂ ਪਰਾਂ ਹੋ ਕੇ ਚਲੇ ਗਏ, ਤੇ ਸਿਰਫ ਆਪਣੀ ਅਕਾਲੀ ਦਲ ਦਾ ਇਹੀ ਮੰਤਵ ਰਹਿ ਗਿਆ ਵੀ ਵਿਧਾਨ ਸਭਾ ਤੇ ਆਪਣਾ ਜਿਹੜਾ ਕਬਜ਼ਾ ਕਿਵੇਂ ਕਰਨਾ ਹੈ, ਜਾਂ ਲੋਕ ਸਭਾ ਦੀਆਂ ਸੀਟਾਂ ਜਿੱਤਣੀਆਂ ਬਾਈ ਹੁੱਕ ਔਰ ਹੁੱਕ, ਤਾਂ ਉੱਥੇ ਅਜਿਹੀਆਂ ਗੱਲਾਂ ਜਿਹੜੀਆਂ ਹੋਣੀਆਂ ਸੁਭਾਵਿਕ ਆ। ਇਹ ਬਰਗਾੜੀ ਕਾਂਡ ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਬਰਗਾੜੀ ਕਾਂਡ ਤਾਂ ਬਹੁਤ ਬਾਅਦ ਦੀ ਗੱਲ ਆ, ਜਦੋਂ ਅਕਾਲੀ ਦਲ ਨੇ 1994 ਦੇ ਵਿੱਚ ਹੀ ਆਪਣੇ ਆਪ ਨੂੰ ਪੰਜਾਬੀ ਪਾਰਟੀ ਦੇ ਵਿੱਚ ਤਬਦੀਲ ਕਰ ਲਿਆ ਤੇ ਸਿੱਖ ਸਿਧਾਂਤਾਂ ਤੋਂ ਮੂੰਹ ਮੋੜ ਕੇ, ਤੇ ਜਿਹੜੀਆਂ ਗੱਲਾਂ ਦਾ ਇਹਨਾਂ ਨੇ ਵਾਅਦਾ ਕਰਿਆ ਸੀਗਾ ਵੀ ਅਸੀਂ ਜੁਡੀਸ਼ੀਅਲ ਕਮਿਸ਼ਨ ਬਣਾਵਾਂਗੇ ਜਿਹਦੇ ਚ ਸਾਰੇ ਜਿਹੜੇ ਬੇਇਨਸਾਫੀਆਂ ਪੰਜਾਬ ਦੇ ਵਿੱਚ ਹੋਈਆਂ ਉਹਨਾਂ ਦਾ ਇਨਸਾਫ ਦੇਵਾਂਗੇ, ਪਰ ਉਹਨਾਂ ਤੋਂ ਪਰਾਂ ਜਾ ਕੇ ਜਦੋਂ DGP SSP ਉਹੀ ਲਾਤੇ ਜਿਹੜਾ ਨੇ ਕਿ ਸਿੱਖ ਨਸਲਕੁਸ਼ੀ ਕੀਤੀ ਸੀ, ਉੱਥੋਂ ਹੀ ਸਿਧਾਂਤਾਂ ਦੀ ਗਿਰਾਵਟ ਸ਼ੁਰੂ ਹੋ ਗਈ ਸੀਗੀ। ਫਿਰ ਇੱਥੇ ਜਿਸ ਹਿਸਾਬ ਦੇ ਨਾਲ ਡੇਰਾਵਾਦ ਨੂੰ ਪੂਰਾ ਉਤਸ਼ਾਹਿਤ ਕੀਤਾ ਗਿਆ, ਚਾਹੇ ਉਹ ਭਨਿਆਰਾ ਸਿਸਟਮ ਹੋਵੇ ਤੇ ਚਾਹੇ ਉਹ ਦੂਜਾ ਆਸ਼ੂਤੋਸ ਵਾਲਾ ਹੋਵੇ, ਤੇ ਉਸ ਤੇ ਬਾਅਦ ਦੂਜਾ ਆਹ ਸਰਸੇ ਵਾਲਾ ਸਾਧ ਵਾਲਾ ਹੋ ਜਾਵੇ ਵੋਟਾਂ ਲੈਣ ਦੇ ਲਈ, ਕਿ ਆਪਣੇ ਜਿਹੜੇ ਗੈਰ ਸਿਧਾਂਤਕ ਸਮਝੌਤੇ ਕੀਤੇ ਗਏ ਉਹਦੇ ਨਾਲ ਹੌਲੀ ਹੌਲੀ ਗਿਰਾਵਟ ਸ਼ੁਰੂ ਹੋ ਗਈ। 1999 ਦੇ ਵਿੱਚ ਵੀ ਜਦੋਂ ਜਹੇਦਾਰ ਰਣਜੀਤ ਸਿੰਘ ਦੇ ਨਾਲ ਇਹਨਾਂ ਦਾ ਰੌਲਾ ਪਿਆ, ਤੇ ਉਸ ਤੋਂ ਬਾਅਦ ਗੁਰਚਰਨ ਸਿੰਘ ਟੌੜਾ ਹੁਣੀ ਵੱਖਰੇ ਹੋ ਗਏ, ਤਾਂ ਉੱਥੋਂ ਵੀ ਬਹੁਤ ਕੁਝ ਸਾਹਮਣੇ ਆ ਗਿਆ। ਤੇ ਆਹ ਜਿਹੜਾ ਹੁਣ ਮੌਜੂਦਾ ਦੌਰ ਆ, ਮੌਜੂਦਾ ਦੌਰ ਦੇ ਵਿੱਚ ਜਦੋਂ ਬਰਗਾੜੀ ਹੁੰਦਾ ਹੈ, ਕੋਟਕਪੂਰਾ ਬਹਿਬਲ ਕਾਂਡ ਹੁੰਦਾ ਹੈ, ਤਾਂ ਜਿਸ ਤਰ੍ਹਾਂ ਸਰਸੇ ਵਾਲਾ ਜਿਹੜਾ ਪ੍ਰੇਮੀ ਆ ਉਹਨੂੰ ਪਹਿਲਾਂ ਕਿਵੇਂ
ਉਹਦਾ ਜਿਹੜਾ ਉਹਨੂੰ ਚਿੱਠੀਆਂ ਜਾਲੀ ਚਿੱਠੀਆਂ ਤਿਆਰ ਕਰਕੇ ਜਿਵੇਂ ਅਸਲੀ ਕੋਈ ਨਕਲੀ ਕਹਿੰਦਾ ਹੈ ਉਹਨੂੰ ਮਾਫੀ ਦਿੱਤੀ ਗਈ, ਫਿਰ ਦੁਬਾਰਾ ਫਿਰ ਉਹਨੂੰ ਪੰਥ ਉਹਨੂੰ ਸ਼ਾਮਿਲ ਕਰ ਲਿਆ ਗਿਆ, ਵੀ ਇਹਨੂੰ ਮਾਫ ਕਰਤਾ ਗਿਆ, ਫਿਰ ਕੱਢ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਦੇ, ਔਰ ਉਹਦੇ ਚ ਸਾਰੇ ਸ਼ਾਮਿਲ ਸੀਗੇ। ਅੱਜ ਚਾਹੇ ਬਾਗੀ ਆ ਚਾਹੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨਾਲ ਆ, ਇਹਨਾਂ ਚੋਂ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੈ ਜਿਹੜਾ ਸਿਧਾਂਤਾਂ ਦੇ ਅਨੁਸਾਰ ਜੁਰਤ ਦੇ ਨਾਲ ਖੜਿਆ ਹੋਵੇ। ਇਹ ਸਾਰੇ ਹੀ ਇਹ ਇੱਥੋਂ ਤੱਕ ਕਿ ਲੋਕ ਸਭਾ ਦੇ ਵਿੱਚ ਵੀ ਮੇਰੇ ਯਾਦ ਆ ਪ੍ਰੇਮ ਸਿੰਘ ਚੰਦੂਮਾਜਰਾ ਨੇ ਬਰਗਾੜੀ ਦੇ ਬਾਰੇ ਐਕਸ਼ਨ ਲੈਣ ਦੇ ਲਈ ਵੀ ਉੱਥੇ ਜਿਹੜਾ ਮੋਰਚਾ ਚੱਲ ਰਿਹਾ ਹੈ ਉੱਥੇ ਪੰਜਾਬ ਜਲ ਜੂਗਾ ਫਲਾਣਾ ਹੋ ਜੂਗਾ, ਇਸ ਤਰ੍ਹਾਂ ਦੇ ਲੈਕਚਰ ਦੇ ਸੀਗੇ। ਤੇ ਕਹਿਣ ਦਾ ਭਾਵ ਕਿਉਂਕਿ ਉਸ ਸਮੇਂ ਸੱਤਾ ਦੇ ਵਿੱਚ ਸੀਗੇ, ਜਿਉਂ ਹੀ ਸੱਤਾ ਚਲੀ ਗਈ ਤਾਂ ਉਸ ਤੋਂ ਬਾਅਦ 2-3 ਲਗਾਤਾਰ ਹਾਰਾਂ ਹੋ ਗਈਆਂ, ਤਾਂ ਇਹਨਾਂ ਦੇ ਹੁਣ ਸਿਧਾਂਤ ਯਾਦ ਆ ਗਏ। ਸਿਧਾਂਤਾਂ ਦੇ ਨੇੜੇ ਤੇੜੇ ਅਸਲ ਦੇ ਵਿੱਚ ਕੋਈ ਵੀ ਨਹੀਂ ਹੈਗਾ, ਜੇਕਰ ਸਿਧਾਂਤਾਂ ਦੇ ਨੇੜੇ ਹੁੰਦੇ ਤਾਂ ਹਾਰਾਂ ਜਿਹੜੀਆਂ ਵਕਤੀ ਹਾਰਾਂ ਉਹਨਾਂ ਨੂੰ ਸਿਧਾਂਤਕ ਪਾਰਟ ਚੱਲਣ ਵਾਲੀਆਂ ਪਾਰਟੀਆਂ ਕੋਈ ਪ੍ਰਭਾਵਿਤ ਨਹੀਂ ਕਰਦੀਆਂ। ਸਿਧਾਂਤਾਂ ਤੇ ਚੱਲਣ ਵਾਲੀਆਂ ਪਾਰਟੀਆਂ ਆਪਣੇ ਸਿਧਾਂਤਾਂ ਤੇ ਕਾਇਮ ਰਹਿਣੀਆਂ, ਜਿਹੜੀਆਂ ਕਿ ਸਿਧਾਂਤਾਂ ਤੋਂ ਇਹ ਦੂਰ ਜਾ ਚੁੱਕੇ ਆ। ਤੇ ਜਿਹੜੇ ਅਕਾਲ ਤਖਤ ਸਾਹਿਬ ਦੇ ਅਸੂਲਾਂ ਨੂੰ ਲੈ ਕੇ ਗੱਲ ਕਰ ਰਹੇ ਸੀਗੇ, ਅਕਾਲ ਤਖਤ ਸਾਹਿਬ ਦੇ ਜਿਸ ਹਿਸਾਬ ਦੇ ਨਾਲ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੀ ਗਿਰਾਵਟ ਇਹਨਾਂ ਸਮਿਆਂ ਦੇ ਵਿੱਚ ਹੋਈ ਉਹਦੀ ਮਿਸਾਲ ਕਿਤੇ ਨਹੀਂ ਮਿਲਦੀ। ਤੇ ਉਹਦੇ ਕਰਕੇ ਹੀ ਜਿਹੜਾ ਪੰਥ ਹੌਲੀ 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 ਦੂਰ ਚਲਾ ਗਿਆ, ਤੇ ਜਦੋਂ ਪੰਥ ਦੇ ਨੁਮਾਇੰਦੇ ਹੀ ਪੰਥ ਦੇ ਜੁਰਮ ਲੱਗ ਜਾ ਕਰਨ ਤਾਂ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ। ਬਰਾੜ ਸਾਹਿਬ, ਬਰਾੜ ਸਾਹਿਬ ਜਿਹੜੀ ਸਿਧਾਂਤਾਂ ਦੀ ਗੱਲ ਕੀਤੀ ਹੈ, ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਭੁੰਦੜ ਤਾਂ ਕੱਲ ਕਹਿ ਰਹੇ ਸੀ ਕਿ ਪਾਰਟੀ ਸਿਧਾਂਤਾਂ ਤੇ ਖੜੀ ਰਹੂ ਜੋ ਮਰਜ਼ੀ ਹੋ ਜੇ। ਟੋਡਰ ਪੁਰ ਜੀ ਕਿਵੇਂ ਲਓਗੇ ਤੁਹਾਡੀ ਪਾਰਟੀ ਸਿਧਾਂਤਾਂ ਤੇ? ਬਰਾੜ ਸਾਹਿਬ ਤਾਂ ਕਹਿੰਦੇ ਜੇ ਸਿਧਾਂਤਾਂ ਤੇ ਖੜਤੇ ਤਾਂ ਘੱਟੋ ਘੱਟ ਆਇਆ ਹੱਲ ਨਾ ਹੁੰਦਾ। ਟੋਡਰ ਪੁਰ ਸਾਹਿਬ ਬਾਲੀਆ ਸਾਹਿਬ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਸਾਰੇ ਸਾਥੀਆਂ ਨੂੰ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ। ਮੈਂ ਹਰ ਸਾਹਿਬ ਦੀਆਂ ਗੱਲਾਂ ਸੁਣੀਆਂ ਤੇ ਹਰ ਸਾਹਿਬ ਨੇ ਕਿਹਾ, ਕਹਿੰਦੇ ਜੀ ਇਹ ਸਿਧਾਂਤਾਂ ਤੋਂ ਪਰੇ ਹੋ ਗਏ। ਮੈਂ ਬਰਾੜ ਸਾਹਿਬ ਨੂੰ ਦੱਸਣਾ ਚਾਹੁੰਦਾ, ਬਰਾੜ ਸਾਹਿਬ ਜੇ ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਤੋਂ ਪਰੇ ਹੋਇਆ ਹੁੰਦਾ ਤਾਂ ਅਸੀਂ ਅੱਜ ਇੱਕ ਸੀਟ ਨਾ ਜਿੱਤਦੇ, ਅਸੀਂ 8-9 ਸੀਟਾਂ ਜਿੱਤਦੇ ਤੇ 10 ਸੀਟਾਂ ਅਸੀਂ ਬੀਜੇਪੀ ਨਾਲ ਸਾਂਝ ਪਾ ਲੈਂਦੇ ਦੁਬਾਰਾ, ਜੇ ਅਸੀਂ ਜੇ ਅਕਾਲੀ ਦਲ ਇਕੱਲਾ ਜਿੱਤਣ ਵਾਸਤੇ ਹੀ ਲੜਦਾ ਹੁੰਦਾ। ਅਸੀਂ ਅਕਾਲੀ ਦਲ ਤਾਂ ਬਣੇ ਹੀ, ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਪੰਜਾਬ ਦੇ ਹਿੱਤਾਂ ਤੇ ਸਿਧਾਂਤਾਂ ਦੀ ਲੜਾਈ ਲੜਨ ਵਾਸਤੇ ਹੈ। ਗੱਲ ਮੈਂ ਨਹੀਂ ਦੇਖਦੀ, ਮੈਂ ਪਹਿਲਾਂ ਵੀ ਇੱਕ ਦਿਨ ਡਿਬੇਟ ਦੇ ਵਿੱਚ ਕਿਹਾ ਸੀ, ਮੈਂ ਕਿਹਾ ਸਾਡੇ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕਿਹਾ ਹੈ ਵੀ ਨਾ 24 ਜਿੱਤੀ ਜਾਵੇ, ਨਾ 27 ਜਿੱਤੀ ਜਾਵੇ, ਨਾ 32 ਜਿੱਤੀਏ, ਪਰ ਪੰਜਾਬ ਦੇ ਜਾਂ ਪਾਰਟੀ ਦੇ ਜਾਂ ਕੌਮ ਦੇ ਜੇ ਕੋਈ ਗਲਤ ਗੱਲ ਜਾਂਦੀ ਹੈ, ਉਲਟ ਜਾਂਦੀ ਹੈ, ਤਾਂ ਅਸੀਂ ਉਹਦੇ ਉਹਦੇ ਚ ਕੋਈ ਸਮਝੌਤਾ ਨਹੀਂ ਕਰਾਂਗੇ। ਇੱਥੇ ਜਿੱਤ ਕੋਈ ਮਾਇਨਾ ਨਹੀਂ ਰੱਖਦੀ। ਮੈਂ ਕਹਿਣਾ ਜੇ ਇਕੱਲੇ ਸਿਧਾਂਤ ਦੇ ਤੌਰ ਤੇ ਖੜੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਖੜਾ ਹੈ। ਮੈਂ ਬਰਾੜ ਸਾਹਿਬ ਬੈਠੇ ਨੇ, ਸਾਰੇ ਬਹੁਤ ਸਾਡੇ ਹੋਰ ਸੀਨੀਅਰ ਸਾਥੀ ਬੈਠੇ ਨੇ, ਅੱਜ ਤੱਕ ਦੱਸ ਦਿਓ ਜਿੰਨੀਆਂ ਪੰਜਾਬ ਦੇ ਕੋਈ ਹਿੱਤਾਂ ਵਾਸਤੇ ਲੜਾਈਆਂ ਲੜੀਆਂ ਨੇ, ਕੋਈ ਮੋਰਚੇ ਲਾਏ ਨੇ, ਦੂਜੀਆਂ ਪਾਰਟੀਆਂ ਵੀ ਰਾਜ ਕਰਕੇ ਗਈਆਂ ਨੇ, ਕਾਂਗਰਸ ਦੇ 7 ਜਿਤਾ ਤੇ ਲੋਕਾਂ ਨੇ, ਤੇ ਦੱਸ ਦਿਓ ਕਦੇ ਕੋਈ ਪੰਜਾਬ ਦੇ ਮੁੱਦੇ ਤੇ ਜਾਂ ਚੰਡੀਗੜ੍ਹ ਦੇ ਮੁੱਦੇ ਤੇ ਜਾਂ ਪਾਣੀਆਂ ਦੇ ਮੁੱਦੇ ਤੇ ਕਿਸੇ ਨੇ ਲੜਾਈ ਲੜੀ ਹੋਵੇ ਬਿਨਾਂ ਸ਼੍ਰੋਮਣੀ ਅਕਾਲੀ ਦਲ ਤੋਂ? ਠੀਕ ਹੈ, ਵੱਡਾ ਪਰਿਵਾਰ ਹੈ, ਕਿਤੇ ਨਾ ਕਿਤੇ ਗਿਲੇ ਸ਼ਿਕਵੇ ਹੋ ਜਾਂਦੇ ਨੇ। ਬਰਾੜ ਸਾਹਿਬ, ਬਾਲੀਆ ਸਾਹਿਬ, ਇਹ ਵੱਡੀ ਗੱਲ ਨਹੀਂ, ਗੱਲ ਜਿੱਤਾ ਹਾਰਾਂ ਦੀ ਨਹੀਂ ਹੈਗੀ, ਗੱਲ ਕੋਈ ਅੰਦਰੂਨੀ ਤੌਰ ਤੇ ਮਾੜੀ ਮੋਟੀ ਸੀਨੀਅਰ ਲੀਡਰਸ਼ਿਪ ਦੇ ਮਨ ਮੁਟਾਵ ਨੇ, ਉਹ ਕੋਈ ਗੱਲ ਨਹੀਂ, ਆਉਣ ਵਾਲੇ ਸਮੇਂ 'ਚ ਜ਼ਰੂਰ ਦੂਰ ਹੋ ਜਾਣਗੇ। ਮੈਂ ਤਾਂ ਤੁਹਾਡੇ ਮੀਡੀਆ ਦੇ ਜ਼ਰੀਏ ਸਾਰਿਆਂ ਸਾਡੇ ਸੀਨੀਅਰ ਲੀਡਰਸ਼ਿਪ ਨੂੰ ਬੇਨਤੀ ਕਰਦਾ, ਜਿਹੜੇ ਸਾਡੇ ਵੱਖਰੀ ਮੀਟਿੰਗ ਵੀ ਕੀਤੀ, ਉਹ ਵੀ ਸਾਡੇ ਸਤਿਕਾਰਯੋਗ ਨੇ, ਉਹਨਾਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡਾ ਪਰਿਵਾਰ ਹੈ ਆਪਣਾ, ਇੱਕ ਪਲੇਟਫਾਰਮ ਤੇ ਬਹਿ ਕੇ ਟੋਡਰ ਪੁਰ ਸਾਹਿਬ ਬਹਿ ਕੇ ਆਪਾਂ
ਟੋਡਰ ਪ੍ਰਸਾਦ, ਅਸੀਂ ਤੁਹਾਡੇ ਵਿਚਾਰਾਂ ਦੀ ਕਦਰ ਕਰਦੇ ਹਾਂ, ਪਰ ਜਿਹੜੇ ਮਨ ਮੁਟਾਵ ਥੋੜੇ ਬਹੁਤੇ ਦੀ ਗੱਲ ਤੁਸੀਂ ਕਰਦੇ ਹੋ ਨਾ, ਉਹਦੇ ਬਾਰੇ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਏਜੰਟ ਨੇ ਇਹ ਜਿਹੜੇ ਬੰਦੇ ਨੇ, ਔਰ ਇਹ ਕਿਹਾ ਵੀ ਸੀਨੀਅਰ ਲੀਡਰ ਜਿਹੜਾ ਡਾਕਟਰ ਦਲਜੀਤ ਸਿੰਘ ਚੀਮਾ ਤੇ ਬਲਵਿੰਦਰ ਸਿੰਘ ਭੁੰਦੜ ਨੇ ਕਿਰਨ ਸਿੰਘ ਚੰਨੂ ਮਾਲਦਾ ਤੇ ਮਹਤਾਬ ਨੂੰ, ਉਹ ਜਮਾਤ ਹੈਗੀ ਮੈਂ ਇਸ ਚੀਜ਼ ਨੂੰ ਕੰਡਮ ਕਰਦਾ ਜਿਹੜੇ ਸੁਖਬੀਰ ਸਿੰਘ ਬਾਦਲ ਗੱਲ ਕਰ ਰਹੇ ਨੇ ਜੀ, ਅਸੀਂ ਬਹੁਤ ਕੁਰਬਾਨੀਆਂ ਕੀਤੀਆਂ। ਅੱਜ ਹੀ ਮੈਨੂੰ ਇੱਕ ਇੰਟਰਵਿਊ ਚ ਕਿਸੇ ਨੇ ਪੁੱਛਿਆ ਕਿ ਸੁਖਬੀਰ ਸਿੰਘ ਬਾਦਲ ਤੇ ਕੋਈ ਕੁਰਬਾਨੀ ਹੈ, ਜਦੋਂ ਦਾ ਸੁਖਬੀਰ ਸਿੰਘ ਬਾਦਲ ਆਇਆ ਹੈ ਕੋਈ ਅਕਾਲੀ ਦਲ ਨੇ ਕੋਈ ਮੋਰਚਾ ਲਾਇਆ ਹੈ ਜਿਹੜਾ ਕੁਝ ਦੱਸਿਆ ਜਾ ਸਕੇ? ਬੜੇ ਸਵਾਲ ਨੇ, ਆਪਾਂ ਇੱਕ ਬ੍ਰੇਕ ਤੋਂ ਬਾਅਦ ਉਹਤੇ ਵੀ ਗੱਲ ਕਰਾਂਗੇ। ਹੁਣ ਲੈਂਦੇ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਲ। ਬ੍ਰੇਕ ਦੇ ਜਾਣ ਵੇਲੇ ਸਰਦਾਰ ਟੋਡਰ ਤੋਂ ਕਹਿ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਤੇ ਜਿਹੜਾ ਖੜਾ ਹੈ, ਜੇ ਸਿਧਾਂਤਾਂ ਤੇ ਨਾ ਹੁੰਦੇ ਤਾਂ ਅਸੀਂ ਬਹੁਤ ਸਾਰੀਆਂ ਸੀਟਾਂ ਮਤਲਬ ਕਿ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਕੇ ਜਿੱਤ ਜਾਂਦੇ। ਹਾਲਾਂਕਿ 1996 ਤੋਂ ਲੈ ਕੇ ਹੁਣ ਤੱਕ ਉਸੇ ਪਾਰਟੀ ਨਾਲ ਸਮਝੌਤਾ ਰਿਹਾ, ਇਹ ਵੀ ਆਪਾਂ ਨੂੰ ਸਭ ਨੂੰ ਪਤਾ ਹੈ, ਤੇ ਉਦੋਂ ਸਿਧਾਂਤ ਕਿੱਥੇ ਗਏ ਸੀ ਇਹ ਵੀ ਲੋਕ ਸਵਾਲ ਕਰਦੇ ਨੇ। ਬਰਾੜ ਸਾਹਿਬ ਦਾ ਮੈਂ ਇਸ਼ਾਰਾ ਦੇਖ ਰਿਹਾ ਸੀ। ਬਰਾੜ ਸਾਹਿਬ, ਮੈਂ ਤੁਹਾਡੇ ਕੋਲ ਬਾਅਦ ਚ ਆਊਂਗਾ, ਪਹਿਲਾਂ ਸੋਹਲੀ ਸਾਹਿਬ ਦੀ ਟਿੱਪਣੀ ਲੈ ਲਈਏ। ਪਰਮਜੀਤ ਸਿੰਘ ਸੋਹਲੀ, ਬਾਗਿਆ ਸਾਹਿਬ, ਮੈਂ ਹੈਰਾਨ ਆ ਵੀ ਸਾਡਾ ਭਰਾ ਟੋਡਰਪੁਰ ਸਭ ਕੁਝ ਜਾਣਨ ਦੇ ਬਾਵਜੂਦ ਵੀ ਕਿਹੜੀਆਂ ਗੱਲਾਂ ਅਸੀਂ ਕਰਨ ਪੈ ਗਏ, ਕਿਹੜੇ ਕਿਹੜੇ ਦਲ ਦੀ ਗੱਲ ਕਰਦੇ ਆ, ਕਿਹੜੇ ਸਿਧਾਂਤਾਂ ਦੀ ਗੱਲ ਕਰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਥੋਡੇ ਵਾਲਾ ਬਾਦਲ ਦਲ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੁਸੀਂ ਬਣਾਓ, ਫੇਰ ਵੀ ਤੁਸੀਂ ਸਿੱਖ ਕੌਮ ਨੂੰ ਪੰਜਾਬੀਆਂ ਨੂੰ ਸਿਧਾਂਤਾਂ ਦੀ ਸਿਧਾਂਤ ਸਿਖਾਓਗੇ? ਰਹਿ ਗਏ ਸਿਧਾਂਤ ਕਿ ਤੁਹਾਡੇ ਹੁੰਦਿਆਂ ਤੁਹਾਡਾ ਰਾਜ ਭਾਗ ਤੁਹਾਨੂੰ ਬਣਾ ਕੇ ਦਿੱਤਾ, ਦੂਜੀ ਦਫਾ ਫੇਰ ਦਿੱਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ, ਦੇਹਧਾਰੀ ਪੈਦਾ ਹੋ ਗਿਆ, ਸਾਰਾ ਸਾਰਾ ਕੁਛ ਉਹ ਦੇਹਧਾਰੀ ਨੂੰ ਮਾਫ ਕਰਾਉਣ ਦੇ ਲਈ ਪੈਸੇ ਕਿਹਦੇ ਲੱਗੇ, ਲੋਕਾਂ ਦਾ ਮੱਥਾ ਟੇਕਿਆ ਵਾ ਗੁਰੂ ਕੀ ਗੋਲ ਕਦੇ 98 ਲੱਖ, ਹਾਲੇ ਵੀ ਵਾਹ, ਹਾਲੇ ਵੀ ਸਿਧਾਂਤਹੀਣ ਪਾਰਟੀ ਇਹ, ਹਾਲੇ ਵੀ ਸਿਧਾਂਤਾਂ ਤੇ ਖੜੀ ਹੈ ਸ਼੍ਰੋਮਣੀ ਅਕਾਲੀ ਦਲ ਆ। ਇੱਕੋ ਇੱਕ ਤਾਂ ਲੋਕ ਵਾਰ ਵਾਰ ਕਹੀ ਜਾਂਦੇ ਨੇ ਕਿ ਇਹਨਾਂ ਕੋਲ ਚੋਣ ਸਾਲ ਹੈ ਤੱਕੜੀ, ਨਹੀਂ ਸ਼੍ਰੋਮਣੀ ਅਕਾਲੀ ਦਲ ਕਿੱਥੇ ਰਹਿ ਗਿਆ ਬਾਲੀਆ ਸਾਹਿਬ? ਸ਼੍ਰੋਮਣੀ ਅਕਾਲੀ ਦਲ ਤਾਂ ਪੰਥ ਦੀ ਕੌਮ ਦੀ ਵਿਰਾਸਤ ਸੀ, ਜਿਹਦੇ ਵਾਸਤੇ ਕੁਰਬਾਨੀਆਂ ਹੋਈਆਂ ਸਾਡੇ ਪੁਰਖਿਆਂ ਦੀਆਂ, ਜਿਨ੍ਹਾਂ ਨੇ ਇੱਥੇ ਖੜਾ ਕਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤਾਂ ਦੀ ਮਰਿਆਦਾ ਲਈ ਜਾਨਾਂ ਦੇ ਗਏ। ਪਰ ਅੱਜ ਵਾਲੇ ਦੱਸਣ ਦਾ ਸੀ, ਕਦੇ ਚੀਚੀ ਚੋਂ ਖੂਨ ਆਇਆ, ਕਦੇ ਚੀਚੀ ਚੋਂ ਵੀ ਆਇਆ? ਇਹਨਾਂ ਦੇ ਪੈਦਾ ਕਰਿਆ ਹੋਇਆ ਨੇ, ਜਦੋਂ ਅਸੀਂ ਵਿਰੋਧ ਕਰਦੀਆਂ ਸਨ ਸਾਡੇ ਜਥੇਬੰਦੀਆਂ, ਇਹਨਾਂ ਇਹਨਾਂ ਦੇ ਪੈਦਾ ਕਰਿਆ ਹੋਏ ਨੇ, ਸਾਡੇ ਤੇ ਗੋਲੀਆਂ ਚਲਾਈਆਂ ਦੇਹਧਾਰੀਆਂ ਨੇ, ਕਿੰਨੇ ਕਿੰਨੇ ਜਸਪਾਲ ਸਿੰਘ ਚੌੜ ਸਿੱਧਵਾਂ ਵਾਲਾ ਸ਼ਹੀਦ ਹੁੰਦਾ ਹੈ, ਇੱਧਰ ਡੱਬਵਾਲੀ ਵਾਲਾ ਹਰਮਿੰਦਰ ਸ਼ਹੀਦ ਹੁੰਦਾ ਹੈ, ਕਿੰਨਿਆਂ ਕਿਤੇ ਮੈਂ ਨਾ ਗਿਣਿਆ। ਮੈਂ ਸਿਧਾਂਤ ਕਿਹੜੇ ਨੇ? ਸਿਧਾਂਤ ਇਹ ਨੇ ਵੀ ਸਾਡੇ ਘਰ ਨੂੰ ਆਈ ਜਾਵੇ, ਜੇ ਜੇ ਪਿਤਾ ਆਪਣਾ ਪ੍ਰਧਾਨ ਆਪਣਾ ਮੁੱਖ ਮੰਤਰੀ ਬਣ ਗਿਆ ਸਰਦਾਰ ਬਾਦਲ, ਉਹ ਧੁੱਪ ਮੁੱਖ ਮੰਤਰੀ ਬਣ ਗਿਆ, ਤੇ ਦੂਜੇ ਬੰਨੇ ਖਜ਼ਾਨਾ ਮੰਤਰੀ ਭਤੀਜਾ ਬਣਦਾ ਹੈ, ਤੇ ਤੀਜੇ ਬੰਨੇ ਸਤਿਕਾਰਯੋਗ ਸਾਡੀ ਬੀਬੀ ਹਰਸਿਮਰਤ ਤੋਂ ਕੇਂਦਰ ਚ ਮੰਤਰੀ ਬਣਦੀ ਹੈ,
ਇਹ ਹਾਲੇ ਵੀ ਸਬਰ ਨਹੀਂ, ਉਹ ਤੋਂ ਬਾਅਦ ਗਾਹਾਂ ਰਿਸ਼ਤੇਦਾਰਾਂ ਚ ਜਾ ਰਹੇ, ਵਿਕਰਮ ਨੂੰ ਪਦਵੀਆਂ ਦੇ ਤੀਆਂ। ਇਹ ਤਾਂ ਦੱਸੋ ਵੀ ਤੁਸੀਂ ਪੰਥ ਨੂੰ ਕਿੱਥੇ ਖੜਾ ਕਰਿਆ ਲਿਆਂਗੇ, ਕਿਹੜਾ ਮੂੰਹ ਦਿਖਾਈਏ, ਕਿਹੜੇ ਸਿਧਾਂਤ ਦੀ ਗੱਲ ਕਰੀਏ। ਅਸੀਂ ਕਹਿੰਦੇ ਹਾਂ ਜਿਹੜੇ ਅੱਜ ਵੀ ਟੁੱਟ ਕੇ ਆਏ ਨੇ, ਇਹ ਟੁੱਟਦੇ ਥੋੜਾ ਸੀ, ਜਦ ਪਹਿਲਾਂ ਅਸੀਂ ਬੋਲਦੇ ਸੀ ਉਦੋਂ ਇਹ ਸਾਡੇ ਨਾਲ ਡਿਬੇਟਾਂ ਚ ਥੋੜੇ ਹੁੰਦੇ ਬਹਿੰਦੇ ਰਹੇ ਨੇ, ਚੜ੍ਹਦੀ ਬਰਾੜ ਨੂੰ ਉਦੋਂ ਸਾਡੀਆਂ ਗੱਲਾਂ ਇਹਨਾਂ ਨੂੰ ਬੁਰੀਆਂ ਲੱਗਦੀਆਂ ਸੀ, ਜਿਵੇਂ ਅੱਜ ਟੋਡਰਪੁਰ ਭਰਾ ਉਹਨਾਂ ਦੀ ਵਕਾਲਤ ਕਰਦਾ, ਪਹਿਲਾਂ ਤੁਹਾਡੇ ਨਾਲੋਂ ਜ਼ਿਆਦਾ ਵਕਾਲਤ ਆਪਣੇ ਉਹ ਬਰਾੜ ਕਰਿਆ ਕਰਦਾ ਚਰਨਜੀਤ, ਪਰ ਅੱਜ ਗੁਰੂ ਦਾ ਕਰਿਸ਼ਮਾ ਹੈ ਕਿ ਕਲਗੀ ਵਾਲੇ ਨੇ ਕਿਰਪਾ ਕਰੀ ਹੈ, ਜਦੋਂ ਸਬਰ ਦਾ ਪਿਆਲਾ ਭਰ ਗਿਆ, ਦੇਖਿਆ ਕਿ ਹੁਣ ਸਾਰਾ ਕੁਛ ਡੁੱਬਣ ਦੇ ਕਿਨਾਰੇ ਆ ਗਿਆ, ਪਤਾ ਲੱਗ ਗਿਆ ਲੋਕਾਂ ਨੂੰ। ਅਸੀਂ ਕਹਿੰਦੇ ਸੀ ਵੀ ਸ਼੍ਰੋਮਣੀ ਅਕਾਲੀ ਦਲ ਇਹਨੂੰ ਨਾ ਕਹੋ, ਬਾਦਲ ਦਾ ਟੱਬਰ ਹੈ, ਬਾਦਲ ਦੀ ਪਾਰਟੀ ਹੈ, ਮੰਨੀ ਨੀ, ਸਾਡੇ ਤੇ ਗੁੱਸੇ ਹੁੰਦੇ ਸੀ, ਪਰ ਅੱਜ ਸਾਰਿਆਂ ਨੂੰ ਪਤਾ ਲੱਗਦਾ ਉਹੀ ਜਿਹੜੇ ਘਾਗ ਲੀਡਰ ਸੀ, ਜਾਂ ਉਹਨਾਂ ਨੇ ਦੇਖਿਆ ਵੀ ਛਾਂਗ ਦੇ ਛਾਂਗ ਦੇ ਛਾਂਗ ਦੇ ਸਾਨੂੰ ਇੱਥੇ ਤੱਕ ਲੈ ਗਏ ਕਿ ਇੱਕ ਸਿਰਫ ਮੁੱਢੇ ਰਹਿ ਗਿਆ, ਮੁੱਢ ਵੀ ਤਾਂ ਰਹਿ ਗਿਆ ਕਿ ਇਹਨਾਂ ਨੇ ਪਹਿਲਾਂ ਉਹਨਾਂ ਨੂੰ ਪ੍ਰਧਾਨਗੀ ਦੇ ਦਿੱਤੀ ਸਾਰਿਆਂ ਨੇ, ਪ੍ਰਧਾਨਗੀ ਤੇ ਉਹ ਕਬਜ਼ਾ ਕਰਕੇ ਬਹਿ ਗਿਆ, ਹੁਣ ਕਬਜ਼ਾ ਨਹੀਂ ਇਹਨਾਂ ਤੋਂ ਟੁੱਟਦਾ, ਜਿਹਦੇ ਕਾਰਨ ਇਹ ਕੁਛ ਹੋਇਆ। ਪਰ ਮੈਂ ਸਪਸ਼ਟ ਕਰਦਾ ਕਿ ਜਿਹੜਾ ਧੜਾ ਨਾਰਾਜ਼ ਹੋ ਕੇ ਜਾਂ ਇਹਨੂੰ ਛੱਡ ਕੇ ਅੱਜ ਵੀ ਗਿਆ, ਜੇ ਇਮਾਨਦਾਰੀ ਨਾਲ ਗਿਆ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਹਨਾਂ ਨੂੰ ਸਾਰਾ ਕੁਝ ਦੱਸਣਾ ਪੈਣਾ ਵੀ ਸਾਡੇ ਚੋਂ ਕਿਹੜੇ ਕਿਹੜੇ ਬੰਦੇ ਨੇ ਜਿਹੜੇ ਝੂਠੇ ਸੌਦੇ ਵਾਲੇ ਦੇ ਲਾਈਨ ਬਣਾ ਕੇ ਵੋਟਾਂ ਨੂੰ ਗਏ ਸੀ। ਇਹ ਲਾਈਨ ਬਣਾ ਕੇ ਗਏ ਨੇ ਲੋਕ ਅਕਾਲ ਤਖ਼ਤ ਨੂੰ ਪਿੱਠਾ, ਝੂਠੇ ਸੌਦੇ ਵਾਲੇ ਨੂੰ ਨਮਸਕਾਰ, ਤੇ ਉਹਨੂੰ ਉਹਦੀ ਗੋਦ ਦਾ ਨਿੱਕ ਮਾਣ ਕੇ ਆਏ ਵੇ ਲੋਕ ਨੇ। ਇਹ ਇਸ ਕਰਕੇ ਇਹਨਾਂ ਨੂੰ ਟੋਡਰਪੁਰ ਜੀ, ਇਹ ਲੇਖਾ ਤੁਹਾਡੀ ਆਪਸ ਚ ਲੜਾਈ ਨਾਲ, ਇਹ ਨਾ ਕਹੋ ਵੀ ਪੰਥ ਭੁੱਲ ਜੂਗਾ, ਕੀ ਕੁਛ ਹੋਇਆ ਪੰਥ ਪੱਖ ਆ ਗਿਆ। ਮੈਂ ਦੁਬਾਰਾ ਆਉਣਾ ਹੈ, ਮੈਂ ਜਵਾਬ ਵੀ ਲੈਣੇ ਨੇ, ਲੇਕਿਨ ਪਹਿਲਾਂ ਦੋ ਸਾਡੇ ਪੈਨਲਿਸਟ ਉਹਨਾਂ ਨੂੰ ਵੀ ਆਪਾਂ ਇਸ ਡਿਬੇਟ ਚ ਸ਼ਾਮਿਲ ਕਰ ਲਈਏ। ਮਹੇਸ਼ ਸ਼ਰਮਾ ਜੀ, ਕਿਵੇਂ ਦੇਖਦੇ ਹੋ ਤੁਸੀਂ ਇੱਕ ਪੱਤਰਕਾਰ ਦੇ ਤੌਰ ਤੇ? ਦੇਖੋ, ਪੱਤਰਕਾਰ ਨੇ ਤਾਂ ਲੋਕਾਂ ਦੀ ਗੱਲ ਸੁਣਨੀ ਹੁੰਦੀ ਹੈ, ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਵੀ ਆਉਂਦੇ ਨੇ। ਮੌਜੂਦਾ ਸਥਿਤੀ ਉੱਪਰੋਂ ਜਿਹੋ ਜਿਹੀ ਮਰਜ਼ੀ ਲੱਗਦੀ ਹੋਵੇ, ਲੇਕਿਨ ਜਿਹੜਾ ਹੇਠਲਾ ਜਿਹੜੀ ਇਹਦੀ ਫਾਊਂਡੇਸ਼ਨ ਹੈ ਇਹ ਕਮਜ਼ੋਰ ਹੋ ਚੁੱਕੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ, ਕਿਉਂਕਿ ਜਿਹੜਾ ਅੱਜ ਵਰਕਰ ਹੈ ਉਹ ਮਾਯੂਸ ਹੈ, ਕੋਈ ਉਸ ਧੜੇ ਤੋਂ ਮਾਯੂਸ ਹੈ, ਕੋਈ ਉਸ ਧੜੇ ਤੋਂ ਮਾਯੂਸ ਹੈ, ਉਹ ਲੜਾਈ ਪਸੰਦ ਨਹੀਂ ਕਰਦਾ, ਉਹ ਚਾਹੁੰਦਾ ਸੀ ਇੱਕ ਜਿਹੜਾ ਟੀਚਾ ਉਹ ਪੁਰਾਣਾ ਚੱਲਦਾ ਰਹੇ। ਰਹੀ ਗੱਲ ਇਸ ਚੀਜ਼ ਦਾ, ਜਿਹੜਾ ਇੱਕ ਹੋਰ ਗੱਲ ਜਿਹੜੀ ਸੋਚਣ ਵਾਲੀ ਹੈ, ਕੋਈ ਬੇੜਾ ਸੀ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੱਕੜੀ ਦੀ ਸੋਚ ਦੇ ਨਾਲ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੇ ਮਨ ਦੇ ਵਿੱਚ ਨਾ ਬਾਦਲ ਸੀ, ਨਾ ਬਰਨਾਲਾ ਸੀ, ਨਾ ਕੋਈ ਹੋਰ ਸੀ, ਉਹਨਾਂ ਨੂੰ ਬਾਬੇ ਦੀ ਤੱਕੜੀ ਦਿਖਦੀ ਸੀ, ਇਸ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਸੀਗੇ। ਉਹ ਜਿਹੜੀ ਸਥਿਤੀ ਹੈ ਹੁਣ ਬਹੁਤ ਦੂਰ ਜਾ ਚੁੱਕੀ ਹੈ। ਹੁਣ ਚਰਚਾ। ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਹਿਲਾਂ ਦੱਸੋ, ਸ਼੍ਰੋਮਣੀ ਅਕਾਲੀ ਦਲ ਇੱਕ ਵੱਡੇ ਸੰਕਟ ਦੇ ਵਿੱਚ ਘਿਰਿਆ ਹੋਇਆ, 103-104 ਸਾਲ ਪੁਰਾਣੀ ਪਾਰਟੀ ਅੱਜ ਜਿਸ ਹਾਲਾਤ ਦੇ ਵਿੱਚ ਪਹੁੰਚੀ ਹੈ, ਸੱਚਮੁੱਚ ਉਹਦੇ ਬਾਰੇ ਜਿਹੜਾ ਹੈ ਇੰਟਰੋਸਪੈਕਸ਼ਨ ਕਰਨੀ, ਪੜਚੋਲ ਕਰਨੀ ਤਾਂ ਜ਼ਰੂਰੀ ਹੈ। ਪੜਚੋਲ ਜਾਂ ਮੰਥਨ ਕਈ ਵਾਰੀ ਹੋਇਆ ਹੈ, ਲੇਕਿਨ ਮੰਥਨ ਦੇ ਵਿੱਚ ਜੋ ਕੁਝ ਨਿਕਲ ਕੇ ਬਾਹਰ ਆਇਆ ਉਹ ਤੇ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਕੋਈ ਜਿਹੜਾ ਹੈ ਕੰਮ ਕਰਨ ਨੂੰ ਤਿਆਰ ਨਹੀਂ।
ਝੁੰਡਾ ਕਮੇਟੀ ਇਸੇ ਕਰਕੇ ਬਣੀ ਸੀ ਵੀ ਸਾਡੀ ਹਾਰ ਦੇ ਕਾਰਨ ਕੀ ਨੇ, ਤੇ ਜਿਸ ਤਰੀਕੇ ਨਾਲ ਉਹਨਾਂ ਨੇ ਮੰਥਨ ਕੀਤਾ, ਇਕੱਲੇ ਇਕੱਲੇ ਮੈਂਬਰ ਕੋਲ ਜਾ ਕੇ ਉਹਨਾਂ ਨੇ ਡਾਟਾ ਕਲੈਕਟ ਕੀਤਾ, ਕਾਰਨ ਲੱਭੇ, ਲੇਕਿਨ ਪਤਾ ਤਾਂ ਇਹ ਲੱਗਿਆ ਕਿ ਉਹ ਜਨਤਕ ਤਾਂ ਰਿਪੋਰਟ ਕੀਤੀ ਨਹੀਂ ਗਈ। ਸੁਣਿਆ ਕਿ ਕੋਰ ਕਮੇਟੀ ਚ ਇੱਕ ਵਾਰ ਕੁਛ ਹਿੱਸੇ ਉਹਦੇ ਪੜ੍ਹ ਕੇ ਸੁਣਾਏ ਗਏ, ਉਸ ਤੋਂ ਬਾਅਦ ਪ੍ਰਧਾਨ ਸਾਹਿਬ ਕੋਲ ਹੋ ਚੁੰਦਾ ਕਮੇਟੀ ਦੀ ਰਿਪੋਰਟ ਚਲੀ ਗਈ, ਜਿਹਦੇ ਚ ਸਮੁੱਚੀ ਲੀਡਰਸ਼ਿਪ ਨੂੰ ਬਦਲਣ ਦੀ ਗੱਲ ਆਖੀ ਗਈ ਸੀ। ਪ੍ਰਧਾਨ ਸਾਹਿਬ ਨੇ ਕਿਹਾ ਕਿ ਮੈਂ ਸਾਰੀ ਲੀਡਰਸ਼ਿਪ ਬਦਲ ਦਿੰਦਾ ਪ੍ਰਧਾਨ ਤੋਂ ਬਿਨਾਂ, ਇਸ ਤਰ੍ਹਾਂ ਦੀ ਗੱਲ ਹੋਈ ਤੇ ਉਦੋਂ ਬਾਅਦ ਕੋਈ ਇੰਪਲੀਮੈਂਟੇਸ਼ਨ ਨਹੀਂ ਹੋਈ। ਅਕਾਲੀ ਦਲ ਦੇ ਵਿੱਚ ਸੰਕਟ ਵਧਣ ਦੇ ਕਾਰਨ ਕਈ ਨੇ, ਉਹਨਾਂ ਚੋਂ ਇੱਕ ਤਾਂ ਇਹ ਹੈ ਕਿ ਲਗਾਤਾਰ ਹਾਰਾਂ ਹੋ ਰਹੀਆਂ ਨੇ, ਔਰ ਹਾਰਾਂ ਤੋਂ ਬਾਅਦ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਉਹ ਕਿਸੇ ਕਿਸਮ ਦੀ ਜ਼ਿੰਮੇਵਾਰੀ ਲੈ ਕੇ ਤਿਆਗ ਪੱਤਰ ਦੇਣ ਤੋਂ ਕੰਨੀ ਕਤਰਾ ਰਹੇ ਨੇ। ਅੰਦਰੋਂ ਅੰਦਰੀ ਮੰਗ ਤਾਂ ਹੋ ਰਹੀ ਸੀ ਤੇ ਲੀਡਰਸ਼ਿਪ ਦੀ ਤਬਦੀਲੀ ਦੀ ਮੰਗ ਨੂੰ ਅੱਖੋਂ ਪਰੋਖੇ ਕੀਤਾ ਗਿਆ, ਤੇ ਜਿਸ ਤਰੀਕੇ ਨਾਲ ਕੱਲ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਭਰੋਸਾ ਪ੍ਰਗਟ ਕੀਤਾ ਗਿਆ। ਹੁਣ ਲੋਕ ਕਹਿੰਦੇ ਨੇ ਕਿ ਵਰਕਿੰਗ ਕਮੇਟੀ ਦੇ ਵਿੱਚ ਜਾਂ ਜਥੇਦਾਰਾਂ ਚ ਜਿਹਦੇ ਬਾਰੇ ਬੀਬਾ ਹਰਸਿਮਰਤ ਕੌਰ ਕਹਿੰਦੀ ਹੈ ਕਿ 117 ਚੋਂ 112 ਸਾਡੇ ਨਾਲ ਨੇ, ਉਹ ਕਿਹਨੇ ਅਪੁਆਇੰਟ ਕੀਤੇ ਨੇ? ਉਹ ਅਪੁਆਇੰਟ ਤਾਂ ਜ਼ਿਲ੍ਹਾ ਜਥੇਦਾਰ ਹਲਕਾ ਇੰਚਾਰਜ ਸਾਰੇ ਆਪ ਹੀ ਤਾਂ ਬਣਾਏ ਨੇ ਸੁਖਬੀਰ ਸਿੰਘ ਬਾਦਲ ਨੇ। ਆਪਦੇ ਬੰਦਿਆਂ ਤੋਂ ਭਰੋਸਾ ਪ੍ਰਗਟ ਕਰਾਉਣਾ ਉਹ ਤਾਂ ਆਮ ਗੱਲ ਹੈ, ਗੱਲ ਤਾਂ ਲੋਕਾਂ ਦੇ ਭਰੋਸੇ ਦੀ ਹੈ। ਜੇ ਲੋਕਾਂ ਦਾ ਭਰੋਸਾ ਹੁੰਦਾ ਤਾਂ ਹਾਲ ਇਹ ਨਾ ਹੁੰਦਾ, ਪਾਰਟੀ ਦੀ ਜਮਾਤ ਜ਼ਬਤ ਨਾ ਹੁੰਦੀ। ਇਹ ਕਹਿ ਰਹੇ ਨੇ ਵਿਰੋਧੀ ਧੜੇ ਦੇ, ਜਿਹਨਾਂ ਨੂੰ ਬਾਗੀ ਕਹਿ ਲਓ, ਨਾਰਾਜ਼ ਲੀਡਰ ਕਹਿ ਲਓ, ਜੋ ਨਾਂ ਦੇਣਾ ਦਿੱਤਾ ਜਾ ਸਕਦਾ, ਜਾਂ ਇੱਕ ਹੋਰ ਧੜਾ ਜਾਂ ਨਾਰਾਜ਼ ਧੜਾ ਜਿਹਦੇ ਵਿੱਚ ਵੱਡੀ ਗਿਣਤੀ ਚ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਇਹ ਉਹ ਲੀਡਰ ਨੇ, ਪੂਰੀ ਲੰਬੀ ਲਿਸਟ ਹੈ ਇਹਨਾਂ ਦੀ, ਗੁਰਪ੍ਰਤਾਪ ਸਿੰਘ ਬਡਾਲਾ, ਇਹ ਉਹ ਲੀਡਰ ਨੇ ਜਿਨ੍ਹਾਂ ਦਾ ਕੋਰ ਕਮੇਟੀ ਚ ਜਾਂ ਉਹਨਾਂ ਦਾ ਹੁਣ ਤੱਕ ਅਕਾਲੀ ਦਲ ਦੇ ਵਿੱਚ ਚੰਗਾ ਨਾਮ ਸੀ, ਚੰਗਾ ਸਥਾਨ ਸੀ। ਲੇਕਿਨ ਹੁਣ ਜਦੋਂ ਉਹ ਬਾਹਰ ਹੋਏ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਏਜੰਟ ਨੇ, ਉਹ ਕਰਵਾ ਰਹੀ ਹੈ। ਜਿਵੇਂ ਬੀਬਾ ਹਰਸਿਮਰਤ ਨੇ ਕਿਹਾ ਕਿ 5 ਕੁ ਬੰਦੇ ਨੇ ਭਾਰਤੀ ਜਨਤਾ ਪਾਰਟੀ ਦੇ ਖਿਡੌਣੇ ਨੇ ਜਿਹੜੇ ਪਪਟ ਨੇ, ਇਸ ਤਰ੍ਹਾਂ ਦੀ ਗੱਲ। ਹੁਣ ਇਹ ਸਾਰੀਆਂ ਇੱਕ ਦੂਜੇ ਤੇ ਲਾਂਛਨ ਲੱਗ ਰਹੇ ਨੇ। ਕੋਈ ਕਹਿ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਬੇਅਦਬੀ ਤੋਂ ਬਾਅਦ, ਮਾਫ਼ੀ ਤੋਂ ਬਾਅਦ, ਬਹਿਬਰ ਕਲਾਂ ਕੋਟਕਪੁਰੇ ਗੋਲੀਕਾਂਡ ਤੋਂ ਬਾਅਦ ਮਾਫ਼ੀ ਮੰਗਣੀ ਚਾਹੀਦੀ ਸੀ ਮਰਿਆਦਾ ਅਨੁਸਾਰ, ਜਿਹੜੀ ਉਹਨਾਂ ਨੇ 1 ਤਰੀਕ ਨੂੰ 1 ਜੁਲਾਈ ਨੂੰ ਜਾ ਕੇ ਮੰਗਣੀ ਹੈ, ਲਿਖਤੀ ਮੰਗਣੀ ਹੈ। ਬਹੁਤ ਕੁਛ ਹੋਣ ਜਾ ਰਿਹਾ ਹੈ ਅਕਾਲੀ ਸਿਆਸਤ ਚ, ਕੀ ਹੋ ਸਕਦਾ, ਕਿਸ ਕਿਸਮ ਦੀਆਂ ਗੱਲਾਂ ਵਾਪਰ ਸਕਦੀਆਂ ਨੇ। ਤੇ ਇੱਕ ਹੋਰ ਵੀ ਗੱਲ ਜਿਹੜੀ ਸਾਹਮਣੇ ਆਈ ਹੈ, ਮੈਂ ਕੱਲ ਹੋਰ ਜਿਹੜੀ ਬਾਗੀ ਧੜੇ ਦੇ ਇੱਕ ਮੈਂਬਰ ਨੂੰ ਮੈਂ ਪੁੱਛਿਆ ਜਿਹੜਾ ਮੀਟਿੰਗ ਚ ਸ਼ਾਮਿਲ ਸੀ, ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ 2-3 ਧਾਰਮਿਕ ਸ਼ਖਸੀਅਤਾਂ ਬਾਰੇ ਸੋਚ ਰਹੇ ਹਾਂ। ਉਹਨਾਂ ਚ ਇੱਕ ਪੜ੍ਹੀ ਲਿਖੀ ਸ਼ਖਸੀਅਤ ਹੈ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਵਰਗੀ ਸ਼ਖਸੀਅਤ ਨੂੰ ਪ੍ਰਧਾਨ ਬਣਾ ਲਿਆ ਜਾਵੇ। ਔਰ ਇਹ ਵੀ ਫੈਸਲਾ ਹੋਇਆ ਕਿ ਜਿਹੜਾ ਪ੍ਰਧਾਨ ਤੇ ਮੁੱਖ ਮੰਤਰੀ ਅਲੱਗ ਹੋਏਗਾ, ਹੁਣ ਇੱਕੋ ਬੰਦਾ ਇੱਕੋ ਅਹੁਦਾ ਰੱਖੇਗਾ। ਇਸ ਕਿਸਮ ਦੀ ਜਿਹੜੀ
ਸੁਧਾਰ ਦੀ ਗੁੰਜਾਇਸ਼ ਲੈ ਕੇ ਨਾਰਾਜ਼ ਧੜਾ ਗੱਲਬਾਤ ਕਰ ਰਿਹਾ ਹੈ ਔਰ ਸੋਸ਼ਲ ਮੀਡੀਆ ਤੇ ਇੱਕ ਕਿਸਮ ਦਾ ਸਿਆਸੀ ਭੂਚਾਲ ਹੈ ਸਿੱਖ ਸਿਆਸਤ ਨੂੰ ਲੈ ਕੇ ਇਹਤੇ ਚਰਚਾ ਕਰਨੀ ਹੈ ਤੇ ਚਰਚਾ ਕਰਨ ਲਈ ਸਾਡੇ ਨਾਲ ਜਿਹੜਾ ਹੈ ਜਿਹੜੇ ਮਹਿਮਾਨ ਨੇ ਤੁਹਾਡਾ ਭਰਾਵਾਂ ਸਾਡੇ ਨਾਲ ਸਰਦਾਰ ਉਪਜੀਤ ਸਿੰਘ ਬਰਾੜ ਸਾਹਿਬ ਨੇ ਸਿੱਖ ਚਿੰਤਕ ਨੇ ਔਰ ਨਾਲ ਸਾਡੇ ਸਤਪਾਲ ਸਿੰਘ ਸਿੱਧੂ ਸਾਹਿਬ ਨੇ ਔਰ ਮਹੇਸ਼ ਸ਼ਰਮਾ ਟ੍ਰਿਬਿਊਨ ਗਰੁੱਪ ਜਿਹੜਾ ਨਿਊਜ਼ ਪੇਪਰ ਹੈ ਉਹ ਸੀਨੀਅਰ ਪੱਤਰਕਾਰ ਸਾਡੇ ਨਾਲ ਨੇ ਗੁਰਦੀਪ ਸਿੰਘ ਟੋਡਰ ਪੁਰ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਨਾਲ ਸਾਡੇ ਪੰਡ ਸਿੰਘ ਸੋਹਲੀ ਸਾਹਿਬ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਇਸ ਪ੍ਰੋਗਰਾਮ ਚ ਸ਼ਾਮਲ ਨੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਬਰਾੜ ਸਾਹਿਬ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ ਉਪਜੀਤ ਸਿੰਘ ਬਰਾੜ ਸਾਹਿਬ ਜਦੋਂ ਕੋਈ ਪਾਰਟੀ ਸਿਧਾਂਤਾਂ ਤੋਂ ਪਰਾਂ ਹੋ ਜਾਵੇ ਤਾਂ ਉਹਦਾ ਹਾਲ ਇਹ ਹੁੰਦਾ ਹੈ ਇਹ ਅਕਾਲੀ ਦਲ 1920 ਦੇ ਵਿੱਚ ਗੁਰਦੁਆਰਿਆਂ ਦੀ ਦੇਖਭਾਲ ਲਈ ਤੇ ਸਿੱਖ ਸਿਧਾਂਤਾਂ ਅਨੁਸਾਰ ਜਬਰਤਾ ਜ਼ੁਲਮ ਦਾ ਮੁਕਾਬਲਾ ਕਰਨ ਦੇ ਲਈ ਇਹਨੂੰ ਇਹਦੀ ਸਥਾਪਨਾ ਕੀਤੀ ਗਈ ਸੀਗੀ ਤੇ ਇਹਦਾ ਇੱਕ ਲੰਮਾ ਇਤਿਹਾਸ ਆ ਕੁਰਬਾਨੀਆਂ ਦਾ ਤੇ ਇਹਨੇ ਇਸ ਤਰ੍ਹਾਂ ਦੇ ਵੱਡੇ ਵੱਡੇ ਇਹਨਾਂ ਨੇ ਅੰਦੋਲਨ ਕਰਕੇ ਵੱਡੀਆਂ ਵੱਡੀਆਂ ਸਰਕਾਰਾਂ ਦੇ ਮੂੰਹ ਵੀ ਮੋੜੇ ਨੇ ਪਰ ਜਿਉਂ ਜਿਉਂ ਸਮਾਂ ਲੰਘਦਾ ਗਿਆ ਅਕਾਲੀ ਦਲ ਦੇ ਵਿੱਚ ਜਿਹੜੀ ਸਿਧਾਂਤਕ ਗਿਰਾਵਟ ਆਈ ਆ ਖਾਸ ਤੌਰ ਤੇ ਜਿਹੜੇ ਮੌਜੂਦਾ ਟੈਨਿਓਰ ਦੇ ਵਿੱਚ 1984 ਤੋਂ ਬਾਅਦ ਵਾਲੀ ਗੱਲ ਲਾ ਲਓ ਉਸ ਤੋਂ ਬਾਅਦ ਇਹ ਲਗਾਤਾਰ ਤੇ ਉਸ ਤੋਂ ਪਹਿਲਾਂ ਵੀ ਲਾ ਲਓ ਜਿਉਂ ਜਿਉਂ ਅਸੀਂ ਅਕਾਲੀ ਦਲ ਦੇ ਜਿਹੜੇ ਪ੍ਰਮੁੱਖ ਸਿਧਾਂਤਾਂ ਤੋਂ ਸਿੱਖ ਸਿਧਾਂਤਾਂ ਤੋਂ ਪਰਾਂ ਹੋ ਕੇ ਚਲੇ ਗਏ ਤੇ ਸਿਰਫ ਆਪਣੀ ਅਕਾਲੀ ਦਲ ਦਾ ਇਹੀ ਮੰਤਵ ਰਹਿ ਗਿਆ ਵੀ ਵਿਧਾਨ ਸਭਾ ਤੇ ਆਪਣਾ ਜਿਹੜਾ ਕਬਜ਼ਾ ਕਿਵੇਂ ਕਰਨਾ ਜਾਂ ਲੋਕ ਸਭਾ ਦੀਆਂ ਸੀਟਾਂ ਜਿੱਤਣੀਆਂ ਬਾਈ ਹੁੱਕ ਔਰ ਤਾਂ ਉੱਥੇ ਅਜਿਹੀਆਂ ਗੱਲਾਂ ਜਿਹੜੀਆਂ ਹੋਣੀਆਂ ਸੁਭਾਵਿਕ ਆ ਇਹ ਬਰਗਾੜੀ ਕਾਂਡ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਬਰਗਾੜੀ ਕਾਂਡ ਤਾਂ ਬਹੁਤ ਬਾਅਦ ਦੀ ਗੱਲ ਆ ਜਦੋਂ ਅਕਾਲੀ ਦਲ ਨੇ 1994 ਦੇ ਵਿੱਚ ਹੀ ਆਪਣੇ ਆਪ ਨੂੰ ਪੰਜਾਬੀ ਪਾਰਟੀ ਦੇ ਵਿੱਚ ਤਬਦੀਲ ਕਰ ਲਿਆ ਤੇ ਸਿੱਖ ਸਿਧਾਂਤਾਂ ਤੋਂ ਮੂੰਹ ਮੋੜ ਕੇ ਤੇ ਜਿਹੜੀਆਂ ਗੱਲਾਂ ਦਾ ਇਹਨਾਂ ਨੇ ਵਾਅਦਾ ਕਰਿਆ ਸੀਗਾ ਵੀ ਅਸੀਂ ਜੁਡੀਸ਼ੀਅਲ ਕਮਿਸ਼ਨ ਬਣਾਵਾਂਗੇ ਜਿਹਦੇ ਚ ਸਾਰੇ ਜਿਹੜੇ ਬੇਇਨਸਾਫੀਆਂ ਪੰਜਾਬ ਦੇ ਵਿੱਚ ਹੋਈਆਂ ਉਹਨਾਂ ਦਾ ਇਨਸਾਫ ਦੇਵਾਂਗੇ ਪਰ ਉਹਨਾਂ ਤੋਂ ਪਰਾਂ ਜਾ ਕੇ ਜਦੋਂ DGP SSP ਉਹੀ ਲਾਤੇ ਜਿਹਨਾਂ ਨੇ ਕਿ ਸਿੱਖ ਨਸਲਕੁਸ਼ੀ ਕੀਤੀ ਸੀ ਉੱਥੋਂ ਹੀ ਸਿਧਾਂਤਾਂ ਦੀ ਗਿਰਾਵਟ ਸ਼ੁਰੂ ਹੋ ਗਈ ਸੀਗੀ ਫਿਰ ਇੱਥੇ ਜਿਸ ਹਿਸਾਬ ਦੇ ਨਾਲ ਡੇਰਾਵਾਦ ਨੂੰ ਪੂਰਾ ਉਤਸ਼ਾਹਿਤ ਕੀਤਾ ਗਿਆ ਚਾਹੇ ਉਹ ਭਨਿਆਰਾ ਆ ਸਿਸਟਮ ਹੋਵੇ ਤੇ ਚਾਹੇ ਉਹ ਦੂਜਾ ਆਸ਼ੂਤੋਸ ਵਾਲਾ ਹੋਵੇ ਤੇ ਉਸ ਤੇ ਬਾਅਦ ਦੂਜਾ ਆ ਸਰਸੇ ਵਾਲਾ ਸਾਧ ਵਾਲਾ ਹੋ ਜਾਵੇ ਵੋਟਾਂ ਲੈਣ ਦੇ ਲਈ ਕਿ ਆਪਣੇ ਜਿਹੜੇ ਗੈਰ ਸਿਧਾਂਤਕ ਸਮਝੌਤੇ ਕੀਤੇ ਗਏ ਉਹਦੇ ਨਾਲ ਹੌਲੀ ਹੌਲੀ ਗਿਰਾਵਟ ਸ਼ੁਰੂ ਹੋ ਗਈ 1999 ਦੇ ਵਿੱਚ ਵੀ ਜਦੋਂ ਜਹੇਦਾਰ ਰਣਜੀਤ ਸਿੰਘ ਦੇ ਨਾਲ ਇਹਨਾਂ ਦਾ ਰੌਲਾ ਪਿਆ ਤੇ ਉਸ ਤੋਂ ਬਾਅਦ ਗੁਰਚਰਨ ਸਿੰਘ ਟੌੜਾ ਹੁਣੀ ਵੱਖਰੇ ਹੋ ਗਏ ਤਾਂ ਉੱਥੋਂ ਵੀ ਬਹੁਤ ਕੁਝ ਸਾਹਮਣੇ ਆ ਗਿਆ ਤੇ ਆਹ ਜਿਹੜਾ ਹੁਣ ਮੌਜੂਦਾ ਦੌਰ ਆ ਮੌਜੂਦਾ ਦੌਰ ਦੇ ਵਿੱਚ ਜਦੋਂ ਬਰਗਾੜੀ ਹੁੰਦਾ ਹੈ ਕੋਟਕਪੂਰਾ ਬਹਿਬਲ ਕਾਂਡ ਹੁੰਦਾ ਹੈ ਤਾਂ ਜਿਸ ਤਰ੍ਹਾਂ ਸਰਸੇ ਵਾਲਾ ਜਿਹੜਾ ਪ੍ਰੇਮੀ ਆ ਉਹਨੂੰ ਪਹਿਲਾਂ ਕਿਵੇਂ ਉਹਦਾ ਜਿਹੜਾ ਉਹਨੂੰ ਚਿੱਠੀਆਂ ਜਾਲੀ ਚਿੱਠੀਆਂ ਤਿਆਰ ਕਰਕੇ ਜਿਵੇਂ ਅਸਲੀ ਕੋਈ ਨਕਲੀ ਕਹਿੰਦਾ ਹੈ ਉਹਨੂੰ ਮਾਫ਼ੀ ਦਿੱਤੀ ਗਈ ਫਿਰ ਦੁਬਾਰਾ ਫਿਰ ਉਹਨੂੰ ਪੰਥ ਉਹਨੂੰ ਸ਼ਾਮਿਲ ਕਰ ਲਿਆ ਗਿਆ ਵੀ ਇਹਨੂੰ ਮਾਫ਼ ਕਰਤਾ ਗਿਆ ਫਿਰ ਕੱਢ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਦੇ ਔਰ ਉਹਦੇ ਚ ਸਾਰੇ ਸ਼ਾਮਿਲ ਸੀਗੇ ਅੱਜ ਚਾਹੇ ਬਾਗੀ ਆ ਚਾਹੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨਾਲ ਆ ਇਹਨਾਂ ਚੋਂ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੈ ਜਿਹੜਾ ਸਿਧਾਂਤਾਂ ਦੇ ਅਨੁਸਾਰ ਜੁਰਤ ਦੇ ਨਾਲ ਖੜਿਆ ਹੋਵੇ ਇਹ ਸਾਰੇ ਹੀ ਇਹ ਇੱਥੋਂ ਤੱਕ ਕਿ ਲੋਕ ਸਭਾ ਦੇ ਵਿੱਚ ਵੀ ਮੇਰੇ ਯਾਦ ਆ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਬਰਗਾੜੀ ਦੇ ਬਾਰੇ ਐਕਸ਼ਨ ਲੈਣ ਦੇ ਲਈ ਵੀ ਉੱਥੇ ਜਿਹੜਾ ਮੋਰਚਾ ਚੱਲ ਰਿਹਾ ਉੱਥੇ ਪੰਜਾਬ ਜਲ ਜੂਗਾ ਫਲਾਣਾ ਹੋ ਜੂਗਾ ਇਸ ਤਰ੍ਹਾਂ ਦੇ ਲੈਕਚਰ ਦੇ ਸੀਗੇ ਤੇ ਕਹਿਣ ਦਾ ਭਾਵ ਕਿਉਂਕਿ ਉਸ ਸਮੇਂ ਸੱਤਾ ਦੇ ਵਿੱਚ ਸੀਗੇ ਜਿਉਂ ਹੀ ਸੱਤਾ ਚਲੀ ਗਈ ਤਾਂ ਉਸ ਤੋਂ ਬਾਅਦ ਦੋ ਤਿੰਨ ਲਗਾਤਾਰ ਹਾਰਾਂ ਹੋ ਗਈਆਂ
ਤਾਂ ਇਹਨਾਂ ਦੇ ਹੁਣ ਸਿਧਾਂਤ ਯਾਦ ਆ ਗਏ। ਸਿਧਾਂਤਾਂ ਦੇ ਨੇੜੇ ਤੇੜੇ ਅਸਲ ਦੇ ਵਿੱਚ ਕੋਈ ਵੀ ਨਹੀਂ ਹੈਗਾ। ਜੇਕਰ ਸਿਧਾਂਤਾਂ ਦੇ ਨੇੜੇ ਹੁੰਦੇ ਤਾਂ ਹਾਰਾਂ ਜਿਹੜੀਆਂ ਵਕਤੀ ਹਾਰਾਂ ਉਹਨਾਂ ਨੂੰ ਸਿਧਾਂਤਕ ਪਾਰਟ ਚੱਲਣ ਵਾਲੀਆਂ ਪਾਰਟੀਆਂ ਕੋਈ ਪ੍ਰਭਾਵਿਤ ਨਹੀਂ ਕਰਦੀਆਂ। ਸਿਧਾਂਤਾਂ ਤੇ ਚੱਲਣ ਵਾਲੀਆਂ ਪਾਰਟੀਆਂ ਆਪਣੇ ਸਿਧਾਂਤਾਂ ਤੇ ਕਾਇਮ ਰਹਿਣੀਆਂ, ਜਿਹੜੀਆਂ ਕਿ ਸਿਧਾਂਤਾਂ ਤੋਂ ਇਹ ਦੂਰ ਜਾ ਚੁੱਕੇ ਆ। ਤੇ ਜਿਹੜੇ ਅਕਾਲ ਤਖਤ ਸਾਹਿਬ ਦੇ ਅਸੂਲਾਂ ਨੂੰ ਲੈ ਕੇ ਗੱਲ ਕਰ ਰਹੇ ਸੀਗੇ, ਅਕਾਲ ਤਖਤ ਸਾਹਿਬ ਦੇ ਜਿਸ ਹਿਸਾਬ ਦੇ ਨਾਲ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੀ ਗਿਰਾਵਟ ਇਹਨਾਂ ਸਮਿਆਂ ਦੇ ਵਿੱਚ ਹੋਈ, ਉਹਦੀ ਮਿਸਾਲ ਕਿਤੇ ਨਹੀਂ ਮਿਲਦੀ। ਤੇ ਉਹਦੇ ਕਰਕੇ ਹੀ ਜਿਹੜਾ ਪੰਥ ਹੌਲੀ 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 ਦੂਰ ਚਲਾ ਗਿਆ, ਤੇ ਜਦੋਂ ਪੰਥ ਦੇ ਨੁਮਾਇੰਦੇ ਹੀ ਪੰਥ ਦੇ ਜੁਰਮ ਲੱਗ ਜਾ ਕਰਨ, ਤਾਂ ਉਹਦਾ ਨਤੀਜਾ ਤੁਹਾਡੇ ਸਾਹਮਣੇ ਬਰਾੜ ਸਾਹਿਬ ਜਿਹੜੀ ਸਿਧਾਂਤਾਂ ਦੀ ਗੱਲ ਕੀਤੀ ਹੈ, ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੁੰਦੜ ਤਾਂ ਕੱਲ ਕਹਿ ਰਹੇ ਸੀ ਕਿ ਪਾਰਟੀ ਸਿਧਾਂਤਾਂ ਤੇ ਖੜੀ ਰਹੂ ਜੋ ਮਰਜ਼ੀ ਹੋ ਜੇ। ਟੋਡਰ ਪੁਰ ਜੀ, ਕਿਵੇਂ ਲਓਗੇ ਤੁਹਾਡੀ ਪਾਰਟੀ ਸਿਧਾਂਤਾਂ ਤੇ? ਬਰਾੜ ਸਾਹਿਬ ਤਾਂ ਕਹਿੰਦੇ ਜੇ ਸਿਧਾਂਤਾਂ ਤੇ ਖੜਤੇ ਤਾਂ ਘੱਟੋ ਘੱਟ ਆਇਆ ਹੱਲ ਨਾ ਹੁੰਦਾ। ਟੋਡਰ ਪੁਰ ਸਾਹਿਬ, ਬਾਲੀਆ ਸਾਹਿਬ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਸਾਰੇ ਸਾਥੀਆਂ ਨੂੰ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ। ਮੈਂ ਹਰ ਸਾਹਿਬ ਦੀਆਂ ਗੱਲਾਂ ਸੁਣੀਆਂ ਤੇ ਹਰ ਸਾਹਿਬ ਨੇ ਕਿਹਾ, ਕਹਿੰਦੇ ਜੀ ਇਹ ਸਿਧਾਂਤਾਂ ਤੋਂ ਪਰੇ ਹੋ ਗਏ। ਮੈਂ ਬਰਾੜ ਸਾਹਿਬ ਨੂੰ ਦੱਸਣਾ ਚਾਹੁੰਦਾ, ਬਰਾੜ ਸਾਹਿਬ, ਜੇ ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਤੋਂ ਪਰੇ ਹੋਇਆ ਹੁੰਦਾ ਤਾਂ ਅਸੀਂ ਅੱਜ ਇੱਕ ਸੀਟ ਨਾ ਜਿੱਤਦੇ, ਅਸੀਂ 8-9 ਸੀਟਾਂ ਜਿੱਤਦੇ, 10 ਸੀਟਾਂ ਅਸੀਂ ਬੀਜੇਪੀ ਨਾਲ ਸਾਂਝ ਪਾ ਲੈਂਦੇ ਦੁਬਾਰਾ, ਜੇ ਅਕਾਲੀ ਦਲ ਇਕੱਲਾ ਜਿੱਤਣ ਵਾਸਤੇ ਹੀ ਲੜਦਾ ਹੁੰਦਾ। ਅਸੀਂ ਅਕਾਲੀ ਦਲ ਤਾਂ ਬਣੇ ਹੀ, ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਪੰਜਾਬ ਦੇ ਹਿੱਤਾਂ ਤੇ ਸਿਧਾਂਤਾਂ ਦੀ ਲੜਾਈ ਲੜਨ ਵਾਸਤੇ ਹੈ। ਗੱਲ ਮੈਂ ਨਹੀਂ ਦੇਖਦੀ, ਮੈਂ ਪਹਿਲਾਂ ਵੀ ਇੱਕ ਦਿਨ ਡਿਬੇਟ ਦੇ ਵਿੱਚ ਕਿਹਾ ਸੀ, ਮੈਂ ਕਿਹਾ ਸਾਡੇ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕਿਹਾ ਵੀ ਨਾ 24 ਜਿੱਤੀ ਜਾਵੇ, ਨਾ 27 ਜਿੱਤੀ ਜਾਵੇ, ਨਾ 32 ਜਿੱਤੀਏ, ਪਰ ਪੰਜਾਬ ਦੇ ਜਾਂ ਪਾਰਟੀ ਦੇ ਜਾਂ ਕੌਮ ਦੇ ਜੇ ਕੋਈ ਗਲਤ ਗੱਲ ਜਾਂਦੀ ਹੈ, ਉਲਟ ਜਾਂਦੀ ਹੈ, ਤਾਂ ਅਸੀਂ ਉਹਦੇ ਚ ਕੋਈ ਸਮਝੌਤਾ ਨਹੀਂ ਕਰਾਂਗੇ। ਇੱਥੇ ਜਿੱਤ ਕੋਈ ਮਾਇਨਾ ਨਹੀਂ ਰੱਖਦੀ। ਮੈਂ ਕਹਿਣਾ ਜੇ ਇਕੱਲੇ ਸਿਧਾਂਤ ਦੇ ਤੌਰ ਤੇ ਖੜੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਖੜਾ। ਮੈਂ ਬਰਾੜ ਸਾਹਿਬ ਬੈਠੇ ਨੇ, ਸਾਰੇ ਬਹੁਤ ਸਾਡੇ ਹੋਰ ਸੀਨੀਅਰ ਸਾਥੀ ਬੈਠੇ ਨੇ, ਅੱਜ ਤੱਕ ਦੱਸ ਦਿਓ ਜਿੰਨੀਆਂ ਪੰਜਾਬ ਦੇ ਕੋਈ ਹਿੱਤਾਂ ਵਾਸਤੇ ਲੜਾਈਆਂ ਲੜੀਆਂ ਨੇ, ਕੋਈ ਮੋਰਚੇ ਲਾਏ ਨੇ, ਦੂਜੀਆਂ ਪਾਰਟੀਆਂ ਵੀ ਰਾਜ ਕਰਕੇ ਗਈਆਂ ਨੇ, ਕਾਂਗਰਸ ਦੇ 7 ਜਿਤਾ ਤੇ ਲੋਕਾਂ ਨੇ, ਤੇ ਦੱਸ ਦਿਓ ਕਦੇ ਕੋਈ ਪੰਜਾਬ ਦੇ ਮੁੱਦੇ ਤੇ ਜਾਂ ਚੰਡੀਗੜ੍ਹ ਦੇ ਮੁੱਦੇ ਤੇ ਜਾਂ ਪਾਣੀਆਂ ਦੇ ਮੁੱਦੇ ਤੇ ਕਿਸੇ ਨੇ ਲੜਾਈ ਲੜੀ ਹੋਵੇ ਬਿਨਾਂ ਸ਼੍ਰੋਮਣੀ ਅਕਾਲੀ ਦਲ ਤੋਂ? ਠੀਕ ਹੈ, ਵੱਡਾ ਪਰਿਵਾਰ ਹੈ, ਕਿਤੇ ਨਾ ਕਿਤੇ ਗਿਲੇ ਸ਼ਿਕਵੇ ਹੋ ਜਾਂਦੇ ਨੇ। ਬਰਾੜ ਸਾਹਿਬ, ਬਾਲੀਆ ਸਾਹਿਬ, ਇਹ ਵੱਡੀ ਗੱਲ ਨਹੀਂ, ਗੱਲ ਜਿੱਤਾਂ ਹਾਰਾਂ ਦੀ ਨਹੀਂ ਹੈਗੀ, ਗੱਲ ਕੋਈ ਅੰਦਰੂਨੀ ਤੌਰ ਤੇ ਮਾੜੀ ਮੋਟੀ ਸੀਨੀਅਰ ਲੀਡਰਸ਼ਿਪ ਦੇ ਮਨ ਮਟਾਵ ਨੇ, ਉਹ ਕੋਈ ਗੱਲ ਨਹੀਂ, ਆਉਣ ਵਾਲੇ ਸਮੇਂ 'ਚ ਜ਼ਰੂਰ ਦੂਰ ਹੋ ਜਾਣਗੇ। ਮੈਂ ਤਾਂ ਤੁਹਾਡੇ ਮੀਡੀਆ ਦੇ ਜ਼ਰੀਏ ਸਾਰਿਆਂ ਸਾਡੇ ਸੀਨੀਅਰ ਲੀਡਰਸ਼ਿਪ ਨੂੰ ਬੇਨਤੀ ਕਰਦਾ, ਜਿਹੜੇ ਸਾਡੇ ਵੱਖਰੀ ਮੀਟਿੰਗ ਵੀ ਕੀਤੀ, ਉਹ ਵੀ ਸਾਡੇ ਸਤਿਕਾਰਯੋਗ ਨੇ, ਉਹਨਾਂ ਸਾਰਿਆਂ ਨੂੰ ਕਹਿ ਰਿਹਾ ਚਾਹੁੰਦੇ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡਾ ਪਰਿਵਾਰ ਹੈ ਆਪਣਾ, ਇੱਕ ਪਲੇਟਫਾਰਮ ਤੇ ਬਹਿ ਕੇ। ਟੋਡਰ ਪੁਰ ਸਾਹਿਬ, ਅਸੀਂ ਤੁਹਾਡੇ ਵਿਚਾਰਾਂ ਦੀ ਕਦਰ ਕਰਦੇ ਹਾਂ, ਪਰ ਜਿਹੜੇ ਮਨ ਮਟਾਵ ਥੋੜੇ ਬਹੁਤੇ ਦੀ ਗੱਲ ਤੁਸੀਂ ਕਰਦੇ ਹੋ ਨਾ, ਉਹਦੇ ਬਾਰੇ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਏਜੰਟ ਨੇ ਇਹ ਜਿਹੜੇ ਬੰਦੇ ਨੇ, ਔਰ ਇਹ ਕਿਹਾ ਵੀ ਸੀਨੀਅਰ ਲੀਡਰ ਜਿਹੜਾ ਡਾਕਟਰ ਦਲਜੀਤ ਸਿੰਘ ਚੀਮਾ ਤੇ ਬਲਵਿੰਦਰ ਸਿੰਘ ਭੁੰਦੜ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਗੱਲ ਕਰ ਰਹੇ ਨੇ ਜੀ, ਅਸੀਂ ਬਹੁਤ ਕੁਰਬਾਨੀਆਂ ਕੀਤੀਆਂ। ਅੱਜ ਹੀ ਮੈਨੂੰ ਇੱਕ ਇੰਟਰਵਿਊ ਚ ਕਿਸੇ ਨੇ ਪੁੱਛਿਆ
ਕਿ ਸੁਖਬੀਰ ਸਿੰਘ ਬਾਦਲ ਦੀ ਕੋਈ ਕੁਰਬਾਨੀ ਹੈ? ਜਦੋਂ ਦਾ ਸੁਖਬੀਰ ਸਿੰਘ ਬਾਦਲ ਆਇਆ ਹੈ, ਕੋਈ ਅਕਾਲੀ ਦਲ ਨੇ ਕੋਈ ਮੋਰਚਾ ਲਾਇਆ ਹੈ ਜਿਹੜਾ ਕੁਛ ਦੱਸਿਆ ਜਾ ਸਕੇ? ਬੜੇ ਸਵਾਲ ਨੇ, ਆਪਾਂ ਇੱਕ ਬ੍ਰੇਕ ਤੋਂ ਬਾਅਦ ਉਹਤੇ ਵੀ ਗੱਲ ਕਰਾਂਗੇ। ਹੁਣ ਲੈਂਦੇ ਇੱਕ ਬ੍ਰੇਕ। ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਬ੍ਰੇਕ ਦੇ ਜਾਣ ਵੇਲੇ ਸਰਦਾਰ ਟੋਡਰ ਭਾਵੇ ਕਹਿ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਤੇ ਜਿਹੜਾ ਖੜਾ, ਜੇ ਸਿਧਾਂਤਾਂ ਤੇ ਨਾ ਹੁੰਦੇ ਤਾਂ ਅਸੀਂ ਬਹੁਤ ਸਾਰੀਆਂ ਸੀਟਾਂ, ਮਤਲਬ ਕਿ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਕੇ ਜਿੱਤ ਜਾਂਦੇ। ਹਾਲਾਂਕਿ 1996 ਤੋਂ ਲੈ ਕੇ ਹੁਣ ਤੱਕ ਉਸੇ ਪਾਰਟੀ ਨਾਲ ਸਮਝੌਤਾ ਰਿਹਾ, ਇਹ ਵੀ ਆਪਾਂ ਨੂੰ ਸਭ ਨੂੰ ਪਤਾ ਹੈ, ਤੇ ਉਦੋਂ ਸਿਧਾਂਤ ਕਿੱਥੇ ਗਏ ਸੀ ਇਹ ਵੀ ਲੋਕ ਸਵਾਲ ਕਰਦੇ ਨੇ। ਬਰਾੜ ਸਾਹਿਬ ਦਾ ਮੈਂ ਇਸ਼ਾਰਾ ਦੇਖ ਰਿਹਾ ਸੀ। ਬਰਾੜ ਸਾਹਿਬ, ਮੈਂ ਤੁਹਾਡੇ ਕੋਲ ਬਾਅਦ ਚ ਆਊਂਗਾ, ਪਹਿਲਾਂ ਸੋਹਲੀ ਸਾਹਿਬ ਦੀ ਟਿੱਪਣੀ ਲੈ ਲਈਏ। ਪਰਮਜੀਤ ਸਿੰਘ ਸੋਹਲੀ, ਬਾਗੀਆ ਸਾਹਿਬ, ਮੈਂ ਹੈਰਾਨ ਆ ਵੀ ਸਾਡਾ ਭਰਾ ਟੋਡਰਪੁਰ ਸਭ ਕੁਛ ਜਾਣਨ ਦੇ ਬਾਵਜੂਦ ਵੀ ਕਿਹੜੀਆਂ ਗੱਲਾਂ ਅਸੀਂ ਕਰਨ ਪੈ ਗਏ, ਕਿਹੜੇ ਕਿਹੜੇ ਦਲ ਦੀ ਗੱਲ ਕਰਦਿਆਂ, ਕਿਹੜੇ ਸਿਧਾਂਤਾਂ ਦੀ ਗੱਲ ਕਰਦਿਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਗਜ਼ ਤੁਹਾਡੇ ਵਾਲਾ ਬਾਦਲ ਦਲ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਗਜ਼ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੁਸੀਂ ਬਣਾਓ, ਫੇਰ ਵੀ ਤੁਸੀਂ ਸਿੱਖ ਕੌਮ ਨੂੰ, ਪੰਜਾਬੀਆਂ ਨੂੰ ਸਿਧਾਂਤਾਂ ਦੀ ਸਿਧਾਂਤ ਸਿਖਾਓਗੇ? ਰਹਿ ਗਏ ਸਿਧਾਂਤ ਕਿ ਤੁਹਾਡੇ ਹੁੰਦਿਆਂ ਤੁਹਾਡਾ ਰਾਜ ਭਾਗ ਤੁਹਾਨੂੰ ਬਣਾ ਕੇ ਦਿੱਤਾ, ਦੂਜੀ ਦਫਾ ਫੇਰ ਦਿੱਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ, ਦੇਹਧਾਰੀ ਪੈਦਾ ਹੋ ਗਿਆ, ਸਾਰਾ ਸਾਰਾ ਕੁਛ ਉਹ ਦੇਹਧਾਰੀ ਨੂੰ ਮਾਫ ਕਰਾਉਣ ਦੇ ਲਈ ਪੈਸੇ ਕਿਹਦੇ ਲੱਗੇ, ਲੋਕਾਂ ਦਾ ਮੱਥਾ ਟੇਕਿਆ ਵਾ ਗੁਰੂ ਕੀ ਗੋਲ ਕਦੇ 98 ਲੱਖ। ਹਾਲੇ ਵੀ ਵਾਹ, ਹਾਲੇ ਵੀ ਸਿਧਾਂਤਹੀਣ ਪਾਰਟੀ ਵੀ ਇਹ, ਹਾਲੇ ਵੀ ਸਿਧਾਂਤਾਂ ਤੇ ਖੜੀ ਹੈ ਸ਼੍ਰੋਮਣੀ ਅਕਾਲੀ ਦਲ। ਆ ਇੱਕੋ ਇੱਕ ਤਾਂ ਲੋਕ ਵਾਰ ਵਾਰ ਕਹੀ ਜਾਂਦੇ ਨੇ ਕਿ ਇਹਨਾਂ ਕੋਲ ਚੋਣ ਸਾਨ ਹੈ ਤੱਕੜੀ, ਨਹੀਂ ਸ਼੍ਰੋਮਣੀ ਅਕਾਲੀ ਦਲ ਕਿੱਥੇ ਰਹਿ ਗਿਆ ਬਾਲੀਆ ਸਾਹਿਬ? ਸ਼੍ਰੋਮਣੀ ਅਕਾਲੀ ਦਲ ਤਾਂ ਪੰਥ ਦੀ ਕੌਮ ਦੀ ਵਿਰਾਸਤ ਸੀ, ਜਿਹਦੇ ਵਾਸਤੇ ਕੁਰਬਾਨੀਆਂ ਹੋਈਆਂ ਸਾਡੇ ਪੁਰਖਿਆਂ ਦੀਆਂ, ਜਿਹਨਾਂ ਨੇ ਇੱਥੇ ਖੜਾ ਕਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤਾਂ ਦੀ ਮਰਿਆਦਾ ਲਈ ਜਾਨਾਂ ਦੇ ਗਏ। ਪਰ ਅੱਜ ਵਾਲੇ ਦੱਸਣ ਦਾ ਸੀ, ਕਦੇ ਚੀਚੀ ਚੋਂ ਖੂਨ ਆਇਆ? ਕਦੇ ਚੀਚੀ ਚੋਂ ਵੀ ਆਇਆ? ਇਹਨਾਂ ਦੇ ਪੈਦਾ ਕਰਿਆ ਹੋਇਆ ਨੇ, ਜਦੋਂ ਅਸੀਂ ਵਿਰੋਧ ਕਰਦੀਆਂ ਸਨ ਸਾਡੇ ਜਥੇਬੰਦੀਆਂ, ਇਹਨਾਂ ਇਹਨਾਂ ਦੇ ਪੈਦਾ ਕਰਿਆ ਹੋਏ ਨੇ, ਸਾਡੇ ਤੇ ਗੋਲੀਆਂ ਚਲਾਈਆਂ ਦੇਹਧਾਰੀਆਂ ਨੇ, ਕਿੰਨੇ ਕਿੰਨੇ, ਜਸਪਾਲ ਸਿੰਘ ਚੌੜ ਸਿੱਧਵਾਂ ਵਾਲਾ ਸ਼ਹੀਦ ਹੁੰਦਾ ਹੈ, ਇੱਧਰ ਡੱਬ ਵਾਲੀ ਵਾਲਾ ਹਰਮਿੰਦਰ ਸ਼ਹੀਦ ਹੁੰਦਾ ਹੈ, ਕਿੰਨਿਆਂ ਕਿਤੇ ਮੈਂ ਨਾ ਗਿਣਿਆ ਵਾ। ਸਿਧਾਂਤ ਕਿਹੜੇ ਨੇ? ਸਿਧਾਂਤ ਇਹ ਨੇ ਵੀ ਸਾਡੇ ਘਰ ਨੂੰ ਆਈ ਜਾਵੇ, ਜੇ ਜੇ ਪਿਤਾ ਆਪਣਾ ਪ੍ਰਧਾਨ ਆਪਣਾ ਮੁੱਖ ਮੰਤਰੀ ਬਣ ਗਿਆ ਸਰਦਾਰ ਬਾਦਲ, ਉਹ ਧੁੱਪ ਮੁੱਖ ਮੰਤਰੀ ਬਣ ਗਿਆ, ਤੇ ਦੂਜੇ ਬੰਨੇ ਖਜ਼ਾਨਾ ਮੰਤਰੀ ਭਤੀਜਾ ਬਣਦਾ ਹੈ, ਤੇ ਤੀਜੇ ਬੰਨੇ ਸਤਿਕਾਰ ਜੋ ਸਾਡੀ ਬੀਬੀ ਹਰ ਸਿਮਰ ਤੋਂ ਕੇਂਦਰ ਚ ਮੰਤਰੀ ਬਣਦੀ ਹੈ, ਇਹ ਹਾਲੇ ਵੀ ਸਬਰ ਨਹੀਂ। ਉਹ ਤੋਂ ਬਾਅਦ ਗਾਹਾਂ ਰਿਸ਼ਤੇਦਾਰਾਂ ਚ ਜਾ ਰਹੇ, ਵਿਕਰਮ ਨੂੰ ਪਦਵੀਆਂ ਦੇ ਤੀਆਂ, ਇਹ ਤਾਂ ਦੱਸੋ ਵੀ ਤੁਸੀਂ ਪੰਥ ਨੂੰ ਕਿੱਥੇ ਖੜਾ ਕਰਿਆ, ਲਿਆ ਕੇ ਕਿਹੜਾ ਮੂੰਹ ਦਿਖਾਈਏ, ਕਿਹੜੇ ਸਿਧਾਂਤ ਦੀ ਗੱਲ ਕਰੀਏ? ਅਸੀਂ ਕਹਿੰਦੇ ਹਾਂ ਜਿਹੜੇ ਅੱਜ ਵੀ ਟੁੱਟ ਕੇ ਆਏ ਨੇ, ਇਹ ਟੁੱਟਦੇ ਥੋੜਾ ਸੀ, ਜਦ ਪਹਿਲਾਂ ਅਸੀਂ ਬੋਲਦੇ ਸੀ ਉਦੋਂ ਇਹ ਸਾਡੇ ਨਾਲ ਡਿਬੇਟਾਂ ਚ ਤੁਹਾਡੇ ਹੁੰਦੇ ਬਹਿੰਦੇ ਰਹੇ ਨੇ ਚੜ੍ਹਦੀ ਬਰਾੜ ਨੂੰ, ਉਦੋਂ ਸਾਡੀਆਂ ਗੱਲਾਂ ਇਹਨਾਂ ਨੂੰ ਬੁਰੀਆਂ ਲੱਗਦੀਆਂ ਸੀ, ਜਿਵੇਂ ਅੱਜ ਟੋਡਰਪੁਰ ਭਰਾ ਉਹਨਾਂ ਦੀ ਵਕਾਲਤ ਕਰਦਾ, ਪਹਿਲਾਂ ਤੁਹਾਡੇ ਨਾਲੋਂ ਜ਼ਿਆਦਾ ਵਕਾਲਤ ਆਪਣੇ ਉਹ ਬਰਾੜ ਕਰਿਆ ਕਰਦਾ ਚਰਨਜੀਤ, ਪਰ ਅੱਜ ਗੁਰੂ ਦਾ ਕ੍ਰਿਸ਼ਮਾ ਹੈ ਕਿ ਕਲਗੀ ਵਾਲੇ ਨੇ ਕਿਰਪਾ ਕਰੀ ਹੈ, ਜਦੋਂ ਸਬਰ ਦਾ ਪਿਆਲਾ ਭਰ ਗਿਆ, ਦੇਖਿਆ ਕਿ ਹੁਣ ਸਾਰਾ ਕੁਛ ਡੁੱਬਣ ਦੇ ਕਿਨਾਰੇ ਆ ਗਿਆ,
ਪਤਾ ਲੱਗ ਗਿਆ ਲੋਕਾਂ ਨੂੰ, ਅਸੀਂ ਕਹਿੰਦੇ ਸੀ ਵੀ ਸ਼੍ਰੋਮਣੀ ਅਕਾਲੀ ਦਲ ਇਹਨੂੰ ਨਾ ਕਹੋ, ਬਾਦਲ ਦਾ ਟੱਬਰ ਹੈ, ਬਾਦਲ ਦੀ ਪਾਰਟੀ ਹੈ, ਮੰਨੀ ਨੀ, ਸਾਡੇ ਤੇ ਗੁੱਸੇ ਹੁੰਦੇ ਸੀ, ਪਰ ਅੱਜ ਸਾਰਿਆਂ ਨੂੰ ਪਤਾ ਲੱਗਦਾ ਉਹੀ ਜਿਹੜੇ ਘਾਗ ਲੀਡਰ ਸੀ, ਜਾਂ ਉਹਨਾਂ ਨੇ ਦੇਖਿਆ ਵੀ ਛਾਂਗਦੇ ਸਾਨੂੰ ਇੱਥੇ ਤੱਕ ਲੈ ਗਏ ਕਿ ਇੱਕ ਸਿਰਫ ਮੁੱਢੇ ਰਹਿ ਗਿਆ, ਮੁੱਢ ਵੀ ਤਾਂ ਰਹਿ ਗਿਆ ਕਿ ਇਹਨਾਂ ਨੇ ਪਹਿਲਾਂ ਉਹਨਾਂ ਨੂੰ ਪ੍ਰਧਾਨਗੀ ਦੇ ਦਿੱਤੀ ਸਾਰਿਆਂ ਨੇ, ਪ੍ਰਧਾਨਗੀ ਤੇ ਉਹ ਕਬਜ਼ਾ ਕਰਕੇ ਬਹਿ ਗਿਆ, ਹੁਣ ਕਬਜ਼ਾ ਨੀ ਇਹਨਾਂ ਤੋਂ ਟੁੱਟਦਾ, ਜਿਹਦੇ ਕਾਰਨ ਇਹ ਕੁਛ ਹੋਇਆ। ਪਰ ਮੈਂ ਸਪਸ਼ਟ ਕਰਦਾ ਕਿ ਜਿਹੜਾ ਧੜਾ ਨਾਰਾਜ਼ ਹੋ ਕੇ ਜਾਂ ਇਹਨੂੰ ਛੱਡ ਕੇ ਅੱਜ ਵੀ ਗਿਆ, ਜੇ ਇਮਾਨਦਾਰੀ ਨਾਲ ਗਿਆ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਹਨਾਂ ਨੂੰ ਸਾਰਾ ਕੁਝ ਦੱਸਣਾ ਪੈਣਾ ਕਿ ਸਾਡੇ ਚੋਂ ਕਿਹੜੇ ਕਿਹੜੇ ਬੰਦੇ ਨੇ ਜਿਹੜੇ ਝੂਠੇ ਸੌਦੇ ਵਾਲੇ ਲਾਈਨ ਬਣਾ ਕੇ ਵੋਟਾਂ ਨੂੰ ਗਏ ਸੀ। ਇਹ ਲਾਈਨ ਬਣਾ ਕੇ ਗਏ ਨੇ ਲੋਕ ਅਕਾਲ ਤਖ਼ਤ ਨੂੰ ਪਿੱਠਾ, ਝੂਠੇ ਸੌਦੇ ਵਾਲੇ ਨੂੰ ਨਮਸਕਾਰ, ਤੇ ਉਹਨੂੰ ਉਹਦੀ ਗੋਦ ਦਾ ਨਿੱਘ ਮਾਣ ਕੇ ਆਏ ਹੋਏ ਲੋਕ ਨੇ। ਇਹ ਇਸ ਕਰਕੇ ਇਹਨਾਂ ਨੂੰ ਟੋਡਰਪੁਰ ਜੀ, ਇਹ ਲੇਖਾ ਤੁਹਾਡੀ ਆਪਸ ਚ ਲੜਾਈ ਨਾਲ, ਇਹ ਨਾ ਕਹੋ ਵੀ ਪੰਥ ਭੁੱਲ ਜੂਗਾ, ਕੀ ਕੁਛ ਹੋਇਆ ਪੰਥ ਪੱਖ ਆ ਗਿਆ। ਮੈਂ ਦੁਬਾਰਾ ਆਉਣਾ, ਮੈਂ ਜਵਾਬ ਵੀ ਲੈਣੇ ਨੇ, ਲੇਕਿਨ ਪਹਿਲਾਂ ਦੋ ਸਾਡੇ ਪੈਨਲਿਸਟ ਉਹਨਾਂ ਨੂੰ ਵੀ ਆਪਾਂ ਇਸ ਡਿਬੇਟ ਚ ਸ਼ਾਮਿਲ ਕਰ ਲਈਏ। ਮਹੇਸ਼ ਸ਼ਰਮਾ ਜੀ, ਕਿਵੇਂ ਦੇਖਦੇ ਹੋ ਤੁਸੀਂ ਇੱਕ ਪੱਤਰਕਾਰ ਦੇ ਤੌਰ ਤੇ? ਦੇਖੋ, ਪੱਤਰਕਾਰ ਨੇ ਤਾਂ ਲੋਕਾਂ ਦੀ ਗੱਲ ਸੁਣਨੀ ਹੁੰਦੀ ਹੈ। ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਵੀ ਆਉਂਦੇ ਨੇ। ਮੌਜੂਦਾ ਸਥਿਤੀ ਉੱਪਰੋਂ ਜਿਹੋ ਜਿਹੀ ਮਰਜ਼ੀ ਲੱਗਦੀ ਹੋਵੇ, ਲੇਕਿਨ ਜਿਹੜਾ ਹੇਠਲਾ ਜਿਹੜੀ ਇਹਦੀ ਫਾਊਂਡੇਸ਼ਨ ਹੈ ਇਹ ਕਮਜ਼ੋਰ ਹੋ ਚੁੱਕੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਕਿਉਂਕਿ ਜਿਹੜਾ ਅੱਜ ਵਰਕਰ ਹੈ ਉਹ ਮਾਯੂਸ ਹੈ, ਕੋਈ ਉਸ ਧੜੇ ਤੋਂ ਮਾਯੂਸ ਹੈ, ਕੋਈ ਉਸ ਧੜੇ ਤੋਂ ਮਾਯੂਸ ਹੈ। ਉਹ ਲੜਾਈ ਪਸੰਦ ਨਹੀਂ ਕਰਦਾ, ਉਹ ਚਾਹੁੰਦਾ ਸੀ ਇੱਕ ਜਿਹੜਾ ਟੀਚਾ ਉਹ ਪੁਰਾਣਾ ਚੱਲਦਾ ਰਹੇ। ਰਹੀ ਗੱਲ ਇਸ ਚੀਜ਼ ਦਾ, ਜਿਹੜਾ ਇੱਕ ਹੋਰ ਗੱਲ ਜਿਹੜੀ ਸੋਚਣ ਵਾਲੀ ਹੈ, ਕੋਈ ਵੇਲਾ ਸੀ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੱਕੜੀ ਦੀ ਸੋਚ ਦੇ ਨਾਲ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੇ ਮਨ ਦੇ ਵਿੱਚ ਨਾ ਬਾਦਲ ਸੀ, ਨਾ ਬਰਨਾਲਾ ਸੀ, ਨਾ ਕੋਈ ਹੋਰ ਸੀ, ਉਹਨਾਂ ਨੂੰ ਬਾਬੇ ਦੀ ਤੱਕੜੀ ਦਿਖਦੀ ਸੀ, ਇਸ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਸੀਗੇ। ਉਹ ਜਿਹੜੀ ਸਥਿਤੀ ਹੈ ਹੁਣ ਬਹੁਤ ਦੂਰ ਜਾ ਚੁੱਕੀ ਹੈ। ਹੁਣ ਉਹ ਜਨਰੇਸ਼ਨ ਵਾਲੇ ਜਿਹੜੇ ਵੋਟਰ ਨੇ ਸ਼੍ਰੋਮਣੀ ਅਕਾਲੀ ਦਲ ਕੋਲ ਘੱਟ ਨੇ, ਆਗੂਆਂ ਦੇ ਵਿੱਚ ਵੀ ਉਹੀ ਜ਼ਿਆਦਾ ਪਰੇ ਹੋਏ ਨੇ, ਕਦਾਵਰ ਜਿਹੜੇ ਨੇਤਾ ਨੇ ਉਹ ਪਰੇ ਹੋਏ ਨੇ, ਉਹੋ ਜਿਹੀ ਸੋਚ ਵਾਲੇ ਜ਼ਿਆਦਾ ਪਰੇ ਹੋਏ ਨੇ। ਰਹੀ ਗੱਲ ਇਸ ਵੇਲੇ ਜਿਹੜੀ ਮੌਜੂਦਾ ਸਥਿਤੀ ਹੈ ਉਹਦੇ 'ਚ ਕਿਤੇ ਨਾ ਕਿਤੇ ਜੇ ਡੈਮੋਕ੍ਰੈਟਿਕ ਵੈਲਿਊਜ਼ ਦਾ ਘਾਣ ਹੋਇਆ, ਉਹ ਚਾਹੇ ਕਿਸੇ ਸਟੇਜ 'ਤੇ ਹੋਇਆ, ਚਾਹੇ ਅੱਜ ਹੋਇਆ, ਚਾਹੇ 10 ਸਾਲ ਪਹਿਲਾਂ ਹੋਇਆ। ਮਿਸਾਲ ਦੇ ਤੌਰ 'ਤੇ ਬਹੁਤ ਵਧੀਆ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਸੀ ਜਦੋਂ ਝੂੰਦਾ ਕਮੇਟੀ ਬਣਾਈ ਹੈ, ਇਸ ਵੇਲੇ ਸਾਰੇ ਜਾਣੇ ਖੁਸ਼ ਸੀ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਖੁਸ਼ ਸੀ, ਲੀਡਰ ਖੁਸ਼ ਸੀ ਵੀ ਚਲੋ ਇੱਕ ਬਹੁਤ ਵਧੀਆ ਇੱਕ ਲਾਰੀਏਟ ਬੰਦਾ ਐਡਵੋਕੇਟ ਨੇ ਉਹਨਾਂ ਦੀ ਅਗਵਾਈ ਦੇ ਵਿੱਚ, ਸਾਰੇ ਵਧੀਆ ਮੈਂਬਰ ਸੀਗੇ, ਵੀ ਉਹ ਸੋਚ ਕੇ ਇਹ ਜਿਹੜੀ ਸਾਡੀ ਕੋਈ ਪਿੱਛੇ ਨੂੰ ਗਈ ਤਿਲਕਣ ਵਾਲੀ ਗੱਲ ਹੋਈ ਆ, ਉਸਦਾ ਕੋਈ ਨਾ ਕੋਈ ਹੱਲ ਕੱਢਿਆ ਜਾਊ। ਪਰ ਇਹ ਤੁਹਾਡੇ ਸਾਹਮਣੇ ਆ ਚੁੱਕਿਆ ਬਈ ਉਹ ਜਿਹੜੀ ਝੂੰਦਾ ਕਮੇਟੀ ਦੀ ਗੱਲ ਤਾਂ ਕਿਤੇ ਹੋ ਹੀ ਨਹੀਂ ਰਹੀ, ਮੁੱਦਾ ਤਾਂ ਉੱਥੋਂ ਹੀ ਸ਼ੁਰੂ ਹੋ ਗਿਆ ਵੀ ਝੂੰਦਾ ਕਮੇਟੀ ਲਾਗੂ ਕਿਉਂ ਨਹੀਂ ਹੋ ਰਹੀ। ਉੱਥੇ ਲਫ਼ਜ਼ ਲੀਡਰਸ਼ਿਪ ਜੇ ਵਰਤਿਆ ਗਿਆ ਤਾਂ ਜ਼ਰੂਰੀ ਨਹੀਂ ਵੀ ਉਹ ਸਿਰਫ ਸੁਖਬੀਰ ਬਾਦਲ ਨੂੰ ਬਦਲਣ ਦੀ ਗੱਲ ਕਰਦੇ ਸੀਗੇ, ਪ੍ਰਧਾਨ ਨੂੰ ਬਦਲਣ ਦੀ ਗੱਲ ਕਰਦੇ ਸੀ, ਤਾਂ ਲੀਡਰਸ਼ਿਪ ਦੇ ਵਿੱਚ ਤਾਂ ਉੱਪਰਲੇ ਜਿਹੜੇ ਰੰਗ ਵਾਲੇ ਨੇ ਸਾਰੇ ਆ ਜਾਂਦੇ ਨੇ। ਉਹ ਕਿਤੇ ਨਾ ਕਿਤੇ ਦੁਬਾਰਾ ਫੇਰ ਜਿਹੜਾ ਮੇਨ ਧੜਾ ਹੈ ਜਿਹੜਾ ਆਪਣੇ ਆਪ ਦੇ ਵਿੱਚ, ਕਿਉਂਕਿ ਮੇਨ ਕੌਣ ਗਿਣਿਆ ਜਾਵੇ, ਦੋਨੇ ਗਿਣਦੇ ਨੇ। ਮੇਰੇ ਹਿਸਾਬ ਨਾਲ ਇੱਕ ਲਿਟਮਸ ਟੈਸਟ ਕਰਨਾ ਚਾਹੀਦਾ, ਦੋਨਾਂ ਧੜਿਆਂ ਨੂੰ ਕਹਿ ਦਿਓ ਵੀ
ਲਓ ਜੀ ਪੱਲਾ ਪਾ ਕੇ ਤੁਸੀਂ ਉਹ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਦੱਸੋ ਕੌਣ ਆਪਣੇ ਆਪ ਨੂੰ ਜ਼ਿੰਮੇਵਾਰ ਗਿਣਦਾ, ਜਿਹੜਾ ਜ਼ਿੰਮੇਵਾਰ ਗਿਣੂਗਾ ਉਹ ਅਸਲੀ ਸ਼੍ਰੋਮਣੀ ਅਕਾਲੀ ਦਲ, ਜਿਹੜਾ ਜ਼ਿੰਮੇਵਾਰੀ ਲੈਂਦਾ ਹੀ ਨੀਗਾ ਉਹਨੂੰ ਅਕਾਲੀ ਦਲ ਕਹਾਉਣ ਦਾ ਹੱਕ ਹੀ ਨਹੀਂ ਹੈ, ਚਾਹੇ ਉਹ ਬਾਹਰ ਗਏ ਨੇ ਚਾਹੇ ਪਿੱਛੇ ਬੈਠੇ ਵਾਲੇ ਨੇ। ਜੇ ਮਹੇਸ਼ ਸ਼ਰਮਾ ਜੀ ਇਹ ਟੈਸਟ 1 ਜੁਲਾਈ ਨੂੰ ਹੋ ਜਾਣਾ, 1 ਜੁਲਾਈ ਨੂੰ ਜਦੋਂ ਅਕਾਲ ਤਖ਼ਤ ਸਾਹਿਬ ਤੇ ਜਾਣਾ ਹੈ, ਲਿਖਤੀ ਮਾਫ਼ੀ ਮੰਗਣੀ ਹੈ, ਉਹਦੇ ਚ ਸਾਰੀਆਂ ਗੱਲਾਂ ਆ ਜਾਣੀਆਂ ਨੇ। ਫਿਰ ਤੁਸੀਂ ਕਹੋਗੇ ਜਿਹਨੂੰ ਅਸੀਂ ਬਾਗੀ ਧੜਾ ਕਹਿੰਦੇ ਹਾਂ ਉਹ ਅਸਲੀ ਅਕਾਲੀ ਦਲ ਹੋ ਗਿਆ। ਦੇਖੋ ਮੈਂ ਮੇਰੇ ਕਹਿਣ ਨਾਲ ਤਾਂ ਫਰਕ ਨੀ ਪੈਣਾ, ਲੋਕਾਂ ਨੇ ਕਹਿਣਾ ਵੀ ਦੇਖੋ ਸੱਚੇ ਬਣ ਗਏ ਜੇ ਗਲਤੀ ਕੀਤੀ ਹੈ। ਟੋਡਰਪੁਰ ਸਾਹਿਬ ਬੈਠੇ ਨੇ, ਇਹਨਾਂ ਨੇ ਜਿਹੜੀ ਗੱਲ ਕੀਤੀ ਵੀ ਇਸ ਵੇਲੇ, ਇਹ ਸਿਰਫ ਇਹਨਾਂ ਨੇ ਇਸ ਵੇਲੇ ਦੀ ਗੱਲ ਕੀਤੀ ਹੈ ਕਿ ਅਸੀਂ ਸਿਧਾਂਤਾਂ ਤੇ ਖੜ ਕੇ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ। ਇਹਦਾ ਮਤਲਬ ਜਦੋਂ ਕੀਤਾ ਸੀ ਉਦੋਂ ਸਿਧਾਂਤ ਪਰੇ ਸਿੱਟੇ ਸੀ, ਪਹਿਲਾਂ ਤਾਂ ਆਪਾਂ ਮਤਲਬ ਬੀਜੇਪੀ ਨਾਲ ਹੀ ਰਹੇ ਹਾਂ, ਕਿਤੇ ਨਾ ਕਿਤੇ ਸਮਝੌਤੇ ਕਰਨੇ ਪੈਂਦੇ ਨੇ ਪੋਲੀਟਿਕਸ ਵਿੱਚ, ਹੁਣ ਵੀ ਕਰਨਾ ਪਊਗਾ, ਲੇਕਿਨ ਇੱਕ ਐਟੀਚਿਊਡਲ ਚੇਂਜ ਲੈ ਕੇ ਆਉਣੀ ਪੈਣੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਨੇ ਉਹਨਾਂ ਨੂੰ ਕਰਨੀ ਪੈਣੀ ਹੈ। ਠੀਕ ਹੈ ਠੀਕ ਹੈ, ਤੁਹਾਡਾ ਪੱਖ ਆ ਗਿਆ। ਸਤਪਾਲ ਸਿੰਘ ਸਿੱਧੂ ਸਾਹਿਬ, ਵਾਲੀਆ ਸਾਹਿਬ, ਮੈਂ ਇਸ ਤੇ ਇੱਕੋ ਗੱਲ ਕਹੂੰਗਾ ਕਿ ਪਹਿਲਾਂ ਜਦੋਂ ਜਿਹੜਾ ਅਕਾਲੀ ਦਲ ਦਾ ਅਸਲ ਸੰਵਿਧਾਨ ਹੈ ਜਿਹੜਾ ਬਣਿਆ, ਸ਼ੁਰੂ ਜਦੋਂ ਅਕਾਲੀ ਦਲ ਨੂੰ ਬਣਾਇਆ ਗਿਆ ਸਾਜਿਆ ਗਿਆ, ਉਹਦੇ ਉੱਤੇ ਧਾਰਮਿਕ ਜਿੰਨਾ ਪੱਖ ਸੀ ਉਹਦੇ ਤੇ ਜ਼ੋਰ ਸੀ, ਉਹਦੇ ਧਰਮ ਨੂੰ ਅੱਗੇ ਰੱਖਿਆ ਗਿਆ ਸੀ, ਸਾਰੀਆਂ ਸੰਸਥਾਵਾਂ ਨੂੰ ਬਚਾਉਣਾ, ਧਾਰਮਿਕ ਸੰਸਥਾਵਾਂ ਦੇ ਵਿੱਚ ਆਦਰ ਮਾਣ ਸਤਿਕਾਰ ਪੈਦਾ ਕਰਨਾ, ਇਹ ਉਸ ਸੰਵਿਧਾਨ ਦੀਆਂ ਮੂਲ ਗੱਲਾਂ ਸੀ। ਔਰ ਧਰਮ ਦਾ ਸਤਿਕਾਰ ਕਰਨਾ ਅਕਾਲੀ ਦਲ ਵੱਲੋਂ ਹਰ ਪੱਧਰ ਤੇ, ਉਸ ਮੂਲ ਸੰਵਿਧਾਨ ਦੀਆਂ ਗੱਲਾਂ ਸੀ। ਲੇਕਿਨ ਬਾਅਦ ਚ ਉਸ ਸੰਵਿਧਾਨ ਦੇ ਵਿੱਚ ਹੌਲੀ ਹੌਲੀ ਤਬਦੀਲੀਆਂ ਕਰਦੇ ਕਰਦੇ ਉਹ ਸੰਵਿਧਾਨ ਇੱਥੋਂ ਤੱਕ ਆ ਗਿਆ ਕਿ ਸੰਵਿਧਾਨ ਦੇ ਵਿੱਚ ਸਾਰੀਆਂ ਤਾਕਤਾਂ ਹੀ ਪ੍ਰਧਾਨ ਨੂੰ ਦੇਣ ਲੱਗ ਗਏ। ਡੈਮੋਕ੍ਰੇਸੀ ਜਿਹੜੀ ਹੈ ਉਹਨੂੰ ਇਹਨਾਂ ਨੇ ਆਪਣੇ ਆਪ ਖਤਮ ਕੀਤਾ। ਜਦੋਂ ਤੁਸੀਂ ਇੱਦਾਂ ਦੇ ਫੈਸਲੇ ਲੈਣ ਲੱਗ ਜਾਓ ਕਿ ਜਿਹੜੀ ਅਸੀਂ ਕਮੇਟੀ ਬਣਾ ਰਹੇ ਹਾਂ ਜੀ ਸਾਰੀਆਂ ਤਾਕਤਾਂ ਅਸੀਂ ਪ੍ਰਧਾਨ ਨੂੰ ਦੇਤੀਆਂ, ਪ੍ਰਧਾਨ ਫੈਸਲੇ ਕਰੂਗਾ, ਇਹਦਾ ਮਤਲਬ ਤੁਸੀਂ ਆਪਦੀ ਵਿਦਨ ਪਾਰਟੀ ਵੀ ਡੈਮੋਕ੍ਰੇਸੀ ਖਤਮ ਕੀਤੀ ਤੇ ਲੋਕਾਂ ਨੇ ਜਿਹੜੀ ਦੇਖਣ ਵਾਲੀ ਡੈਮੋਕ੍ਰੇਸੀ ਉਹ ਵੀ ਖਤਮ ਹੋ ਗਈ, ਕਿਉਂਕਿ ਇੱਕ ਇੰਡੀਵਿਜੁਅਲ ਕੋਈ ਪਾਵਰ ਚਲੇਗੀ, ਤੁਸੀਂ ਦਿੱਤੀ ਭਾਵੇਂ ਸਾਰਿਆਂ ਨੇ ਇਕੱਠੇ ਹੋ ਕੇ, ਲੇਕਿਨ ਉਹ ਇਹ ਰਿਵਾਜ਼ ਜਿਹੜਾ ਹੈ ਇਹ ਰਿਵਾਜ਼ ਹੀ ਇਹਨਾਂ ਦੇ ਉਲਟ ਪਿਆ। ਔਰ ਇਸ ਰਿਵਾਜ਼ ਦਾ ਨੁਕਸਾਨ ਜਿਹੜਾ ਉਹ ਵੱਖ ਵੱਖ, ਜਿਵੇਂ ਕਿ ਮੇਰੇ ਸਾਰੇ ਬੁਲਾਰਿਆਂ ਨੇ ਵੱਖ ਵੱਖ ਇਹਨਾਂ ਨੂੰ ਗੱਲਾਂ ਗੜਾਈਆਂ ਨੇ, ਵੱਖ ਵੱਖ ਜਗ੍ਹਾ ਤੇ ਇਹਨਾਂ ਨੇ ਨੁਕਸਾਨ ਕੀਤਾ, ਉਹ ਮੈਂ ਸਾਰੀਆਂ ਦੁਬਾਰਾ ਰਿਪੀਟ ਨਹੀਂ ਕਰੂੰਗਾ, ਮੈਂ ਕੁਛ ਵੱਖਰੀਆਂ ਗੱਲਾਂ ਕਰਨਾ ਚਾਹੁੰਦਾ। ਹੁਣ ਜਦੋਂ ਦੇਖੋ ਮੈਨੂੰ ਇੱਕ ਬੜੀ ਹੈਰਾਨਗੀ ਹੁੰਦੀ ਹੈ ਕਿ ਕਹਿੰਦੇ ਜੀ ਜਦੋਂ ਪਹਿਲਾਂ, ਅੱਜ ਤੋਂ ਪਹਿਲਾਂ ਕੀ ਹੁੰਦਾ ਸੀ ਵੀ ਜੇ ਕੋਈ ਬੰਦਾ ਏਦਾਂ ਦਾ ਅਕਾਲੀ ਦਲ ਦੇ ਖਿਲਾਫ ਬਿਆਨ ਦਿੰਦਾ ਸੀ ਕਹਿੰਦੇ ਸੀ ਕਾਂਗਰਸ ਦਾ ਏਜੰਟ ਹੈ, ਹੁਣ ਇਹਨਾਂ ਨੇ ਬੀਜੇਪੀ ਦਾ ਏਜੰਟ ਸ਼ੁਰੂ ਕਰ ਲਿਆ। ਮੈਨੂੰ ਨੀ ਸਮਝ ਲੱਗੀ ਵੀ ਇਹ ਏਜੰਟ ਕੀ ਮਤਲਬ ਹੈ, ਜਿਹੜਾ ਅਕਾਲੀ ਦਲ ਦੇ ਮੇਨ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਬੋਲੇ ਉਹ ਦੂਜੀ ਪਾਰਟੀ ਦਾ ਏਜੰਟ ਬਣ ਜਾਂਦਾ, ਹੁਣ ਉਹ ਬੀਜੇਪੀ ਦੇ ਏਜੰਟ ਬਣ ਗਏ। ਇਹ ਮੈਂ ਸਮਝ ਨੀ ਸਕਿਆ ਵੀ ਇਹ ਭਾਸ਼ਾ ਕਿੱਥੋਂ ਆਉਂਦੀ ਹੈ ਤੇ ਕਿਵੇਂ ਆਉਂਦੀ ਹੈ। ਅਗਲੀ ਗੱਲ ਜਿਹੜੀ ਵਾਲੀਆ ਸਾਹਿਬ, ਸਭ ਤੋਂ ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਪਿਛਲੀਆਂ ਗਲਤੀਆਂ ਹੋਈਆਂ, ਇਹਨਾਂ ਦੇ ਗਲਤੀਆਂ ਨੂੰ ਸੁਧਾਰਨ ਦੀ ਬਜਾਏ ਜਦੋਂ ਇਹ ਮਾਫ਼ੀ ਮੰਗਣ ਵੀ ਗਏ, ਸੁਖਬੀਰ ਬਾਦਲ ਮਾਫ਼ੀ ਮੰਗਣ ਵਾਸਤੇ ਗਏ ਪ੍ਰਧਾਨ, ਤਾਂ ਇਹਨਾਂ ਨੇ ਮਾਫ਼ੀ ਦਾ ਜਿਹੜਾ ਜੋ ਸੰਵਿਧਾਨਕ ਤੌਰ ਤੇ ਮਾਫ਼ੀ ਮੰਗਣ ਦਾ ਤਰੀਕਾ ਸੀ ਅਕਾਲ ਤਖ਼ਤ ਤੋਂ, ਉਹ ਕਿਸੇ ਨੇ ਨਹੀਂ ਅਪਣਾਇਆ, ਬਿਲਕੁਲ ਬਿਨਾਂ ਅਪਣਾਏ ਉਹ ਅਕਾਲ ਤਖ਼ਤ ਤੇ ਪੇਸ਼ ਹੋਏ ਕਿ ਨਹੀਂ ਹੋਏ, ਜਾਂ ਜੋ ਵੀ ਉਹਨਾਂ ਨੇ ਲੈਟਰ ਲਿਖੀ ਉਹ ਸੰਵਿਧਾਨਕ ਤੌਰ ਤੇ ਕੁਛ ਵੀ ਨਹੀਂ ਸੀ। ਉਸ ਕਰਕੇ ਕੀ ਹੋਇਆ, ਲੋਕਾਂ ਨੂੰ ਉਹ ਜਿਹੜੀ ਮਾਫ਼ੀ ਹੈ ਮਨਜ਼ੂਰ ਨਹੀਂ ਹੋਈ, ਲੋਕਾਂ ਨੇ ਕਿਹਾ ਵੀ ਨਹੀਂ ਇਹ ਸੰਵਿਧਾਨਕ ਤੌਰ ਤੇ ਠੀਕ ਨਹੀਂ ਹੈ, ਜਿਵੇਂ ਜੋ ਪ੍ਰੋਸੀਜਰ ਹੈ ਬਣਦਾ ਉਹ ਪ੍ਰੋਸੀਜਰ ਅਡਾਪਟ ਨਹੀਂ ਕੀਤਾ ਗਿਆ। ਫਿਰ ਇਹਨਾਂ ਨੇ ਗਲਤੀ ਕੀ ਕਰਦੇ ਨੇ, ਇਹ ਅਸਲ ਚ ਗੱਲ ਕੀ ਹੈ
ਵੀ ਹੁਣ ਜਿਵੇਂ ਇਹਨਾਂ ਨੇ ਝੂੰਦਾ ਕਮੇਟੀ ਦੀ ਰਿਪੋਰਟ ਹੈ ਕੀ ਗੱਲ ਵੀ ਝੂੰਦਾ ਕਮੇਟੀ ਦੀ ਰਿਪੋਰਟ ਦੇ ਉੱਤੇ ਜਿਹੜੇ ਕੱਲ ਜਥੇਦਾਰ ਇਕੱਠੇ ਹੋਏ ਸੀ ਜਿਹੜੇ ਇੱਥੇ ਇਕੱਠੇ ਹੋਏ ਸਾਰੇ ਜ਼ਿਲ੍ਹਿਆਂ ਦੇ ਜਿਹਨਾਂ ਨੂੰ ਇਹ ਕਹਿੰਦੇ ਨੇ ਵੀ ਸਾਡੇ ਇਹ ਜ਼ਿਲ੍ਹਿਆਂ ਦੇ ਜਥੇਦਾਰ ਨੇ ਉੱਥੇ ਝੂੰਦਾ ਕਮੇਟੀ ਵਾਲੇ ਕੋਈ ਵੀ ਨਹੀਂ ਬੋਲਿਆ ਉਹ ਕਮੇਟੀ ਕਿਸੇ ਨੇ ਹੋਰ ਤਾਂ ਨਹੀਂ ਬਣਾਈ ਸੀ ਉਹ ਇਸੇ ਕਮੇਟੀ ਇਹਦੇ ਵਿੱਚੋਂ ਨਿਕਲੀ ਸੀ ਕਮੇਟੀ ਚੋਂ ਉਹ ਵੀ ਇਹਨਾਂ ਨੇ ਬਣਾਈ ਸੀ ਉਸ ਕਮੇਟੀ ਦਾ ਕੋਈ ਜ਼ਿਕਰ ਕਰਦਾ ਕੋਈ ਉਹਦੇ ਤੇ ਡਿਸਕਸ਼ਨ ਹੋਈ ਕਦੇ ਵੀ ਨਹੀਂ ਹੋਈ ਕਿਉਂ ਨਹੀਂ ਹੁੰਦੀ ਕੀ ਗੱਲ ਉਹਨੂੰ ਕਿਉਂ ਛੁਪਾਇਆ ਜਾਂਦਾ ਇਹ ਸਾਰੀਆਂ ਗੱਲਾਂ ਨੇ ਨਿੱਕੀਆਂ ਨਿੱਕੀਆਂ ਗੱਲਾਂ ਨੇ ਵਾਲੀਆ ਸਾਹਿਬ ਇਹਦੇ ਤੋਂ ਬਿਨਾਂ ਜਿਹੜਾ ਸਭ ਤੋਂ ਅਸਲ ਗੱਲ ਜਿਹੜੀ ਹੈ ਕਿ ਜਦ ਤੱਕ ਇਹ ਵਰਕਰ ਜਿਹੜੇ ਨੇ ਇਹਨਾਂ ਦੇ ਵਰਕਰ ਜਿਹੜਾ ਉਹ ਇਹਨਾਂ ਦੇ ਨਾਲ ਨਹੀਂ ਖੜਾ ਅੱਜ ਵਰਕਰ ਜਿਹੜਾ ਉਹ ਘਰੇ ਬੈਠਾ ਇਹ ਗੱਲ ਕਰ ਰਹੇ ਨੇ ਸਿਰਫ ਉਤਲੀ ਲੀਡਰਸ਼ਿਪ ਦੀ ਵਰਕਰ ਜਿਹੜਾ ਜਦ ਤੱਕ ਵਰਕਰ ਤੁਹਾਡਾ ਤੁਹਾਡੇ ਨਾਲ ਨਹੀਂ ਜੁੜੂਗਾ ਵਰਕਰ ਤੁਹਾਡੇ ਨਾਲ ਹੀ ਤੁਰੂਗਾ ਉਹ ਤੱਕ ਤੁਸੀਂ ਅਕਾਲੀ ਦਲ ਨੂੰ ਰਿਵਾਈਵ ਨਹੀਂ ਕਰ ਸਕੋਗੇ ਹੁਣ ਇਹ ਦੂਜਾ ਗਰੁੱਪ ਵੀ ਹੈ ਕਿ ਉਹ ਮੰਗਣਗੇ ਕਿ ਉਹ ਦੱਸਣਗੇ ਵੀ ਜਿਹੜੀਆਂ ਅਕਾਲੀ ਦਲ ਨੇ ਗਲਤੀਆਂ ਕੀਤੀਆਂ ਨੇ ਉਹ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਕੀਤੀਆਂ ਤੇ ਕਿਵੇਂ ਅਸੀਂ ਉਹਨਾਂ ਦੀ ਕਿਸ ਗੱਲ ਵਾਸਤੇ ਮਾਫੀ ਮੰਗਦੇ ਹਾਂ ਜੇ ਉਹ ਜਿਵੇਂ ਮੇਰੇ ਵੀਰ ਕਹਿ ਰਹੇ ਸੀ ਆਪਣੇ ਪ੍ਰੈਸ ਰਿਪੋਰਟਰ ਉਹ ਬਿਲਕੁਲ ਸਹੀ ਕਹਿੰਦੇ ਨੇ ਕਿ ਉੱਥੇ ਜਾ ਕੇ ਮਾਫੀ ਮੰਗਣ ਦਾ ਤਰੀਕਾ ਵੀ ਤਾਂ ਹੋਵੇ ਨਾ ਉੱਥੇ ਮਾਫੀ ਮੰਗੋਗੇ ਕਿਵੇਂ ਕੀ ਦੱਸੋਗੇ ਉੱਥੇ ਕਿਹੜੀਆਂ ਕਿਹੜੀਆਂ ਊਣਤਾਈਆਂ ਦੱਸੋਗੇ ਅਸਲ ਚ ਗੱਲ ਇਹ ਹੈ ਵਾਲੀਆ ਸਾਹਿਬ ਮੈਂ ਅੱਜ ਮੈਂ ਕਿਸੇ ਨਾ ਭੋਗ ਤੇ ਗਿਆ ਸੀਗਾ ਮੈਂ ਤੁਹਾਨੂੰ ਬੜਾ ਪ੍ਰੈਕਟੀਕਲ ਗੱਲ ਦੱਸ ਰਹੀ ਮੈਂ ਦੇਖ ਕੇ ਆਇਆ ਉੱਥੇ ਉਹ ਅਕਾਲੀ ਇੱਕ ਪਰਿਵਾਰ ਸੀਗਾ ਉਹਨਾਂ ਦੇ ਭੋਗ ਸੀਗਾ ਤੇ ਉੱਥੇ ਅਕਾਲੀ ਵਰਕਰ ਇਹਨਾਂ ਦੇ ਥੜੇ ਲੈਵਲ ਦੇ ਲੀਡਰ ਜਿਹੜੇ ਨੇ ਬਿਲਕੁਲ ਪੇਂਡੂ ਲੈਵਲ ਦੇ ਲੀਡਰ ਜਾਂ ਉਹ ਬੈਠੇ ਆਏ ਸੀਗੇ ਕਾਫੀ ਲੀਡਰ ਆਏ ਸੀਗੇ ਕੋਈ ਚੇਅਰਮੈਨ ਦੇ ਹੋਰ ਅੱਜ ਵੀ ਇਹਨਾਂ ਦਾ ਜਿਹੜਾ ਐਟੀਚਿਊਡ ਹੈ ਨਾ ਅੱਜ ਵੀ ਇਹਨਾਂ ਦੇ ਲੀਡਰਾਂ ਦਾ ਜਿਹੜਾ ਐਟੀਚਿਊਡ ਹੈ ਪਿੰਡਾਂ ਦੇ ਲੋਕਾਂ ਵਾਸਤੇ ਆਮ ਲੋਕਾਂ ਵਾਸਤੇ ਉਹ ਐਡਾ ਐਡਾ ਹੰਕਾਰ ਵਾਲਾ ਐਟੀਚਿਊਡ ਹੈ ਕਿ ਇਹ ਉੱਥੇ ਆਮ ਲੋਕਾਂ ਨੂੰ ਮਿਲਣਾ ਵੀ ਪਸੰਦ ਨਹੀਂ ਕਰਦੇ ਇਹ ਆਮ ਲੋਕਾਂ ਨਾਲ ਗੱਲ ਕਰਨੀ ਵੀ ਪਸੰਦ ਨਹੀਂ ਕਰਦੇ ਔਰ ਖਾਸ ਕਰਕੇ ਇਹਨਾਂ ਦੇ ਜਿਹੜਾ ਸਭ ਤੋਂ ਜਿਹੜੀ ਵੱਡੀ ਚਿੰਤਾ ਦੀ ਗੱਲ ਜਿਹੜੀ ਕਰਨੀ ਚਾਹੀਦੀ ਸੀ ਜਿਹਦੇ ਬਾਰੇ ਜਿਹੜਾ ਦਲ ਟੁੱਟ ਕੇ ਗਿਆ ਉਹਦੇ ਵਿੱਚ ਵੀ ਬਹੁਤ ਸਾਰੇ ਲੀਡਰ ਰੌਲਾ ਪਾਉਂਦੇ ਨੇ ਜਿਹੜਾ ਦਲ ਸੁਖਬੀਰ ਦੇ ਨਾਲ ਹੈ ਉਹਦੇ ਵਿੱਚ ਵੀ ਕਈ ਲੀਡਰ ਨੇ ਜਿਹੜੇ ਦਬੀ ਆਵਾਜ਼ ਚ ਕਹਿੰਦੇ ਨੇ ਉਹ ਕੀ ਹੈ ਕਿ ਜਿਹੜਾ ਗਰੁੱਪ ਇਹਨਾਂ ਦੇ ਆਲੇ ਦੁਆਲੇ ਲੱਗਿਆ ਹੋਇਆ ਜਿਹੜਾ ਗਰੁੱਪ ਇਹਨਾਂ ਦੇ ਚਾਰੇ ਚੁਫੇਰੇ ਕੁੰਡਲੀ ਮਾਰ ਕੇ ਬੈਠਾ ਲੋਕ ਉਸ ਗਰੁੱਪ ਨੂੰ ਜ਼ਿਆਦਾ ਨਫ਼ਰਤ ਕਰਦੇ ਨੇ ਸੁਖਬੀਰ ਨਾਲੋਂ ਵੀ ਜ਼ਿਆਦਾ ਹੁਣ ਉਹ ਸਵਾਲ ਇਹ ਹੈ ਕਿ ਲੋਕਾਂ ਦੀ ਜਿਹੜੀ ਆਵਾਜ਼ ਆ ਉਹਨੂੰ ਸੁਣਦੇ ਕਿਉਂ ਨੀ ਮੈਨੂੰ ਇਹ ਨੀ ਸਮਝ ਲੱਗੀ ਨਾ ਜਿਹੜੇ ਲੀਡਰ ਅੱਡ ਗਏ ਨੇ ਉਹ ਸੁਣਦੇ ਨੇ ਲੋਕਾਂ ਦੀ ਆਵਾਜ਼ ਨਾ ਸਿੱਧੂ ਸਾਹਿਬ ਜੇ ਲੋਕਾਂ ਦੀ ਨਹੀਂ ਸੁਣਦੇ ਲੋਕ ਕਿਹੜਾ ਸੁਣਦੇ ਨੇ ਇਹੀ ਤਾਂ ਗੱਲ ਹੈ ਜੇ ਵਰਕਿੰਗ ਕਮੇਟੀ ਨੇ ਭਰੋਸਾ ਪ੍ਰਗਟ ਕਰਤਾ ਲੋਕਾਂ ਨੇ ਭਰੋਸਾ ਕਦੋਂ ਪ੍ਰਗਟ ਕਰਨਾ ਹੈ ਉਹ ਤੁਸੀਂ ਖਡੂਰ ਸਾਹਿਬ ਵੀ ਦੇਖ ਲਿਆ ਤੁਸੀਂ ਫਰੀਦਕੋਟ ਵੀ ਦੇਖ ਲਿਆ ਪਰ ਇਸ ਕਰਕੇ ਇਹ ਲੋਕਤੰਤਰ ਚ ਤਾਂ ਲੋਕਾਂ ਦੀ ਗੱਲ ਹੋਣੀ ਚਾਹੀਦੀ ਹੈ ਤੁਸੀਂ ਜੇ ਦੇਖ ਕੇ ਆਏ ਹੋ ਠੀਕ ਕਹਿੰਦੇ ਹੋ ਪਰ ਕੋਈ ਵੀ ਬੰਦਾ ਮੈਨੂੰ ਇਹ ਨਹੀਂ ਲੱਗਦਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀ ਉਹ ਤਾਂ ਜਦੋਂ ਵੀ ਕਿਸੇ ਦਾ ਦੁੱਖ ਸੁੱਖ ਹੁੰਦੇ ਸੀ ਜਾਂਦੇ ਸੀ ਸ਼ਾਇਦ ਅੱਜ ਦਾ ਅਕਾਲੀ ਦਲ ਉਸ ਤਰ੍ਹਾਂ ਨਹੀਂ ਸੋਚਦਾ ਹੋਏਗਾ ਮੈਨੂੰ ਨਹੀਂ ਪਤਾ ਸਤਪਾਲ ਸਿੱਧੂ ਕਹਿ ਰਹੇ ਨੇ ਲੇਕਿਨ ਬਹੁਤ ਸਾਰੀਆਂ ਗੱਲਾਂ ਨੇ ਕਿ ਜਿਹੜਾ ਸੰਕਟ ਹੈ ਨਾ ਅਕਾਲੀ ਦਲ ਦਾ ਕਾਫੀ ਡੂੰਘਾ ਹੁੰਦਾ ਜਾ ਰਿਹਾ ਇਹ ਤੇ ਆਪਾਂ ਚਰਚਾ ਜਾਰੀ ਰੱਖਾਂਗੇ ਇੱਕ ਬ੍ਰੇਕ ਹੋਰ ਲੈ ਲਈਏ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਪਰ ਦੱਸੋ ਇਸ ਸੰਕਟ ਤੋਂ ਬਾਅਦ ਜਿਹੜਾ ਅਕਾਲੀ ਦਲ ਚ ਪੈਦਾ ਹੋਇਆ ਜਿਹਦੇ ਚ ਨਾਰਾਜ਼ ਧੜੇ ਨੇ ਜਲੰਧਰ ਚ ਦੋ ਮੀਟਿੰਗਾਂ ਕੀਤੀਆਂ ਅਕਾਲੀ ਬਚਾਓ ਮੁਹਿੰਮ ਚਲਾਉਣੀ ਇੱਕ ਜੁਲਾਈ ਨੂੰ ਜਾਣਾ ਹੈ ਅਕਾਲ ਤਖ਼ਤ ਸਾਹਿਬ ਮਾਫ਼ੀ ਮੰਗਣੀ ਲਿਖਤੀ ਮਾਫ਼ੀ ਤੇ ਉੱਥੋਂ ਹੀ ਮੁਹਿੰਮ ਸ਼ੁਰੂ ਕਰਨੀ ਹੈ
ਤੇ ਦੂਜੇ ਪਾਸੇ ਕੋਰ ਕਮੇਟੀ ਹਲਕਾ ਇੰਚਾਰਜਾਂ ਦੀ ਮੀਟਿੰਗ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਆਪ ਦੇ ਵਿੱਚ ਭਰੋਸਾ ਪ੍ਰਗਟ ਕਰ ਲਿਆ ਜਾਂ ਕਰਵਾ ਲਿਆ ਜਿਵੇਂ ਮਰਜ਼ੀ ਉਹਨੂੰ ਲੈ ਸਕਦੇ ਤੇ ਹੁਣ ਸੁਖਬੀਰ ਸਿੰਘ ਬਾਦਲ ਦੇ ਅਮੈਤੀ ਵੱਡੀ ਗਿਣਤੀ ਚ ਮੀਡੀਆ ਜਾ ਕੇ ਉਹਨਾਂ ਨੂੰ ਡਿਫੈਂਡ ਕਰ ਰਹੇ ਨੇ। ਉਹਨਾਂ ਚ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਦਿੱਲੀ ਵਿੰਗ ਹੈ ਉਹਦੇ ਪ੍ਰਧਾਨ ਨੇ ਉਹਦੇ ਨਾਲ ਜਿਹੜੇ ਪਰਮਜੀਤ ਸਿੰਘ ਸਰਨਾ ਉਹਨਾਂ ਨਾਲ ਸਾਡੇ ਰਿਪੋਰਟਰ ਗੁਰਬਖਸ਼ ਪਾਣਾ ਨੇ ਗੱਲ ਕੀਤੀ। ਥੋੜੀ ਜਿਹੀ ਗੱਲ ਤੁਸੀਂ ਸੁਣ ਲਓ ਫਿਰ ਅੱਗੇ ਵੱਧਦੇ ਹਾਂ। ਸਰਨਾ ਸਾਹਿਬ ਕੱਲ ਤੁਸੀਂ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਬੈਠੇ ਸੀ, ਕੋਈ ਅਹਿਮ ਫੈਸਲਾ ਕਿਹੜਾ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣੇ ਰਹਿਣਾ? ਉਹ ਪਾਰਟੀ ਚ ਆ ਕੇ ਗੱਲ ਕਰਨ ਨਾ, ਪਾਰਟੀ ਦੀ ਫੋਰਮ ਚ ਆ ਕੇ ਗੱਲ ਕਰਨ, ਬਾਹਰ ਮੀਟਿੰਗਾਂ ਕਿਉਂ ਕਰਦੇ ਪਏ? ਪ੍ਰੋਫੈਸਰ ਚੰਦੂਮਾਜਰਾ ਕਹਿੰਦੇ ਅਸੀਂ ਪਾਰਟੀ ਫੋਰਮ ਤੇ ਗੱਲ ਕੀਤੀ ਸੀ, ਸੁਖਬੀਰ ਸਿੰਘ ਬਾਦਲ ਨੂੰ ਵੀ ਕਿਹਾ ਪਰ ਮੰਨੀ ਨਹੀਂ। ਕਹਿ ਰਿਹਾ ਤੇ ਝੂਠ ਬੋਲ ਰਿਹਾ ਜੀ। ਉਹਨੂੰ ਕਹਿੰਦੇ ਮੈਂ ਵੀ ਪਾਰਟੀ ਫੋਰਮ ਚ ਬੈਠਾ ਹੋਇਆ ਸਾਰਾ, ਮੇਰੇ ਸਾਹਮਣੇ ਤਾਂ ਕਦੇ ਨੀ ਤੁਸੀਂ ਗੱਲ ਕੀਤੀ। ਤੁਹਾਨੂੰ ਜਵਾਬ ਦਿੱਤਾ ਉਹਨਾਂ ਨੇ ਕੋਈ? ਕਹਿੰਦੇ ਸੀ ਮੈਂ ਅੱਜ ਦੀ ਮੀਟਿੰਗ ਵਿੱਚ ਕੁਝ ਕਰਦਾ, ਅਲਾ ਟੇਲਾ ਕਰਦਾ, ਫਿਰ ਤੇਰੇ ਨਾਲ ਗੱਲ ਕਰਾਂਗਾ। ਮੈਂ ਕਿਹਾ ਮੋਸਟ ਵੈਲਕਮ। ਠੀਕ ਹੈ, ਹੁਣ ਅਕਾਲੀ ਦਲ ਕਿੱਧਰ ਜਾਏਗਾ, ਕੀ ਬਾਗੀਆਂ ਨੂੰ ਮਨਾਏਗਾ? ਦੇਖੋ ਅਕਾਲੀ ਦਲ ਨੇ ਉਧਰ ਜਾਣਾ ਜਿਸ ਪਾਸੇ ਅਕਾਲ ਪੁਰਖ ਨੇ ਅਕਾਲੀ ਦਲ ਦੀ ਸਿਰਜਣਾ ਕੀਤੀ ਹੈ। ਹੁਣ ਤੁਸੀਂ ਆਪ ਹੀ ਦੇਖੋ ਅਕਾਲ ਪੁਰਖ ਅਕਾਲੀ ਦਲ ਕਿੱਥੇ ਜਾਏਗਾ, ਜਿੱਧਰ ਨੂੰ ਅਕਾਲ ਪੁਰਖ ਲੈ ਜਾਊਗਾ। ਜਿਵੇਂ ਹੁਣ ਜਿਵੇਂ ਕਹਿੰਦੇ ਹੁਣ ਤਾਂ ਰੱਬ ਹੀ ਬਚਾਏਗਾ, ਮਤਲਬ ਤਾਂ ਸਰਨਾ ਸਾਹਿਬ ਇਹੀ ਕਹਿ ਰਹੇ ਨੇ, ਤੁਹਾਡੇ ਸਾਹਮਣੇ ਕਹਿ ਰਹੇ ਨੇ। ਖੈਰ ਆਪਾਂ ਚਰਚਾ ਕਰ ਰਹੇ ਸੀ, ਇਹ ਪਰਮਜੀਤ ਸਿੰਘ ਸਰਨਾ ਜਾਂ ਇਸ ਤਰ੍ਹਾਂ ਬਹੁਤ ਸਾਰੇ ਲੀਡਰ ਆਪਣਾ ਆਪਣੀ ਗੱਲ ਕਰ ਰਹੇ ਨੇ। ਬਰਾੜ ਸਾਹਿਬ ਤੁਸੀਂ ਕੁਛ ਕਹਿਣਾ ਚਾਹੁੰਦੇ ਸੀ ਜਦੋਂ ਟੋਡਰਪੁਰ ਸਾਹਿਬ ਕੋਈ ਗੱਲ ਕਹਿ ਰਹੇ ਸੀ। ਟੋਡਰਪੁਰ ਸਾਹਿਬ ਕਹਿ ਰਹੇ ਸੀਗੇ ਵੀ ਅਕਾਲੀ ਦਲ ਸਿਧਾਂਤਾਂ ਤੇ ਕਾਇਮ ਖੜਾ ਹੈ ਤੇ ਕਾਂਗਰਸ ਦੇਖੋ ਬੀਜੇਪੀ ਦੇਖੋ ਬਾਕੀ ਪਾਰਟੀਆਂ ਦੀ ਗੱਲ ਕਰਦੇ ਸੀਗੇ, ਸਾਡਾ ਕਾਂਗਰਸ ਬੀਜੇਪੀ ਦਾ ਕੋਈ ਮਸਲਾ ਨਹੀਂ ਹੈ, ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਜਿਹੜੀ ਪੰਥਕ ਰਵਾਇਤਾਂ ਤੇ ਚੱਲਣ ਵਾਲੀ ਜਿਹੜੀ ਪਾਰਟੀ ਸੀਗੀ ਅਕਾਲੀ ਦਲ, ਜਿਹੜੀ ਕਿ ਸਿੱਖ ਸਿਧਾਂਤਾਂ ਤੇ ਕਾਇਮ ਕੀਤੀ ਗਈ ਸੀਗੀ ਉਹ ਕਿੱਥੇ ਗਈ? ਜਿਹੜਾ ਕਿ ਜਬਰ ਤੇ ਜ਼ੁਲਮ ਦਾ ਮੁਕਾਬਲਾ ਸੀਗਾ ਤੁਹਾਡੇ ਸਾਹਮਣੇ, ਜਦੋਂ ਬੰਦੀ ਸਿੰਘਾਂ ਦੀ ਗੱਲ ਚੱਲਦੀ ਸੀ ਜਦੋਂ ਇਹ ਸੱਤਾ ਦੇ ਵਿੱਚ ਸੀਗੇ ਤਾਂ ਇਹ ਜੇਲ੍ਹ ਬਦਲੀ ਤੋਂ ਵੀ ਇਨਕਾਰ ਕਰਦੇ ਰਹੇ, ਦਵਿੰਦਰ ਭਾਰ ਭੁੱਲਰ ਦੀ ਜੇਲ੍ਹ ਬਦਲੀ ਤੋਂ ਵੀ ਇਨਕਾਰ ਕੀਤਾ ਇਹਨਾਂ ਦੇ ਆਉਣ ਦੀ ਰਿਕਾਰਡ ਗੱਲ ਆ। ਫਿਰ ਇਹਨਾਂ ਨੇ ਜਦੋਂ ਇੱਥੇ ਚੱਬੇ ਦੇ ਵਿੱਚ ਸਰਬੱਤ ਖਾਲਸਾ ਹੋਇਆ, ਬੜਾ ਰੌਲਾ ਪਿਆ ਇਹਨਾਂ ਦੀ ਸਰਕਾਰ ਸੀਗੀ, ਤਾਂ ਇੱਕ ਪਾਸੇ ਇੱਕੋ ਕੇਸ ਆ ਬੇਅੰਤ ਸਿੰਘ ਦਾ, ਉਸੇ ਕੇਸ ਚ ਬਲਵੰਤ ਸਿੰਘ ਰਾਜੋਆਣਾ, ਉਸੇ ਕੇਸ ਦੇ ਵਿੱਚ ਜਗਤਾਰ ਸਿੰਘ ਹਵਾਰਾ ਤਾਰੇ ਹੋਣੀ, ਇੱਕ ਨੂੰ ਇਹ ਜਿੰਦਾ ਸ਼ਹੀਦ ਕਹਿ ਰਹੇ ਸੀਗੇ, ਦੂਜੇ ਨੂੰ ਕਾਤਲ ਦੱਸ ਰਹੇ ਸੀਗੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ, ਫਿਰ ਦੂਜੇ ਪਾਸੇ ਪਾਰਲੀਮੈਂਟ ਦੇ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਦੀ ਵਕਾਲਤ ਕਰਨ ਵਾਲੀ ਪਾਰਟੀ ਧਾਰਾ 370 ਦੇ ਖਿਲਾਫ ਤੋੜਨ ਦੇ ਜਿਹੜੀ ਤੋੜਨ ਦੇ ਹੱਕ ਚ ਸੱਤਾਧਾਰੀ ਦੇ ਹੱਕ ਚ ਵੋਟ ਪਾ ਰਹੀ ਸੀਗੀ, ਯੁਵਾ ਕਾਨੂੰਨ ਜਿਹੜਾ ਜਬਰ ਤੇ ਜ਼ੁਲਮ ਦਾ ਉਹਦੇ ਹੱਕ ਚ ਭੁਗਤ ਰਹੀ ਸੀਗੀ। ਮੈਂ ਹੈਰਾਨ ਹਾਂ ਕਿ ਜਬਰ ਤੇ ਜ਼ੁਲਮ ਦਾ ਮੁਕਾਬਲਾ ਕਰਨ ਵਾਲਾ ਸਿਧਾਂਤ ਅਕਾਲੀ ਦਲ ਦਾ ਕਿੱਥੇ ਚਲੇ ਗਿਆ? ਜਦੋਂ ਇਹ ਅੰਮ੍ਰਿਤਪਾਲ ਦੀ ਗੱਲ ਆਪਾਂ ਮੌਜੂਦਾ ਵੀ ਗੱਲ ਕਰ ਲਈਏ, ਪਿਛਲੀ ਛੱਡ ਦਈਏ, ਜਦੋਂ ਅੰਮ੍ਰਿਤਪਾਲ ਰਾਹੀਂ ਪ੍ਰਚਾਰ ਕਰ ਰਿਹਾ ਸੀਗਾ, ਅੰਮ੍ਰਿਤ ਛਕਾ ਰਿਹਾ ਸੀਗਾ, ਗੁਰੂ ਗੋਬਿੰਦ ਸਿੰਘ ਦੇ ਦੱਸੇ ਹੋਏ ਜਿਹੜਾ ਸੀਗਾ ਵੀ ਸੀਸ ਭੇਟ ਕਰਨ ਵਾਲੀ ਗੱਲ ਕਰ ਰਿਹਾ ਸੀਗਾ, ਤਾਂ ਉਸੇ ਦਾ ਮਾਹੌਲ ਬਣਾ ਰਹੇ ਸੀ ਤੇ ਉਸੇ ਨੂੰ ਅੰਦਰ ਕਰਾਉਣ ਦੀਆਂ ਗੱਲਾਂ ਕਰ ਰਹੇ ਸੀਗੇ। ਤੋ ਅਕਾਲੀ ਦਲ ਦਾ ਕਿਹੜਾ ਅੱਜ ਉਹੀ ਅਕਾਲੀ ਦਲ ਉਹਨਾਂ ਦੀ ਜਿਹੜੀ ਉਹ ਗੱਲ ਕਰਦਾ? ਮੇਰਾ ਕਹਿਣ ਦਾ ਭਾਵ ਆ ਅਕਾਲੀ ਦਲ ਨੂੰ ਆਪ ਜਦ ਤੱਕ ਆਪਣੇ ਸਿਧਾਂਤਾਂ ਵੱਲ ਨਹੀਂ ਮੁੜਦਾ, ਅਕਾਲੀ ਦਲ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਚਾਹੇ ਦੂਆ ਧੜਾ ਚਾਹੇ ਆ ਪੂਰੀ ਤਰ੍ਹਾਂ ਨਾਲ ਸਮਰਪਿਤ ਨਹੀਂ ਹੁੰਦਾ, ਇਹਨਾਂ ਦਾ ਜਿਹੜਾ ਇਹ ਜਿਹੜਾ ਖਿੱਚੋ ਤਾਣਾ ਇਹ ਚੱਲਦੀ ਰਹੂਗੀ, ਇਹ ਆਪਸ ਚ ਭਾਵੇਂ ਇਕੱਠੇ ਹੋ ਜਾਣ ਕਿਉਂਕਿ ਸਾਰੇ ਇਸ ਹਵਾਮ ਚ ਨੰਗੇ ਆ,
ਪਰ ਲੋਕ ਨਹੀਂ ਮਾਫ ਕਰਨਗੇ, ਪੰਥ ਨਹੀਂ ਮਾਫ ਕਰੂਗਾ। ਟੋਡਰ ਪ੍ਰਸਾਦ ਬਾਲੀਆ ਸਾਹਿਬ, ਮੈਂ ਮੈਨੂੰ ਦੋ ਤਿੰਨ ਮਿੰਟ ਦੇ ਦਿਓ, ਮੈਂ ਸਾਡੇ ਸਾਰੇ ਸਾਥੀਆਂ ਦੇ ਇਕੱਲੇ ਇਕੱਲੀ ਗੱਲ ਦਾ ਜਵਾਬ ਦੇਣਾ। ਸਾਡੇ ਬਹੁਤ ਹੀ ਸਤਿਕਾਰਯੋਗ ਸੋਹਲੀ ਸਾਹਿਬ, ਸੋਹਲੀ ਮੈਨੂੰ ਲੱਗਦਾ ਵੀ ਸੋਹਲੀ ਨੂੰ ਇਹ ਗੱਲ ਕਰਨੀ ਗੁਰਸਿੱਖ ਬੰਦੇ ਨੇ ਚੰਗੀ ਨੀ ਲੱਗਦੀ ਸੀ, ਜਿਹੜਾ ਕਬਜ਼ਾ ਸ਼ਬਦ ਵਰਤਿਆ ਨਾ ਕਮੇਟੀ ਤੇ। ਸਾਨੂੰ ਪਤਾ ਹੋਣਾ ਚਾਹੀਦਾ ਲਗਭਗ ਜਿਹੜੇ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਨ੍ਹਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਸੇਵਾ ਦਿੱਤੀ ਹੈ, ਉਹ ਪ੍ਰਬੰਧ ਸੰਭਾਲ ਰਹੇ ਨੇ। ਪਹਿਲਾਂ ਤਾਂ ਤੁਹਾਡਾ ਕਬਜ਼ਾ ਤਾਂ ਉਹ ਕਰ ਰਹੇ ਨੇ ਜਿਹੜਿਆਂ ਦੀ ਤੁਸੀਂ ਪੁਸ਼ਤ ਪਨਾਹੀ ਕਰਦੇ ਹੋ, ਜਿਹੜੇ ਸਾਡੇ ਇੱਥੇ ਹੀ ਤਾਂ ਕਮੀ ਹੈਗੀ ਸਾਡੀ ਕੌਮ ਚ। ਜਦੋਂ ਦਿੱਲੀ ਤੋੜ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਉਦੋਂ ਨੀ ਕੋਈ ਸੋਹਲੀ ਸਾਹਿਬ ਬੋਲਿਆ ਤੁਹਾਡੇ ਵਿੱਚੋਂ? ਜੇ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜੀ, ਉਦੋਂ ਕੱਲਾ ਅਕਾਲੀ ਦਲ ਲੜਾਈ ਲੜਦਾ ਹੈ, ਕੋਈ ਨੀ ਬੋਲਿਆ ਉਦੋਂ? ਫਿਰ ਸਾਹਿਬ ਕਹਿੰਦੇ ਜੇ ਸਾਡੇ ਬੀਜੇਪੀ ਦਾ ਐਸ ਪੀ ਸਾਹਿਬ ਮਿਲਦਾ, ਜਦੋਂ ਭਾਸ਼ਾ ਬੋਲਦੇ ਨੇ ਉਦੋਂ ਪਤਾ ਲੱਗਦਾ ਵੀ ਇੱਥੋਂ ਦੇ ਨੇ ਭਾਸ਼ਾ, ਕਿ ਜਿਹੜੇ ਦਿੱਲੀ ਤੋਂ ਲੈਟਰ ਲਿਖ ਕੇ ਆਇਆ ਹੋਇਆ ਉਹਦੀ ਭਾਸ਼ਾ ਬੋਲਦੇ ਨੇ। ਫਿਰ ਕਿਹਨੂੰ ਸਮਾਈਏ ਸੇਵਾ ਅਸੀਂ? ਸੋਹਲੀ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਅਸੀਂ ਕਿਹਨੂੰ ਸੇਵਾ ਸੰਭਾਈਏ ਜਿਹੜੇ ਦਸ ਦਸ ਰੁਪਈਆ ਪਿੱਛੇ ਵਿਰੋਧੀਆਂ ਦੀਆਂ ਕੁੱਛਰਾਂ ਚ ਬੈਠਦੇ ਨੇ ਜਾ ਕੇ? ਅਸੀਂ ਉਹਨਾਂ ਨੂੰ ਸੰਭਾ ਦਈਏ ਜਿਹੜੀ ਸੇਵਾ ਪੰਥ ਨੂੰ ਲੱਗੀ ਹੈ? ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਸੋਹਲੀ ਸਾਹਿਬ, ਜਿੰਨਾ ਚਿਰ ਗੁਰੂ ਰਾਮਦਾਸ ਪਾਤਸ਼ਾਹ ਨੇ ਸੇਵਾ, ਜਿੰਨਾ ਚਿਰ ਲੋਕ ਫਤਵਾ ਦਿੰਦੇ ਰਹਿਣਗੇ ਅਕਾਲੀ ਦਲ ਦੇ ਹੱਕ ਚ, ਉਨਾ ਚਿਰ ਸੇਵਾ ਨਿਭਾਉਂਦੇ ਰਹਾਂਗੇ। ਕੋਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਅਕਾਲੀ ਦਲ ਦੀ। ਦੂਜੀ ਗੱਲ, ਮੈਨੂੰ ਮਹੇਸ਼ ਜੀ ਨੇ ਕਹੀ ਸੀ ਇੱਕ ਗੱਲ, ਮਹੇਸ਼ ਜੀ ਕਹਿੰਦੇ ਇਹਨਾਂ ਦੀ ਪਹਿਲਾਂ ਸਾਂਝ ਰਹੀ, ਕਹਿੰਦੇ ਉਦੋਂ ਸਿਧਾਂਤਾਂ ਦੀ ਗੱਲ ਨੀ ਸੀ। ਮੈਂ ਦੱਸਦੇ ਆ, ਜਦੋਂ ਕਾਂਗਰਸ ਦੀ ਸਰਕਾਰ ਗਈ ਹੈ ਪੰਜਾਬ ਦੇ ਵਿੱਚ, ਬੁਰੀ ਤਰ੍ਹਾਂ ਜਿਹੜਾ ਪੰਜਾਬ ਦਾ ਰਾਜ ਸੀ, ਇੱਕ ਬਹੁਤ ਵੱਡੀ ਦਰਾੜ ਪਈ ਹੋਈ ਸੀ ਸਾਡੇ ਫਿਰਕੇ ਚ, ਉਸ ਦਰਾੜ ਨੂੰ ਭਰਨ ਵਾਸਤੇ ਉਹਦੇ ਵਿੱਚ ਅਮਨ ਚਰਕ ਸਾਂਝ ਕੈਂਪ ਸਿੰਘ ਪਾਈ ਸੀ ਬੀਜੇਪੀ ਨਾਲ, ਔਰ ਕੋਈ ਲਾਲਚ ਨਾਲ ਨੀ, ਬਿਨਾਂ ਸ਼ਰਤ ਸਮਰਥਨ ਦਿੱਤਾ ਸੀ ਬੀਜੇਪੀ, ਕੋਈ ਅਸੀਂ ਵਜ਼ੀਰੀ ਲੈ ਲਈ ਹੋਵੇ। ਇਹ ਗੱਲਾਂ ਮੈਨੂੰ ਲੱਗਦਾ ਸਾਨੂੰ ਕਰਨੀਆਂ ਨੀ ਬਣਦੀਆਂ। ਫਿਰ ਐਸ ਪੀ ਸਾਹਿਬ ਨੇ ਕਿਹਾ, ਐਸ ਪੀ ਸਾਹਿਬ ਕਹਿੰਦੇ ਜੀ ਇਹਨਾਂ ਦਾ ਐਟੀਟਿਊਡ ਇੰਨਾ ਹੋ ਗਿਆ, ਇਹ ਲੋਕਾਂ ਨੂੰ ਮਿਲਦੇ ਨੀ। ਹੋ ਸਕਦਾ ਕੋਈ ਲੀਡਰ ਇੰਨਾ ਦਾ ਹੋਵੇ, ਪਰ ਐਸ ਪੀ ਸਾਹਿਬ ਅਸੀਂ ਤਾਂ ਸਾਰਾ ਦਿਨ ਗਰਾਊਂਡ ਲੈਵਲ ਤੇ, ਮੈਂ ਤਾਂ ਪਿੰਡ ਦੀ ਸਰਪੰਚੀ ਤੋਂ ਚੱਲਿਆ, ਪੰਜ ਪੰਜ ਦਸ ਰੋਜ਼ ਭੋਗਾਂ ਤੇ ਜਹਾਂ ਸ਼ਾਦੀਆਂ ਤੇ, 24 ਘੰਟੇ ਫੋਨ ਖੁੱਲਾ ਹੁੰਦਾ ਸਾਡੇ। ਕਿਸੇ ਲੀਡਰ ਦਾ ਮੈਨੂੰ ਨੀ ਲੱਗਦਾ ਕੋਈ ਕਿਸੇ ਚ ਕਮੀ ਪੇਚੀ ਹੋ ਸਕਦਾ। ਇੱਕ ਪਰਮਾਤਮਾ ਤੋਂ ਗਲਤੀ ਨੀ ਹੋ ਸਕਦੀ, ਇਨਸਾਨ ਤੋਂ ਗਲਤੀ ਕਿਤੇ ਨਾ ਕਿਤੇ ਹੋ ਸਕਦੀ ਆ, ਪਰ ਜਿਹੜੀ ਅੱਜ ਦੀ ਸ਼੍ਰੋਮਣੀ ਅਕਾਲੀ ਕਾਨੂੰਨੀ ਮਸਲਾ, ਕੋਈ ਬਾਹਲੀ ਵੱਡੀ ਗੱਲ ਨੀ ਸੋਹਲੀ ਸਾਹਿਬ। ਅਕਾਲੀ ਦਲ ਤੁਸੀਂ ਸਭ ਦੇ ਜਵਾਬ ਦਿੱਤੇ ਟੋਡਰ ਪ੍ਰਸਾਦ, ਸੋਹਲੀ ਸਾਹਿਬ ਤੋਂ ਜਵਾਬ ਲੈ ਲਈਏ, ਤੁਸੀਂ ਉਹਨਾਂ ਦੇ ਸਵਾਲ ਖੜੇ ਕੀਤੇ। ਹਾਂਜੀ ਸੋਹਲੀ ਸਾਹਿਬ, ਗੁੱਸਾ ਟੋਡਰ ਪੁਰ ਜੀ, ਹੁਣ ਸੁਣ ਲਓ ਜੇ ਤੁਸੀਂ ਬੋਲੋਗੇ, ਚਾਹੇ ਮੈਨੂੰ ਤੁਹਾਡੀ ਨਹੀਂ ਆਵਾਜ਼ ਆਉਂਦੀ ਪਰ ਗੱਲ ਨੀ ਬਣਨੀ, ਹੁਣ ਤੁਹਾਡੇ ਸ਼ਿਕਾਇਤੀ ਨਾ ਸੁਣੋ। ਬਾਦਲ ਦੀ ਪ੍ਰਧਾਨਗੀ ਚ ਪੂਰਨ ਭਰੋਸਾ ਲੋਕਾਂ ਨੂੰ, ਉਸੇ ਦੀ ਅਗਵਾਈ ਸੀ 2012 ਦੇ ਵਿੱਚ ਦੁਬਾਰਾ ਰਿਪੀਟ ਹੋਈ ਸੀ, ਉਸੇ ਕੀਤੇ ਪੰਜਾਬ ਦੇ ਅੱਜ ਕੀਤੇ ਹੋਏ ਕੰਮ ਬੋਲਦੇ ਨੇ ਸਾਥ। ਇਸ ਕਰਕੇ ਜੇ ਕਿਤੇ ਟੋਡਰ ਪੁਰ ਸਾਹਿਬ ਸੁਣ ਲਈਏ ਗੱਲ ਉਹਨਾਂ ਦੀ। ਹਾਂਜੀ ਸੁਣਾਓ ਸੋਹਲੀ ਸਾਹਿਬ। ਬਾਲੀ ਸਾਡੇ ਭਰਾ ਨੇ ਜੋ ਗੱਲਾਂ ਕਹੀਆਂ ਨੇ, ਦੋ ਤਿੰਨ ਟਾਈਮ ਹੋਰਾਂ ਨੂੰ ਵੀ ਤੁਸੀਂ ਦੇਣਾ, ਮੈਂ ਜ਼ਿਆਦਾ ਨਾ ਲਾਵਾਂ। ਇੱਕ ਮੈਂ ਤੁਹਾਨੂੰ ਇਹ ਕਲੀਅਰ ਕਰਾਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
ਟੋਡਰ ਪੁੱਜੀ ਆਪਣੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਰਹੇ ਥੋਡਾ ਦਲ ਜਿਹਨੇ ਦੋਸਤੀ ਪਵਾਈ ਤੁਹਾਡਾ ਪਰਸਨਲ ਸੈਕਟਰੀ ਕਹਿੰਦਾ ਓਐਸ ਨੇ ਕਹਿੰਦਾ ਜਿਸ ਦਿਨ ਤੋੜੀ ਕਿਸੇ ਨੇ ਹਨਾ ਨਾਰਾ ਨਹੀਂ ਮਾਰਿਆ ਨਾ ਕਿਸੇ ਬਾਬੇ ਨੇ ਨਾ ਤੁਸੀਂ ਅਕਾਲੀ ਦਲ ਵਾਲਿਆਂ ਨੇ ਦੂਜਿਆਂ ਨੇ ਮਨਜਿੰਦਰ ਸਰਸਾ ਤੁਹਾਡਾ ਬੀਬਾ ਹਰਸਿਮਰ ਦਾ ਓਐਸ ਨੀ ਲੱਗਾ ਜਿਹੜਾ ਏਜੰਟ ਬੀਜੇਪੀ ਦਾ ਸਾਡਾ ਕਹਿੰਦਾ ਰਹਿ ਗਿਆ ਸੋਲੀ ਸਾਹਿਬ ਰੌਲਾ ਪਾਏ ਤਾਂ ਪੱਲੇ ਨੀ ਪੈਂਦੀ ਕੁਛ ਰੌਲਾ ਨਾ ਨਾ ਸੁਣੋ ਹੁਣ ਦਿੱਲੀ ਕਮੇਟੀ ਦਾ ਤੁਸੀਂ ਸੱਤਿਆ ਨਾਸ ਕਰਕੇ ਜਦ ਉਹਨਾਂ ਨੇ ਉੱਥੋਂ ਬੀਜੇਪੀ ਨਾਲ ਸਿੱਧੀ ਦੋਸਤੀ ਪਾ ਕੇ ਤੁਹਾਨੂੰ ਉੱਥੋਂ ਤੁਹਾਡਾ ਚਕਾਤਾ ਬਿਸਤਰਾ ਤਾਂ ਤੁਸੀਂ ਇਹ ਗੱਲਾਂ ਕਰਨ ਲੱਗੇ ਹੋ ਫਿਰ ਹਰਿਆਣੇ ਤੇ ਬਿਰਕ ਤੋਂ ਬਿਨਾਂ ਤੁਹਾਨੂੰ ਕੋਈ ਦੀਦਾ ਨਹੀਂ ਸੀ ਹਰਿਆਣੇ ਦੀ ਸੰਗਤ ਸਾਰੀ ਨਾਰਾਜ਼ ਹੋਈ ਉੱਥੋਂ ਤੁਹਾਡਾ ਗੋਲ ਬਿਸਤਰਾ ਕਰਿਆ ਤੁਸੀਂ ਐਲੀਗੇਸ਼ਨ ਸਾਡੇ ਤੇ ਲਾਉਂਦੇ ਹੋ ਅਗਲੀ ਗੱਲ ਹੁਣ ਤੁਹਾਨੂੰ ਬੀਜੇਪੀ ਦੇ ਏਜੰਟ ਕਹਿਣਾ ਦਾ ਸਕਾਰਾ ਹੁਣ ਤੁਹਾਡੀ ਦੋਸਤੀ ਨੀ ਤੁਸੀਂ ਸਾਡੇ ਤਾਂ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਸਮੇਤ ਸਾਡੇ ਕਹਿੰਦੇ ਰਹੇ ਹੋ ਕਹਿੰਦੇ ਇਹ ਤਾਂ ਜੀ ISI ਦੇ ਨੇ ਜੀ ਜੋ ਤੁਹਾਨੇ ਕਿਸੇ ਦੇ ਠੱਪਾ ਲਾਉਣਾ ਹੁੰਦਾ ਤੁਸੀਂ ਲਾ ਦਿੰਦੇ ਹੋ ਪਰ ਬਾਦਲ ਟੱਬਰ ਨੂੰ ਕੋਈ ਹੱਕ ਨਹੀਂ ਹੈ ਕਿ ਪੰਥ ਦਰਦੀਆਂ ਨੂੰ ਕੌਮ ਦਰਦੀਆਂ ਨੂੰ ਉਹਨਾਂ ਦੇ ਘਰੇ ਸਰਟੀਫਿਕੇਟ ਲੈਣ ਜਾਣਾ ਪਵੇ ਜੋ ਤੁਸੀਂ ਕੀਤਾ ਹੋਇਆ ਤੁਹਾਡੇ ਸਾਹਮਣੇ ਆ ਰਿਹਾ ਨਾ ਨਾਰਾਜ਼ ਹੋਇਆ ਕਰੋ ਸੱਚ ਸੁਣ ਲਿਆ ਕਰੋ ਤੁਸੀਂ ਕਹਿੰਦੇ ਸਾਨੂੰ ਕਾਬਜ ਕਹਿੰਦੇ ਨੇ ਇਹ ਕਾਬਜ ਕਿਵੇਂ ਨਾ ਕਹੀਏ ਤੁਹਾਨੂੰ ਜੀ ਤੁਹਾਨੂੰ ਮੈਂ ਕਹਿੰਦਾ ਚੋਣਾਂ 'ਚ ਜਿੱਤ ਗਏ ਤੁਸੀਂ ਚੋਣਾਂ ਤੁਸੀਂ ਕਹਿੰਦੇ ਤੁਹਾਨੂੰ ਕੋਈ ਵੋਟਾਂ ਨੀ ਪਾਉਂਦਾ ਹੁਣ ਤੁਹਾਨੂੰ ਪਾਤੀਆਂ ਫਿਰ ਚੋਣਾਂ 'ਚ ਤੁਸੀਂ ਜਿੱਤ ਗਏ ਇੰਨਾ ਕੁ ਤਾਂ ਤਰਸ ਕਰ ਲੈਂਦੇ ਕਿ ਗੁਰੂ ਘਰ ਤਾਂ ਹਰੇਕ ਬੰਦਾ ਮੱਥਾ ਟੇਕਣ ਆਉਂਦਾ ਤੁਸੀਂ ਬਲਾਤਕਾਰੀ ਸਾਹਿਬ ਤੇ 98 ਲੱਖ ਕਿਹੜੀ ਖੁਸ਼ੀ 'ਚ ਲਾਇਆ ਜੀ 98 ਲੱਖ ਰੁਪਈਆ ਲਾ ਕੇ ਬਾਦਲ ਦੀ ਕੋਠੀ 'ਚ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੁਲਾ ਕੇ ਉਹਦੇ ਤੇ ਤੁਸੀਂ ਪੂਰਾ ਪ੍ਰੈਸ਼ਰ ਪਾ ਕੇ ਉਹਤੋਂ ਮਾਫ਼ੀ ਦਵਾਈ ਮੁੱਕਰ ਜਾਓ ਵੀ ਨਹੀਂ ਦਵਾਈ ਗੱਲਾਂ ਬਹੁਤ ਚੌੜੀਆਂ ਨੇ ਟੋਡਰ ਪੁਰ ਜੀ ਅਸੀਂ ਦੂਜਿਆਂ ਨੂੰ ਵੀ ਕਹਿੰਦੇ ਆ ਵੀ ਉਹ ਵੀ ਛੋਟੇ ਬਰਾਬਰ ਵਿਚੋਲਗੀ ਕਿਹਨੇ ਕੀਤੀ ਤੇ ਦੂਜਿਆਂ ਦੀ ਵਿਚੋਲਗੀ ਕਿਹਨੇ ਕਿਹੜੇ ਅਫਸਰ ਨੂੰ ਜਿਹਨੂੰ ਸਿੱਖ ਕੌਮ ਕਹਿੰਦੀ ਰਹੀ ਵੀ ਅਸੀਂ ਇਹਨੂੰ ਦੇਖ ਨੀ ਸਕਦੇ ਆਨੰਦ ਵਰਗੇ ਨੂੰ ਪੇਟ ਨਾ ਬਣੋ ਸਿਪਾਹੀ ਬਣੋ ਜੇ ਸੱਚੇ ਸੁੱਚੇ ਹੋ ਪੇਟ ਨਾ ਬਣੋ ਸੇਵਾ ਦਿੱਤੀ ਆ ਪੰਜਾਬ ਦੇ ਜਨਤਾ ਜਨਾਰਦਨ ਨੇ ਸੇਵਾ ਦਿੱਤੀ ਆ ਸੋਡੀ ਸਾਹਿਬ ਤੁਹਾਡੀ ਗੱਲ ਆ ਗਈ ਹੈ ਮਹੇਸ਼ ਸ਼ਰਮਾ ਦੀ ਗੱਲ ਸੁਣੀਏ ਮਹੇਸ਼ ਸ਼ਰਮਾ ਜੀ ਲਾਸਟ ਟਿੱਪਣੀ ਤੁਹਾਡੀ ਸਾਹਿਬ ਮੈਂ 2 ਮਿੰਟ ਦੇ ਵਿੱਚ ਗੱਲ ਖਤਮ ਕਰਦਾ ਜਿਹੜੀ ਗੱਲ ਦਾ ਤੁਸੀਂ ਇਸ਼ਾਰਾ ਕੀਤਾ ਨਾ ਵੀ ਜਿਹੜੇ ਹੱਕ ਨੇ ਪ੍ਰਧਾਨ ਨੂੰ ਦੇ ਦਿਓ ਮੈਂ ਯਾਦ ਕਰਾਉਣਾ 2007 ਦੇ ਵਿੱਚ ਜਦੋਂ ਸਰਕਾਰ ਆਈ ਆ ਉਸ ਵੇਲੇ ਆ ਜਿਹੜਾ ਹੁਣ ਸਾਡੇ ਇਲਾਕੇ ਦੇ ਵਿੱਚ ਚੱਲਦਾ ਨਾ ਵੀ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਆ MLA ਬਣਾਊਗਾ ਇਹ ਉਹਨਾਂ ਦਾ ਹੀ ਸ਼ੁਰੂ ਕੀਤਾ ਹੋਇਆ ਮੈਨੂੰ ਪਤਾ ਸਾਡੇ ਸਾਰੇ ਕੌਂਸਲਰ ਮਲੇਰਕੋਟਲੇ ਬੁਲਾ ਲਏ ਸੀ ਬਾਹਰੋਂ ਮੰਤਰੀ ਜੀ ਆਏ ਸੀ ਵੀ ਤੁਸੀਂ ਲਿਖਤੀ ਦੇ ਦਿਓ ਵੀ ਜਿਹੜਾ ਇਹਨੂੰ ਜਿਹਨੂੰ ਇਹ ਮਨਜ਼ੂਰ ਹੋਊਗਾ ਉਹ ਬਣਾ ਦੇਣਗੇ ਇਹਦੇ 'ਚ ਕੋਈ ਦੋ ਰਾਏ ਨਹੀਂ ਇਹ ਐਟੀਚਿਊਡ ਹੀ ਬਦਲਣ ਦੀ ਲੋੜ ਹੈ ਮੈਂ ਵਾਰ ਵਾਰ ਇਹ ਕਹਿ ਰਿਹਾ ਕਿ ਨਾ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਨਾ ਬਾਣੀ ਇਹ ਕਹਿੰਦੀ ਹੈ ਨਾ ਸਿੱਖੀ ਇਹ ਕਹਿੰਦੀ ਹੈ ਹਉਮੈ ਦਾ ਤਿਆਗ ਕਰਨਾ ਹੀ ਪੈਣਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜਾਣਾ ਹੈ ਤਾਂ ਉਹਦੇ 'ਚ ਜਿਹੜਾ ਉਹਦਾ ਪ੍ਰੋਟੋਕਾਲ ਹੈ ਉਹੀ ਅਡੋਪਟ ਕਰਨਾ ਪਊਗਾ ਮੈਂ ਫੇਰ ਯਾਦ ਕਰਵਾਉਣਾ ਵਰਕਰ ਇਹ ਚਾਹੁੰਦੇ ਨੇ ਕਿ ਜੇ ਹੁਣ ਵਰਕਰਾਂ ਨੂੰ ਜਿਹੜੇ ਘਰੇ ਬੈਠੇ ਨੇ ਨਾ ਸਾਂਭਿਆ ਗਿਆ
ਤਾਂ ਹਫ਼ਤੇ 10 ਦਿਨ 15 ਦਿਨ ਬਾਅਦ ਉਹਨਾਂ ਨੇ ਆਪਣਾ ਕੋਈ ਨਾ ਕੋਈ ਹੋਰ ਜਿਹੜਾ ਅਲਟਰਨੇਟਿਵ ਬਣ ਲੈਣਾ। ਇਸ ਕਰਕੇ ਮਤਲਬ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੀਦਾ ਰੀਜਨਲ ਪਾਰਟੀ ਹੈ ਇਹ ਇਸ ਸਥਿਤੀ ਨੂੰ ਸੰਭਾਲੇ। ਜੀ ਜੀ ਸਤਪਾਲ ਸਿੰਘ ਸਿੱਧੂ ਸਾਹਿਬ ਵਾਲੀਆ ਸਾਹਿਬ, ਮੈਂ ਦੋ ਤਿੰਨ ਗੱਲਾਂ ਹੋਰ ਇਹਨਾਂ ਨੂੰ ਦੱਸਣਾ ਚਾਹੁੰਦਾ ਨੇ ਕੰਮ। ਵੈਸੇ ਗੱਲ ਮੈਨੂੰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅਕਾਲੀ ਦਲ ਇਸ ਕੋਈ ਵੀ ਦੋਨੇ ਤਰ੍ਹਾਂ ਨਹੀਂ ਇਸ ਮੂਡ ਚ ਨਹੀਂ ਹੈਗੀਆਂ ਕਿ ਸਾਡੀ ਜਿੱਥੇ ਜਿੱਥੇ ਸਾਡੀ ਕ੍ਰਿਟੀਸਿਜ਼ਮ ਹੁੰਦਾ ਹੈ ਉਸ ਕ੍ਰਿਟੀਸਿਜ਼ਮ ਨੂੰ ਸੁਣੀਏ, ਸੁਣ ਕੇ ਉਹਦੇ ਤੇ ਕੋਈ ਹੱਲ ਲੱਭੀਏ। ਇਸ ਪਾਸੇ ਕੋਈ ਇਹਨਾਂ ਦਾ ਧਿਆਨ ਨਹੀਂ ਹੈ, ਨਾ ਹੀ ਇਹ ਚੱਲਣਾ ਚਾਹੁੰਦੇ ਨੇ। ਕਿਉਂਕਿ ਦੇਖੋ ਵਾਲੀਆ ਸਾਹਿਬ, ਜਦ ਤੱਕ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਕੀ ਹੁੰਦਾ, ਅਸੀਂ ਗਲਤੀ ਨੂੰ ਐਡਮਿਟ ਕਰਦੇ ਹਾਂ। ਐਡਮਿਸ਼ਨ ਕਰਕੇ ਫਿਰ ਸਾਨੂੰ ਪਤਾ ਲੱਗਦਾ ਵੀ ਹਾਂ ਸਾਡੇ ਤੋਂ ਗਲਤੀ ਹੋ ਗਈ, ਫਿਰ ਉਸ ਐਡਮਿਸ਼ਨ ਤੋਂ ਬਾਅਦ ਅਸੀਂ ਉਹਦੇ 'ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਵਾਸਤੇ ਕੁਛ ਨਾ ਕੁਛ ਕੋਸ਼ਿਸ਼ ਕਰਦੇ ਹਾਂ। ਹਾਲੇ ਤੱਕ ਤਾਂ ਅਕਾਲੀ ਦਲ ਐਡਮਿਸ਼ਨ ਦੇ ਮੂਡ 'ਚ ਹੀ ਨਹੀਂ ਹੈ ਵੀ ਸਾਡੇ ਤੋਂ ਕਿਸ ਕਿਸ ਪੱਧਰ ਤੇ ਗਲਤੀਆਂ ਹੋਈਆਂ। ਜਿਵੇਂ ਕਿ ਝੁੰਦਾ ਕਮੇਟੀ ਦੀ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ, ਝੁੰਦਾ ਕਮੇਟੀ ਨੂੰ ਕਿਤੇ ਡਿਸਕਸ ਹੀ ਨਹੀਂ ਕੀਤਾ ਇਹਨਾਂ ਨੇ ਵੀ ਉਹਨੇ ਸਾਨੂੰ ਕਿਹੜੀਆਂ ਕਿਹੜੀਆਂ ਗਲਤੀਆਂ ਨੂੰ ਸਾਡੀਆਂ ਨੂੰ ਉਭਾਰਿਆ, ਅਸੀਂ ਉਹਦੇ 'ਤੇ ਡਿਸਕਸ਼ਨ ਤਾਂ ਕਰ ਲਈਏ ਨਾ, ਓਪਨ ਡਿਸਕਸ਼ਨ ਕਰਕੇ ਦੇਖ ਲਈਏ ਤਾਂ ਕਿ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਦੱਸਣ ਤਾਂ ਸਹੀ ਨਾ ਕਿ ਸਾਡੇ ਤੋਂ ਕਿਹੜੀਆਂ ਕਿਹੜੀਆਂ ਗਲਤੀਆਂ ਹੋਈਆਂ। ਮੈਂ ਦੋ ਤਿੰਨ ਗੱਲ ਇੱਥੇ ਕਰਦਾ, ਦੇਖੋ ਗੱਲ ਸੁਣ ਮੇਰੀ, ਜੇਕਰ ਇਹਨਾਂ ਨੇ ਡੇਰੇ ਸਾਧ ਨੂੰ ਪਹਿਲਾਂ ਉਹਨੂੰ ਬਾਹਰ ਕੱਢਿਆ, ਫਿਰ ਉਸਨੂੰ ਮਾਫ਼ੀ ਦਿੱਤੀ, ਫਿਰ ਮਾਫ਼ੀ ਦੇ ਕੇ ਫਿਰ ਮਾਫ਼ੀ ਵਾਪਸ ਲਈ, ਇਹ ਗੱਲਾਂ ਕੀ ਸਾਬਤ ਕਰਦੀਆਂ ਪਬਲਿਕ ਡੋਮੇਨ 'ਚ? ਪਬਲਿਕ ਡੋਮੇਨ ਦੀ ਗੱਲ ਕਰੀਏ, ਅਸੀਂ ਪਾਰਟੀਆਂ ਦੀ ਗੱਲ ਨਾ ਕਰੀਏ। ਪਬਲਿਕ ਡੋਮੇਨ 'ਚ ਇਹ ਮੈਸੇਜ ਜਾਂਦਾ ਹੈ ਕਿ ਸਾਰਾ ਕੁਛ ਇੱਕ ਗਿਣੀ ਮਥੀ ਗੱਲ ਥੱਲੇ ਥੱਲੇ ਆਪਣੇ ਆਪ ਹੀ ਆਪ, ਉਹ ਜਿਵੇਂ ਇੱਕ ਕਹਾਵਤ ਹੈ ਵੀ ਆਪੇ ਮੇਰੇ ਬੱਚੇ ਜੀਣ, ਉਸ ਗੱਲ ਵਾਂਗੂ ਆਪਦੇ ਆਪ ਹੀ ਕਰ ਲੈਣਾ, ਆਪਦੇ ਆਪ ਹੀ ਬਾਅਦ ਚੋਂ ਉਹਨੂੰ ਉਹ ਕਰ ਲੈਣਾ। ਇਹਦੇ ਨਾਲ ਕੀ ਹੋਇਆ ਵੀ ਪਬਲਿਕ ਡੋਮੇਨ ਦੇ ਵਿੱਚ ਇੱਕ ਮੈਸੇਜ ਲਗਾਤਾਰ ਜਾ ਰਿਹਾ ਹੈ ਕਿ ਇਹ ਸਿੰਗਲ ਬੰਦੇ ਤੋਂ ਫੈਸਲੇ ਹੋ ਰਹੇ ਨੇ। ਜਿਵੇਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਲੀਆ ਸਾਹਿਬ, ਜਿੱਦਣ ਆਰਡੀਨੈਂਸ ਪਾਸ ਹੋਇਆ ਕਿਸਾਨਾਂ ਦੇ ਖਿਲਾਫ, ਤਿੰਨ ਆਰਡੀਨੈਂਸ, ਮੈਂ ਐਕਟ ਦੀ ਗੱਲ ਨਹੀਂ ਕਰ ਰਿਹਾ, ਇਹ ਧਿਆਨ ਰੱਖਿਓ ਤੁਸੀਂ, ਮੈਂ ਗੱਲ ਕਰ ਰਿਹਾ ਆਰਡੀਨੈਂਸ ਦੀ। ਆਰਡੀਨੈਂਸ ਜਿੱਦਣ ਪਾਸ ਹੋਇਆ ਉਦਣ ਕੈਬਨਿਟ ਕਮੇਟੀ ਦੀ ਮੀਟਿੰਗ ਹੋਈ, ਉਸ ਮੀਟਿੰਗ ਦੇ ਵਿੱਚ ਅਕਾਲੀ ਦਲ ਸ਼ਾਮਲ ਸੀ। ਕੀ ਉਦਣ ਵਿਰੋਧ ਕੀਤਾ? ਕੀ ਉਦਣ ਕਿਹਾ ਵੀ ਅਸੀਂ ਇਸ ਗੱਲ ਨੂੰ ਸਹਿਮਤ ਨਹੀਂ ਹਾਂ? ਸੋ ਗੱਲ ਇੱਥੇ ਇਹ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਗਲਤੀ ਕਰਦੇ ਹੋ ਫਿਰ ਉਹਨੂੰ ਰਿਫੋਰਮ ਕਰ ਦਿਓ ਥੋੜਾ ਬਾਲਾ, ਰਿਫੋਰਮ ਵੀ ਕਰਨ ਤੋਂ ਬਾਅਦ ਤੁਸੀਂ ਮੰਨਦੇ ਨਹੀਂ ਫਿਰ ਵੀ ਹਾਂ ਸਾਡੇ ਤੋਂ ਗਲਤੀ ਹੋ ਗਈ। ਉਹ ਜਿਹੜੀਆਂ ਚੀਜ਼ਾਂ ਨੇ ਉਹ ਪਬਲਿਕ ਡੋਮੇਨ 'ਚ ਜਾਂਦੀਆਂ ਨੇ, ਪਬਲਿਕ ਉਹਦੇ 'ਤੇ ਵਿਊ ਲੈਂਦੀ ਹੈ। ਇਹ ਨਾਲ ਮੈਂ ਜਿਹੜੀ ਅਸਲੀ ਗੱਲ ਮੈਥੋਂ ਰਹਿ ਨਾ ਜਾਵੇ, ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹ ਇਹ ਹੈ ਵੀ ਜਦੋਂ ਜਦੋਂ ਵੀ ਅਕਾਲੀ ਦਲ 'ਤੇ ਸੰਕਟ ਆਇਆ ਵਾਲੀਆ ਸਾਹਿਬ ਪਿਛਲੇ ਸਮਿਆਂ 'ਚ, ਅਕਾਲੀ ਦਲ ਨੇ ਹਮੇਸ਼ਾ ਇੱਕ ਉਸ ਸ਼ਖਸੀਅਤ ਨੂੰ ਚੁਣਿਆ ਜਿਹੜੀ ਨਿਊਟਰਲ ਸ਼ਖਸੀਅਤ ਸੀ, ਚਾਹੇ ਸੰਤ ਚੰਨਣ ਸਿੰਘ ਸੀ, ਚਾਹੇ ਸੰਤ ਫਤਿਹ ਸਿੰਘ ਸੀ, ਤੇ ਚਾਹੇ ਸੰਤ ਲੌਂਗੋਵਾਲ ਸੀ। ਉਹਨਾਂ ਦਿਨਾਂ ਦੇ ਵਿੱਚ ਚਲੋ ਉਹਨਾਂ ਨੂੰ ਮੂਹਰੀ ਬਣਾ ਕੇ ਲਾਇਆ ਗਿਆ ਤਾਂ ਸੰਕਟ ਜਿਹੜਾ ਉਹ ਘਟਿਆ ਜਾਂ ਖਤਮ ਹੋਇਆ। ਹੁਣ ਵੀ ਜੇ ਮੈਂ ਕਹਾਂ ਕਿ ਕੋਈ ਏਦਾਂ ਦਾ ਫੈਸਲਾ ਇਹਨਾਂ ਨੂੰ ਲੈ ਲੈਣਾ ਚਾਹੀਦਾ, ਅਕਾਲੀ ਦਲ ਦੇ ਦੋਨਾਂ ਧੜਿਆਂ ਨੂੰ ਬੈਠ ਕੇ, ਧੜੇ ਬਣੇ ਹੋਏ ਨੇ, ਧੜੇ ਦਾ ਬਣ ਗਏ, ਲੇਕਿਨ ਹਾਲੇ ਵੀ ਇੰਨਾ ਕੋਈ ਸਮਾਂ ਹੈ, ਉਹ ਏਦਾਂ ਦੀ ਸ਼ਖਸੀਅਤ ਜਿਹੜੀ ਹੈ ਉਹਨੂੰ ਅੱਗੇ ਲਿਆਉਣ ਜਿਹੜੀ ਸਾਰਿਆਂ ਨੂੰ ਮਨਜ਼ੂਰ ਹੋਵੇ, ਜਿਹਦੇ ਵਿੱਚ ਕੋਈ ਉਹ ਨਾ ਹੋਵੇ। ਕਿਉਂਕਿ ਉਹਦੇ ਨਾਲ ਕੀ ਹੋਊਗਾ ਕਿ ਇੱਕ ਵਾਰੀ ਜਿਹੜਾ ਆਇਆ ਹੋਇਆ ਸੰਕਟ ਆ ਉਹ ਵੀ ਖਤਮ ਹੋ ਜਾਊਗਾ, ਦੂਸਰੀ ਗੱਲ ਇਹ ਹੈ ਵੀ ਅਕਾਲੀ ਦਲ ਜਿਹੜਾ ਉਹ ਸਿੱਧੀਆਂ ਲੀਹਾਂ ਤੇ ਚੱਲ ਪਊਗਾ। ਲੇਕਿਨ ਜਿਹੜੇ ਅਸਲ 'ਚ ਗੱਲ ਕੀ ਹੈ, ਜਿਵੇਂ ਹੁਣ ਸਰਨਾ ਸਾਹਿਬ ਵੀ ਬੋਲ ਰਹੇ ਸੀ, ਮੈਂ ਉਹਨਾਂ ਨੂੰ ਵੀ ਸੁਣ ਰਿਹਾ ਸੀ, ਅਸਲ ਗੱਲ ਕੀ ਹੈ ਵੀ ਜਦੋਂ ਅਸੀਂ ਇੱਕ ਬੰਦੇ ਦੀ ਲੋੜ ਤੋਂ ਵੱਧ ਉਹਨੂੰ ਸਪੋਰਟ ਕਰਨ ਲੱਗ ਜਾਈਏ, ਉਹਨੂੰ ਕੰਡੈਮ, ਜਿਹੜੀ ਉਹਦੇ, ਮੈਂ ਨਹੀਂ ਕਹਿੰਦਾ ਵੀ ਪਬਲਿਕ ਡੋਮੇਨ 'ਚ ਕੰਡੈਮ ਕਰੋ, ਉਹਨੂੰ ਘੱਟੋ ਘੱਟ ਉਹਦੇ ਅੰਦਰ ਵੜ ਕੇ ਤੁਹਾਨੂੰ ਕਹੋ ਵੀ ਤੂੰ ਭਾਈ ਆਹ ਗਲਤੀ ਕਰਦਾ, ਤੂੰ ਆਹ ਗਲਤੀਆਂ ਕੀਤੀਆਂ ਨੇ, ਮੰਨ
ਪਹਿਲਾਂ ਤਾਂ ਉਹਨੂੰ ਮਨਾਓ, ਫਿਰ ਉਹਨੂੰ ਕਹੋ ਵੀ ਇਹ ਨਾ ਗਲਤੀਆਂ ਚ ਆਪਾਂ ਸੁਧਾਰ ਕਰੀਏ, ਸੁਧਾਰ ਏਦਾਂ ਏਦਾਂ ਹੋ ਸਕਦਾ। ਸੋ ਇਹ ਦੋਨੇ ਤਰ੍ਹਾਂ ਜਿਹੜੀਆਂ ਨੇ, ਸਿੱਧੂ ਸਾਹਿਬ ਜਦੋਂ ਕੋਈ ਬੰਦਾ ਗਲਤੀ ਨਾ ਮੰਨੇ ਉਦੋਂ ਗੱਲ ਹੁੰਦੀ ਹੈ। ਹੁਣ ਤਾਂ ਇੱਕ ਗੱਲ ਹੈ ਟੋਡਰਪੁਰ ਜੀ, ਮੈਂ ਨਹੀਂ ਕਹਿੰਦਾ ਤੁਹਾਡਾ ਆਪਣਾ ਹੱਕ ਹੈ, ਲੇਕਿਨ ਜੋ ਗਿਆਨੀ ਰਘਵੀਰ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕੱਲ ਗੱਲ ਕਹੀ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ, ਉਸ ਸਮਾਗਮ ਦੇ ਵਿੱਚ ਜਿਹੜੀ ਗੱਲ ਕਹੀ, ਕਹਿੰਦੇ ਕਿ ਤੁਸੀਂ ਹਰਿਮੰਦਰ ਸਾਹਿਬ ਵੱਲ, ਤੁਸੀਂ ਅਕਾਲ ਤਖ਼ਤ ਸਾਹਿਬ ਵੱਲ ਪਿੱਠ ਕਰ ਲਈ ਹੈ, ਤੁਸੀਂ ਆਪਦਾ ਮੂੰਹ ਦਿੱਲੀ ਵੱਲ ਕਰ ਲਿਆ। ਜਿੰਨਾ ਚਿਰ ਤੁਹਾਡਾ ਮੂੰਹ ਦਿੱਲੀ ਵੱਲ ਰਹੂਗਾ ਤੁਸੀਂ ਕਾਮਯਾਬ ਨਹੀਂ ਹੋਵੋਗੇ। ਤੁਸੀਂ ਆਪਣਾ ਮੂੰਹ ਹਰਿਮੰਦਰ ਸਾਹਿਬ ਵੱਲ ਕਰੋ, ਅਕਾਲ ਤਖ਼ਤ ਸਾਹਿਬ ਵੱਲ ਕਰੋ, ਫਿਰ ਤੁਹਾਨੂੰ ਸੱਤਾ ਵੀ ਮਿਲੂ। ਇਹ ਗਿਆਨੀ ਰਘਵੀਰ ਸਿੰਘ ਨੇ ਕਿਹਾ, ਕਿਸੇ ਦਾ ਨਾਂ ਨਹੀਂ ਲਿਆ, ਲੇਕਿਨ ਜਦੋਂ ਤੁਸੀਂ ਕਿਹਾ ਤਾਂ ਸਮਝ ਲਓ ਕਿਹਦੇ ਬਾਰੇ ਇਹ ਇਸ਼ਾਰਾ, ਇਹ ਸਮਝਣ ਦੀ ਲੋੜ ਹੈ। ਬਿਲਕੁਲ ਸਹੀ ਗੱਲ ਕਹੀ ਹੈ ਸਤਪਾਲ ਸਿੱਧੂ ਸਾਹਿਬ, ਇਸੇ ਕਰਕੇ ਜਿਹੜਾ ਬਾਗੀ ਧੜਾ ਹੈ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਉੱਥੇ ਵਿਚਾਰਿਆ ਹੈ ਕਿ ਉਹਨਾਂ ਨੂੰ ਬੇਨਤੀ ਕਰੀਏ ਕਿ ਤੁਸੀਂ ਆਓ ਤੇ ਅਕਾਲੀ ਦਲ ਨੂੰ ਸੰਭਾਲੋ। ਔਰ ਇੱਕ ਗੱਲ ਹੋਰ ਵੀ ਕਹੀ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਸਿਰਫ ਪ੍ਰਧਾਨ ਹੋਏਗਾ, ਮੁੱਖ ਮੰਤਰੀ ਜਾਂ ਹੋਰ ਸਿਆਸੀ ਪਾਵਰ ਨਹੀਂ ਲਏਗਾ। ਇਹ ਗੱਲ ਵੀ ਜੇ ਹੋਵੇ ਤਾਂ ਬਹੁਤ ਵੱਡੀ ਗੱਲ ਹੋਏਗੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਅੱਜ ਕੱਲ੍ਹ ਚੱਲ ਰਹੀਆਂ ਨੇ, ਸੰਵਾਦ ਹੋਣਾ ਚਾਹੀਦਾ, ਹੋ ਰਿਹਾ, ਅਸੀਂ ਵੀ ਕੋਸ਼ਿਸ਼ ਕੀਤੀ ਹੈ, ਕੱਲ ਵੀ ਕੀਤੀ ਸੀ, ਆਉਣ ਵਾਲੇ ਟਾਈਮ ਚ ਵੀ ਅਸੀਂ ਗੱਲਬਾਤ ਕਰਾਂਗੇ। ਸਾਨੂੰ ਆਸ ਹੈ ਇਹਦੇ ਵਿੱਚੋਂ ਕੁਛ ਜਿਹੜੇ ਸੁਨੇਹੇ, ਕੁਛ ਟਿਪਸ ਜ਼ਰੂਰ ਅਕਾਲੀ ਲੀਡਰਸ਼ਿਪ ਕੋਲ ਜਾਣਗੇ ਤੇ ਇਹਨਾਂ ਬਾਰੇ ਉਹ ਗੌਰ ਫਰਮਾਉਣਗੇ। ਤੁਸੀਂ ਸਾਰੇ ਆਏ, ਮਹੇਸ਼ ਸ਼ਰਮਾ ਜੀ, ਸਤਪਾਲ ਸਿੰਘ ਸਿੱਧੂ ਸਾਹਿਬ, ਉਪਜੀਤ ਸਿੰਘ ਬਰਾੜ ਸਾਹਿਬ, ਗੁਰਦੀਪ ਸਿੰਘ ਜੀ ਟੋਡਰਪੁਰ, ਔਰ ਪਰਮਜੀਤ ਸਿੰਘ ਸੋਹਦੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਤੁਹਾਡਾ ਵੀ ਧੰਨਵਾਦ। ਕੱਲ੍ਹ ਸਵੇਰੇ 8:40 ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਚ ਮਿਲਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਚਰਚਾ।